ਸ਼ੋ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਜੀ ਆਖਦੇ ਹਾਂ। ਅੱਜ ਦਾ ਪ੍ਰੋਗਰਾਮ ਜਿਹੜਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ, ਇਹ ਹੈਗਾ ਦਿੱਲੀ ਦੇ ਵਿੱਚ ਜਿਹੜੇ ਪਿਛਲੇ ਦਿਨਾਂ ਤੋਂ ਦੰਗੇ ਭੜਕੇ ਹੋਏ ਆ। ਬਹੁਤ ਲੋਕ ਉਹਨੂੰ ਕਤਲੇਆਮ ਵੀ ਕਹਿੰਦੇ ਆ ਕਿ ਬੜਾ ਸੋਚੀ ਸਮਝੀ ਜਿਹੜੀ ਸਕੀਮ ਦੇ ਨਾਲ ਜਿਹੜਾ ਇਹ ਕਤਲੇਆਮ ਕੀਤਾ ਗਿਆ, ਅਤੇ ਬਹੁਤ ਲੋਕ ਕਹਿੰਦੇ ਆ ਨਹੀਂ ਦੋਨਾਂ ਪਾਸਿਓਂ ਹੀ ਜਿਹੜੀਆਂ ਇੱਕ ਮੁਸਲਮਾਨਾਂ ਨੂੰ ਵੀ ਇਹ ਇਲਜ਼ਾਮ ਦਿੱਤਾ ਜਾ ਰਿਹਾ ਅਤੇ ਦੂਸਰੇ ਹਿੰਦੂਆਂ ਨੂੰ ਵੀ ਇਲਜ਼ਾਮ ਦਿੱਤਾ ਜਾ ਰਿਹਾ ਵੀ ਦੋ ਫਿਰਕੇ ਆ ਜਿਨ੍ਹਾਂ ਦੀ ਆਪਸ ਵਿੱਚ ਉੱਥੇ ਲੜਾਈ ਹੋਈ ਆ ਜਾਂ ਉੱਥੋਂ ਦੰਗੇ ਭੜਕੇ ਆ, ਅਤੇ ਉਸ ਤੋਂ ਬਾਅਦ ਨੁਕਸਾਨ ਕਾਫੀ ਹੋਇਆ, ਕਾਫੀ ਮੌਤਾਂ ਹੋ ਗਈਆਂ, ਜਿਹੜਾ ਪ੍ਰੋਪਰਟੀ ਦਾ ਬਹੁਤ ਨੁਕਸਾਨ ਹੋਇਆ, ਅਤੇ ਬਹੁਤ ਲੋਕਾਂ ਨੂੰ ਜਿੱਦਾਂ ਜਿਹੜੇ ਖਾਸ ਤੌਰ 'ਤੇ ਆਪਾਂ ਜਿਹੜੇ ਸਿੱਖ ਆ ਉਹਦੇ ਵੀ ਕਹਿੰਦੇ ਆ ਕਿ ਜਿੱਦਾਂ ਠੀਕ ਹੈ 84 ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, ਕਈ ਦਿਨ ਮਤਲਬ ਉੱਥੇ ਸੜਕਾਂ 'ਤੇ ਲਾਸ਼ਾਂ ਰੁਲਦੀਆਂ ਰਹੀਆਂ, ਪਰ ਇਹਨੂੰ ਉੱਦਾਂ ਹੀ ਜਿੱਦਾਂ ਕੀਤਾ ਗਿਆ। ਜੇ ਆਪਾਂ ਵੀਡੀਓ ਦੇਖੀਏ ਜਾਂ ਆਪਾਂ ਫੋਟੋਆਂ ਦੇਖੀਏ ਇੱਦਾਂ ਲੱਗਦਾ ਵੀ ਇੱਕ ਵਾਰੀ ਦਿੱਲੀ ਫੇਰ ਜਲ ਰਹੀ ਹੈ। ਸੋ ਅਸੀਂ ਇਹ ਜਿਹੜਾ ਪ੍ਰੋਗਰਾਮ ਨਵਾਂ ਇੰਡੀਆ ਦੇ ਟਾਈਮ ਨਾਲ ਸ਼ੁਰੂ ਕੀਤਾ, ਇੰਡੀਆ ਦੇ ਤਕਰੀਬਨ ਸਵੇਰ ਦੇ 8:30 ਵਜੇ ਆ, ਅਤੇ ਵਿਦੇਸ਼ ਦੇ ਵਿੱਚ ਜਿੱਥੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇੰਗਲੈਂਡ ਤੋਂ 3 ਵਜੇ ਆ, 3 ਤੋਂ ਉੱਪਰ ਟਾਈਮ ਹੋ ਗਿਆ। ਸੋ ਤੁਸੀਂ ਕਿਤਿਓਂ ਵੀ ਅਮਰੀਕਾ ਕਨੇਡਾ ਤੋਂ ਕਾਲ ਕਰਨੀ ਆ, ਗੱਲ ਕਰਨੀ ਆ ਸਾਡੇ ਨਾਲ, ਇਹਨਾਂ ਜਿਹੜੇ ਇਹ ਹੋਏ ਆ ਰਾਈਟ, ਤੁਸੀਂ ਸੋਚਦੇ ਆ ਵੀ ਇਹ ਦੰਗੇ ਆ ਜਾਂ ਕਤਲੇਆਮ ਆ, ਦੂਸਰਾ ਦੋਸ਼ੀ ਕੌਣ ਹੈ, ਅਤੇ ਕੀ ਭਾਰਤ ਦੇ ਵਿੱਚ ਜਿਹੜੇ ਲੋਕ ਘੱਟ ਗਿਣਤੀਆਂ ਹਨ ਉਹ ਸੁਰੱਖਿਅਤ ਹਨ ਜਾਂ ਨਹੀਂ, ਇਹ ਆਪਾਂ ਗੱਲਬਾਤ ਕਰਾਂਗੇ। ਅਤੇ ਇੱਕ ਦੋ ਜਿਹੜੀਆਂ ਸਾਨੂੰ ਪਹਿਲਾਂ ਅਸੀਂ ਗੱਲਬਾਤ ਕੀਤੀ ਹੈ ਭਾਈ ਬਗੀਚਾ ਸਿੰਘ ਜੀ, ਅਤੇ ਜੇ ਉਹ ਸੁਣਦੇ ਹੋਣਗੇ ਤਾਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਕਿਉਂਕਿ ਉਹਨਾਂ ਨੇ ਅੱਖੀ ਦੇਖਿਆ ਉੱਥੇ ਦਿੱਲੀ ਦੇ ਵਿੱਚ ਕੀ ਹੋਇਆ, ਅਤੇ ਉਹਨਾਂ ਤੋਂ ਵੀ ਆਪਾਂ ਪੂਰੀ ਕਹਾਣੀ ਜਾਣਾਂਗੇ। ਹੋਰ ਜਿਹੜਾ ਜਿਹੜਾ ਵੀ ਵਿਅਕਤੀ ਆਪਣੇ ਕਾਲ 'ਤੇ ਦੋਨੇ ਨੰਬਰ ਜਿਹੜੇ ਆ ਟੈਲੀਫੋਨ ਦੇ ਸਕਰੀਨ 'ਤੇ ਆ ਰਹੇ, ਅਤੇ ਤੁਸੀਂ ਵਟਸਐਪ 'ਤੇ ਕਾਲ ਕਰ ਸਕਦੇ ਆ, ਕਿਤਿਓਂ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜਿਹੜੀ ਆ ਕਾਲ ਕੀਤੀ ਜਾ ਸਕਦੀ ਆ। ਸੋ ਆਪਾਂ ਇਹ ਗੱਲਬਾਤ ਕਰਾਂਗੇ। ਸੋ ਬਾਕੀ ਦੇਖਦੇ ਹਾਂ ਅਸੀਂ ਜਿਹੜੇ ਜਿਹੜੇ ਵਿਅਕਤੀ ਆਉਣਗੇ ਕਾਲ 'ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਜਿੰਨੀ ਕੁ ਸਾਨੂੰ ਜਾਣਕਾਰੀ ਆ ਇਹ ਆ ਕਿ ਇਹਦੇ ਪਿੱਛੇ ਇੱਕ ਜਿਹੜਾ ਮੁਸਲਮਾਨ ਸੰਸਦ ਆ, ਜਿਹੜਾ ਭਾਰਤੀ ਮੀਡੀਆ ਉਹਨੂੰ ਵੀ ਇਲਜ਼ਾਮ ਦੇ ਰਿਹਾ ਕਿ ਉਹਨਾਂ ਨੇ ਇਹ ਜਿਹੜੇ ਦੰਗੇ ਭੜਕਾਏ ਆ, ਅਤੇ ਪਰ ਹੁਣ ਸੱਚ ਕੀ ਹੈ ਇਹਦੇ ਪਿੱਛੇ ਉਹ ਆਪਾਂ ਗੱਲਬਾਤ ਕਰਾਂਗੇ ਸਾਰਿਆਂ ਨਾਲ। ਦੇਖਦੇ ਹਾਂ ਸਾਡੇ ਨਾਲ ਔਨਲਾਈਨ 'ਤੇ ਆਉਂਦਾ ਆ ਅਤੇ ਇਹ ਗੱਲਬਾਤ, ਕਿਉਂਕਿ ਜੇ ਆਪਾਂ ਦੇਖੀਏ ਜਿਹੜੀਆਂ ਘੱਟ ਗਿਣਤੀਆਂ ਆ, ਸ਼ਹੀਨ ਬਾਗ ਜਿਹੜਾ ਦਿੱਲੀ ਦੇ ਵਿੱਚ ਆ ਉੱਥੇ ਵੀ ਜਿਹੜਾ ਮੋਰਚਾ ਲੱਗਾ ਹੋਇਆ ਸੀ ਕਾਫੀ ਦਿਨਾਂ ਤੋਂ ਜਿਹੜਾ ਪ੍ਰੋਟੈਸਟ ਹੋ ਰਿਹਾ ਸੀਗਾ, ਸ਼ਾਇਦ ਉਹਨੂੰ ਖਦੇੜਨ ਵਾਸਤੇ ਜਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਦੀਪ ਸਿੰਘ ਜੀ। ਹਾਂਜੀ 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 ਭਾਈ ਮਨਦੀਪ ਸਿੰਘ ਜੀ, ਅਸੀਂ ਗੱਲਬਾਤ ਕਰ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ, ਜਿਹੜਾ ਦਿੱਲੀ ਦੇ ਵਿੱਚ ਹੁਣੇ ਤਾਜ਼ੀਆਂ ਘਟਨਾਵਾਂ ਹੋਈਆਂ, ਦੰਗੇ ਹੋਏ ਆ, ਕਾਫੀ ਉੱਥੇ ਨੁਕਸਾਨ ਹੋਇਆ, ਤੇ ਤੁਸੀਂ ਪੰਜਾਬ ਦੇ ਰਹਿੰਦੇ ਆ, ਤੁਸੀਂ ਕੀ ਸੋਚਦੇ ਆ ਬਈ ਕੀ ਹੋਇਆ ਉੱਥੇ? ਦੇਖੋ ਉੱਥੇ ਇਹ ਤਾਂ ਕਾਫੀ ਚਿਰ ਤੋਂ ਚੱਲ ਰਿਹਾ ਸੀਗਾ ਕੰਮ, ਜਿਹੜਾ ਜੋ ਉਹਨਾਂ ਨੇ ਬਿੱਲ ਲੈ ਕੇ ਆਂਦਾ ਭਾਜਪਾ ਸਰਕਾਰ ਨੇ। ਹਾਂਜੀ, ਮੁਸਲਮਾਨ ਜਿਹੜੀ ਕਮਿਊਨਿਟੀ ਆ ਜਾਂ ਆਪਣੇ ਸਿੱਖ ਭਰਾ ਨੇ ਜਾਂ ਜਿਹੜੀਆਂ ਵੀ ਮਨਿਓਰਟੀ ਦੇ ਵਿੱਚ ਨੇ ਇੱਥੇ ਆਪਣੇ ਇੰਡੀਆ ਦੇ ਵਿੱਚ, ਤੇ ਉਹ ਉਹਦਾ ਵਿਰੋਧ ਕਰ ਰਹੀਆਂ ਸੀਗੀਆਂ। ਹਾਂਜੀ,
ਸਿੱਖ ਹਮੇਸ਼ਾ ਹੀ ਪ੍ਰੋਟੈਸਟ ਕਰਦਾ, ਜੇ ਕਿਸੇ ਹੋਰ ਦੇ ਨਾਲ ਵੀ ਧੱਕਾ ਹੋਣ ਲੱਗਦਾ ਤਾਂ ਸਿੱਖ ਪ੍ਰੋਟੈਸਟ ਕਰਦਾ, ਜਿਸ ਤਰੀਕੇ ਦੇ ਨਾਲ ਮਨੋਰਟੀ ਕਿਸੇ ਹੋਰ ਦੇ ਨਾਲ ਧੱਕਾ ਹੋਣ ਲੱਗਦਾ ਤਾਂ ਸਿੱਖ ਨੂੰ ਇਹ ਹੁੰਦਾ ਵੀ ਅੱਜ ਇਹਨਾਂ ਦੀ ਵਾਰੀ ਤੇ ਕੱਲ ਨੂੰ ਸਾਡੀ ਵਾਰੀ। ਠੀਕ ਹੈ। ਇੱਕ ਗੁਰੂ ਸਾਹਿਬ ਦਾ ਜੋ ਬਖਸ਼ਿਆ ਸਿਧਾਂਤ ਆ ਗੁਰਸਿੱਖਾਂ ਨੂੰ ਵੀ ਇਹ ਆ ਵੀ ਜੇ ਕਿਸੇ ਹੋਰ ਦੇ ਨਾਲ ਵੀ ਧੱਕਾ ਹੁੰਦਾ ਤਾਂ ਉਹਦੇ ਨਾਲ ਡਟ ਕੇ ਖੜਨਾ। ਤੇ ਤੁਹਾਨੂੰ ਕਿੰਨੀ ਕੁ ਜਾਣਕਾਰੀ ਆ ਬਈ ਜਿਹੜਾ ਦਿੱਲੀ ਦੇ ਵਿੱਚ ਹੋਇਆ? ਜਿੱਦਾਂ ਸਾਡਾ ਸਵਾਲ ਇਹ ਆ ਬਈ ਇਹ ਜਿੱਦਾਂ ਇਹਦੇ ਪਿੱਛੇ ਦੋਸ਼ੀ ਕੌਣ ਆ? ਦੇਖੋ, ਦੋਸ਼ੀ ਤਾਂ ਹਮੇਸ਼ਾ ਹੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹੀ ਹੁੰਦੀਆਂ ਨੇ। ਜਿਹੜੀ ਹੁਣ ਦਿੱਲੀ, ਤੁਹਾਨੂੰ ਪਤਾ ਹੋਊਗਾ ਵੀ ਜਿਹੜੀ ਦਿੱਲੀ ਹੈਗਾ ਸ਼ਹਿਰ, ਹਾਂਜੀ, ਇਹਦਾ ਜਿਹੜਾ ਜ਼ਿਆਦਾ ਪ੍ਰਬੰਧ ਆ ਉਹ ਸੈਂਟਰ ਦੇ ਅਧੀਨ ਆ। ਹਾਂਜੀ, ਮਤਲਬ ਜਿਹੜੀ ਦਿੱਲੀ ਸਟੇਟ ਕਹੀਏ ਆਪਾਂ, ਸ਼ਹਿਰ ਨਹੀਂ ਜਿੱਦਾਂ ਸਟੇਟ ਆ। ਹਾਂ ਹਾਂ, ਉਹ ਸੈਂਟਰ ਦੇ ਅਧੀਨ ਆਉਂਦੀ ਆ। ਠੀਕ। ਤੇ ਉਹਦੀ ਜਿਹੜੀ ਪੁਲਿਸ ਆ, ਹਾਂ, ਉਹਦੀ ਜਿਹੜੀ ਸਿਕਿਉਰਿਟੀ ਆ ਉਹ ਸੈਂਟਰ ਦੇ ਅਧੀਨ ਆਉਂਦੀ ਆ। ਠੀਕ ਆ। ਤੇ ਜਦੋਂ ਜਦੋਂ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਟੇਟ ਦੀ ਗੌਰਮੈਂਟ ਨੂੰ ਤਾਂ ਤੁਸੀਂ ਉਦੋਂ ਬਲੇਮ ਕਰ ਸਕਦੇ ਹੋ ਵੀ ਜਦੋਂ ਸਾਰਾ ਕੁਛ ਉਹਨਾਂ ਦੇ ਹੱਥ ਦੇ ਵਿੱਚ ਹੋਵੇ। ਠੀਕ ਆ। ਇਹ ਸਾਰਾ ਕੁਛ ਹੀ ਸੈਂਟਰ ਤੋਂ ਚੱਲਦਾ ਦਿੱਲੀ ਦੇ ਵਿੱਚ। ਜਦੋਂ ਤੁਸੀਂ ਦੇਖੋ ਵੀ ਜਦੋਂ ਸਿੱਖਾਂ ਨੂੰ ਉੱਥੇ ਮਾਰਿਆ ਗਿਆ ਸੀ, ਸ਼ਹੀਦ ਕੀਤਾ ਗਿਆ ਸੀ, ਗਲਾਂ 'ਚ ਟੈਰ ਪਾ ਕੇ, ਉਦੋਂ ਵੀ ਸੈਂਟਰ ਗੌਰਮੈਂਟ ਨੇ ਰੋਲ ਨਿਭਾਇਆ ਸੀਗਾ, ਰਾਜੀਵ ਗਾਂਧੀ ਹੋਣਾ ਨੇ, ਸਾਰਿਆਂ ਨੇ ਇਹਨਾਂ ਨੇ, ਹਨਾ। ਹਾਂਜੀ, ਠੀਕ ਆ। ਤੇ ਅੱਜ ਦੇ ਹਾਲਾਤ ਵੀ ਉਹੀ ਨੇ, ਅੱਜ ਵੀ ਸਰਾਸਰ ਸਿੱਧੀ ਸਿੱਧੀ ਜ਼ਿੰਮੇਵਾਰੀ ਦੀ ਭਾਜਪਾ ਸਰਕਾਰ ਆ। ਉਦੋਂ ਤੇ ਜਿਹੜੀ 84 ਦੀ ਗੱਲ ਕਰਦੇ ਮਨਦੀਪ ਸਿੰਘ ਜੀ, ਉਦੋਂ ਤਾਂ ਚਲੋ ਸੈਂਟਰ 'ਚ ਵੀ ਕਾਂਗਰਸ ਸੀ ਤੇ ਦਿੱਲੀ 'ਚ ਵੀ ਕਾਂਗਰਸ ਹੀ ਸੀਗੀ। ਦਿੱਲੀ 'ਚ ਵੀ ਕਾਂਗਰਸ ਸੀ, ਉਦੋਂ ਤਾਂ ਦਿੱਲੀ ਦੇ ਵਿੱਚ ਵੀ ਉਹਨਾਂ ਦੀ ਸਟੇਟ ਗੌਰਮੈਂਟ ਵੀ ਉਹਨਾਂ ਦੀ ਹੋ ਸੀਗੀ। ਹਾਂ, ਪਰ ਹੁਣ ਤਾਂ ਜਿੱਦਾਂ ਕਿਤੇ ਇੱਦਾਂ ਤਾਂ ਨਹੀਂ ਲੱਗਦਾ, ਬਦਲੇ ਦੀ ਭਾਵਨਾ ਤਾਂ ਨਹੀਂ ਲੱਗਦੀ, ਕਿਉਂਕਿ ਉੱਥੇ ਭਾਜਪਾ ਨੂੰ ਕਾਫੀ ਸੈਟਬੈਕ ਹੋਈ ਆ ਦਿੱਲੀ ਦੇ ਵਿੱਚ। ਪਹਿਲਾਂ ਵੀ ਤੀਸਰੀ ਵਾਰੀ ਜਿੱਦਾਂ ਤਕਰੀਬਨ ਕੇਜਰੀਵਾਲ ਜਿਹੜਾ ਉੱਥੇ ਦਾ ਦਿੱਲੀ ਦਾ ਮੁੱਖ ਮੰਤਰੀ ਬਣ ਗਿਆ, ਸੀਟਾਂ ਦੇ ਵਿੱਚ ਵੀ ਜਿੱਦਾਂ ਬਾਹਲਾ ਅੰਤਰ ਨਹੀਂ ਪਿਆ, ਤਕਰੀਬਨ 62 ਸੀਟਾਂ ਹੋ ਐਤਕੀ, ਫਿਰ ਵੀ ਲੱਗਾ। ਤੇ ਭਾਵੇਂ ਕਿ ਸਾਰਾ ਜੇ ਆਪਾਂ ਕਹੀਏ ਜਿੰਨੀ ਭਾਜਪਾ ਦੀ ਤਾਕਤ ਸੀਗੀ ਉਹਨੇ ਪੂਰੀ ਉੱਥੇ ਝੋਕ ਦਿੱਤੀ ਸੀਗੀ, ਤੇ ਕਾਂਗਰਸ ਨੇ ਵੀ ਸਾਰਿਆਂ ਨੇ, ਲੇਕਿਨ ਉਹ ਫਿਰ ਵੀ ਜਿੱਦਾਂ ਜਿੱਤ ਗਿਆ। ਕਿਤੇ ਇਹ ਇਹਦੇ ਪਿੱਛੇ ਕੋਈ ਏਦਾਂ ਦੀ ਭਾਵਨਾ ਤਾਂ ਨਹੀਂ ਗਈ ਜਿਹਦੇ ਕਰਕੇ ਇਹ ਸਾਰਾ ਕੁਛ ਹੋਇਆ? ਪਰ ਇੱਕ ਚੀਜ਼ ਆਪਾਂ ਨੂੰ ਇੱਥੇ ਸੋਚਣ ਵਾਲੀ ਹੈ, ਜਦੋਂ ਆਮ ਕੋਈ ਬੁੱਧੀਜੀਵ ਹੈ ਜਿਹੜਾ ਬੰਦਾ ਉਹ ਕਿਆਸ ਲਾ ਰਿਹਾ ਸੀ ਵੀ ਇੱਥੇ ਕੁਛ ਨਾ ਕੁਛ ਹੋਊਗਾ ਦਿੱਲੀ ਦੇ ਵਿੱਚ। ਠੀਕ ਹੈ। ਜਿੱਦਾਂ ਸ਼ਾਹੀਨ ਬਾਗ ਦੇ ਵਿੱਚ ਲੋਕ ਇਕੱਠੇ ਹੋਏ ਸੀਗੇ, ਲੋਕਾਂ ਨੂੰ ਲੱਗਦਾ ਸੀਗਾ ਵੀ ਹੁਣ ਵੋਟ ਚਲੇ ਗਈ ਆ, ਵੋਟਾਂ ਪੈ ਗਈਆਂ ਨੇ ਤੇ ਭਾਜਪਾ ਨੂੰ ਰਿਜ਼ਲਟ ਨਹੀਂ ਮਿਲਿਆ ਵਧੀਆ, ਤੇ ਕੁਛ ਨਾ ਕੁਛ ਹੋਊਗਾ। ਜਿਹੜੇ ਬੁੱਧੀਜੀਵ ਸੀ ਉਹ ਵੀ ਕਿਆਸ ਲਾ ਰਹੇ ਸੀ। ਠੀਕ ਹੈ। ਫਿਰ ਉਸ ਤੋਂ ਪਹਿਲਾਂ ਜਿਹੜੀ ਸਟੇਟ ਗੌਰਮੈਂਟ ਆ, ਕੇਜਰੀਵਾਲ ਦੀ ਗੌਰਮੈਂਟ ਆ, ਉਹਨੇ ਕਿਉਂ ਨੀ ਕੋਈ ਪ੍ਰੈਸ ਕਾਨਫਰੰਸ ਕੀਤੀ, ਕੋਈ ਏਦਾਂ ਦੀਆਂ ਚੀਜ਼ਾਂ ਕਿਉਂ ਨੀ ਕੀਤੀਆਂ ਵੀ ਦਿੱਲੀ ਦੇ ਵਿੱਚ ਕੁਛ ਏਦਾਂ ਦਾ ਵਾਪਰ ਸਕਦਾ ਵਾ, ਕੋਈ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਰਿਟ ਕਿਉਂ ਨੀ ਪਾਈ, ਕੋਈ ਇਸ ਤਰੀਕੇ ਦਾ ਉਹਨਾਂ ਨੂੰ ਵੀ ਕਰਨਾ ਚਾਹੀਦਾ ਸੀ ਨਾ। ਹੁਣ ਉਹ ਹੋਣ ਤੋਂ ਬਾਅਦ ਦੇ ਵਿੱਚ ਜਿਹੜੀਆਂ ਮਰਜ਼ੀ ਸਟੇਟਮੈਂਟਾਂ ਦੇ ਜਾਣ, ਅਜੇ ਉਹ ਤਾਂ ਕੋਈ ਬਾਹਲਾ ਫਿਰ ਜਿੱਦਾਂ ਮਹੱਤਵ ਨਹੀਂ ਰੱਖਦੀਆਂ ਕਿ ਜਦੋਂ ਬਾਅਦ ਦੇ ਵਿੱਚ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋ ਹੀ ਗਿਆ। ਮੈਂ ਉਹੀ ਗੱਲ ਕਰਦਾ ਨਾ ਵੀ ਜਿਹੜਾ ਜਿਹੜਾ ਦੇਖੋ ਜਿਹੜੀ ਸਮਾਨ ਦਾ ਜਾਂ ਕਿਸੇ ਦੀ ਪ੍ਰੋਪਰਟੀ ਦਾ ਨੁਕਸਾਨ ਹੋ ਜਾਵੇ ਉਹਦੀ ਭਰਪਾਈ ਤਾਂ ਹੋ ਸਕਦੀ ਆ। ਹਾਂ ਹਾਂ, ਜਿਹੜੀਆਂ ਜਾਨਾਂ ਚਲੇ ਗਈਆਂ ਦੋਨੇ ਪਾਸਿਓਂ ਕਹਿਣਾ ਮੈਂ, ਇਹਦੇ ਮੈਂ ਇੱਕ ਪਾਸਾ ਨਹੀਂ ਕਹਿੰਦਾ। ਠੀਕ ਆ। ਉਹ ਚਾਹੇ ਹਿੰਦੂ ਹੋਣ ਚਾਹੇ ਉਹ ਮੁਸਲਮਾਨ ਹੋਣ, ਦੋਨੇ ਪਾਸੋਂ ਜਿਹੜੀਆਂ ਵੀ ਜਾਨਾਂ ਗਈਆਂ ਨੇ, ਵਿੱਚ ਬਹੁਤ ਬੰਦੇ ਬੇਦੋਸ਼ੇ ਵੀ ਹੁੰਦੇ ਨੇ ਨਾ, ਜਿਹਨਾਂ ਦਾ ਇਹਦੇ ਵਿੱਚ ਲੈਣ ਦੇਣ ਨਹੀਂ ਹੁੰਦਾ, ਕਿਉਂਕਿ ਮੁਸਲਮਾਨਾਂ ਵੱਲੋਂ ਵੀ ਜਿਹੜੀ ਉਹ ਜਿਹੜਾ ਲੜਕਾ ਗੋਲੀ ਚਲਵਾ ਰਿਹਾ ਸੀ ਉਹ ਮੁਸਲਮਾਨ ਸੀ। ਠੀਕ ਆ। ਜਿਹਦੀ ਫੋਟੋ ਆਈ ਆ ਉਹ ਜਾਣੀ ਕਿ ਉਹ ਇਸ ਬਿੱਲ ਦਾ ਵਿਰੋਧੀ ਸੀਗਾ ਜਿਹਨੇ ਜਿਹੜਾ ਗੋਲੀ ਚਲਾ ਰਿਹਾ, ਜਿਹਦੀ ਫੋਟੋ ਆ ਰਹੀ ਆ। ਠੀਕ ਆ। ਤੇ
ਉਧਰੋਂ ਵੀ ਇਧਰਲੇ ਮਰੇ ਹੋਣਗੇ ਤੇ ਇਧਰੋਂ ਵੀ ਉਧਰਲੇ ਮਰੇ ਹੋਣਗੇ ਤੇ ਫਿਰ ਉਹਦੀ ਭਰਪਾਈ ਨੀ ਨਾ ਹੋਣੀ, ਇਹਦੇ ਤੇ ਸਟੇਟ ਗੌਰਮੈਂਟ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਇਸ ਨੂੰ ਚੀਜ਼ ਨੂੰ ਪਹਿਲਾਂ ਸੋਚਦੇ ਹੋਏ, ਇਹਦੇ ਖਦਸ਼ੇ ਨੂੰ ਕਰਦੇ ਹੋਏ ਕੁਛ ਨਾ ਕੁਛ ਉਹਨਾਂ ਨੂੰ ਸਟੈਪ ਇੱਕ ਪਹਿਲਾਂ ਪੁੱਟਣਾ ਚਾਹੀਦਾ ਸੀ ਇਸ ਕੰਮ ਤੋਂ। ਮਨਦੀਪ ਸਿੰਘ ਜੀ, ਜਿੱਦਾਂ ਸੰਸਦ ਮੈਂਬਰ ਦਾ ਵੀ ਇੱਕ ਦਾ ਨਾਂ ਆ ਰਿਹਾ ਕਿ ਉਹਨਾਂ ਨੇ ਪਹਿਲਾਂ ਜਿੱਦਾਂ ਭਾਰਤੀ ਮੀਡੀਆ 'ਚ ਦਿਖਾਇਆ ਜਾ ਰਿਹਾ, ਜੋ ਅਸੀਂ ਇੱਥੇ ਬਾਹਰ ਬੈਠੇ ਦੇਖਦੇ ਹਾਂ, ਵੀ ਉਹਨਾਂ ਨੇ ਇੱਟਾਂ ਰੋੜੇ ਕੋਠੇ 'ਤੇ ਪਹਿਲਾਂ ਹੀ ਜਮ੍ਹਾਂ ਕੀਤੇ ਹੋਏ ਸੀਗੇ ਅਤੇ ਉੱਦਾਂ ਵੈਸੇ ਤਾਂ ਉਹਨਾਂ ਦੇ ਜਦੋਂ ਘਰ ਦੇ ਮੋਹਰੇ ਜਿਹੜੇ ਆ ਦੰਗੇ ਕਰਦੇ ਆ, ਕੌਣ ਆ ਉਹ ਸਾਨੂੰ ਨਹੀਂ ਪਤਾ, ਪਰ ਉਹਨਾਂ ਦੇ ਉੱਪਰ ਕੋਠਿਆਂ ਦੇ ਉੱਪਰੋਂ ਉਹ ਰੋੜੇ ਮਾਰ ਰਹੇ ਆ ਬਹੁਤ, ਜਿੱਦਾਂ ਜੋ ਮੀਡੀਆ 'ਚ ਦੇਖੀ ਆ। ਜਦੋਂ ਏਦਾਂ ਦੇ ਕੰਮ ਹੁੰਦੇ ਹੁੰਦੇ ਨੇ ਨਾ, ਦੇਖੋ ਜਦੋਂ ਆਪਾਂ ਨੂੰ ਇਹ ਚੀਜ਼ ਦਾ ਪਤਾ ਵਾ ਵੀ ਇਹ ਪ੍ਰੀ ਪਲੈਨ ਹੁੰਦੇ ਨੇ। ਅੱਛਾ ਜੀ। ਜਦੋਂ ਇਹ ਏਦਾਂ ਦੀਆਂ ਚੀਜ਼ਾਂ ਪ੍ਰੀ ਪਲੈਨ ਹੁੰਦੀਆਂ ਨੇ ਤਾਂ ਉਦੋਂ ਫਿਰ ਪ੍ਰਬੰਧ ਤਾਂ ਜਿਹੜੇ ਬੰਦੇ ਨੇ ਪਲੈਨ ਬਣਾਏ ਹੁੰਦੇ ਨੇ ਉਹਨਾਂ ਨੇ ਪ੍ਰਬੰਧ ਤਾਂ ਕਰਕੇ ਰੱਖਣਾ ਹੁੰਦਾ ਨਾ। ਠੀਕ ਆ। ਉਹਨਾਂ ਨੇ ਆਪ ਤੇ ਉਹਨਾਂ ਨੇ ਆਪਣੇ ਜ਼ਿਆਦਾਤਰ ਤਾਂ ਦੇਖੋ ਕੋਈ ਵੀ ਲੀਡਰ ਹੁੰਦਾ ਤੇ ਉਹ ਆਪ ਘੱਟ ਤੇ ਆਪਣੇ ਕਰਿੰਦਿਆਂ ਤੋਂ ਜ਼ਿਆਦਾ ਕਰਵਾਉਂਦਾ ਹੁੰਦਾ। ਠੀਕ ਆ। ਤੇ ਉਹ ਉਹਨਾਂ ਦੇ ਕਰਿੰਦੇ ਨੇ ਜਿਹੜੇ ਤੇ ਉਹ ਪਹਿਲਾਂ ਹੀ ਉਸ ਚੀਜ਼ ਦੀ ਤਿਆਰੀ ਕਰਕੇ ਰੱਖਦੇ ਆ ਵੀ ਅਸੀਂ ਆਹ ਚੀਜ਼ ਕਰਨੀ ਆ। ਮਤਲਬ ਆਪਾਂ ਇਹਨੂੰ ਜਿੱਦਾਂ 84 ਆਪਾਂ ਜਦ ਸਿੱਖਾਂ ਦਾ ਜਿਹੜਾ 1984 ਨਵੰਬਰ ਦੀ ਗੱਲ ਕਰਦੇ ਹਾਂ, ਆਪਾਂ ਉਹਨੂੰ ਜੈਨੋਸਾਈਡ ਮੰਨਦੇ ਹਾਂ, ਆਪਾਂ ਕਹਿੰਦੇ ਸਿੱਖ ਕਤਲੇਆਮ ਹੋਇਆ ਕਿਉਂਕਿ ਦੂਏ ਪਾਸੇ ਕੋਈ ਇਹੋ ਜਿਹੀ ਨਹੀਂ ਸੀ ਗੱਲ ਵੀ ਸਿੱਖਾਂ ਨੇ ਕਿਤੇ ਹਮਲਾ ਕਿਤੇ ਕੀਤਾ ਹੋਵੇ, ਸਿੱਖਾਂ ਨੂੰ ਘਰਾਂ 'ਚੋਂ ਕੱਢ ਕੱਢ ਕੇ ਮਾਰਿਆ ਗਿਆ। ਪਰ ਹੁਣ ਜਿਹੜੇ ਇਹ ਜਿਹੜੇ ਹੁਣ ਹੋਇਆ ਇਹਨੂੰ ਆਪਾਂ ਕੀ ਕਵਾਂਗੇ, ਕਤਲੇਆਮ ਕਵਾਂਗੇ ਜਾਂ ਦੋਨਾਂ ਪਾਸੇ ਦੰਗੇ ਕਵਾਂਗੇ? ਭਾਜਪਾ ਸਰਕਾਰ ਦਾ ਸਿੱਧਾ ਸਿੱਧਾ ਕਤਲੇਆਮ ਆ ਜੀ ਇਹ। ਠੀਕ ਆ। ਤੇ ਦੂਜੀ ਗੱਲ ਮੈਂ ਇੱਕ ਥੋੜੀ ਜਿਹੀ ਹੋਰ ਜਿਹੜੀ ਮੇਰੀ ਸੋਚ ਆ, ਮੈਂ ਉਹਦੇ ਨਾਲ ਇੱਕ ਹੋਰ ਚੀਜ਼ ਐਡ ਕਰ ਦੇਣੀ ਚਾਹੁੰਦਾ। ਜ਼ਰੂਰ। ਕੋਈ ਵੀ ਚੀਜ਼ ਹੁੰਦੀ ਆ ਨਾ, ਜਿੱਦਾਂ ਹੁਣ ਮੰਨ ਲਓ ਵੀ ਸੈਂਟਰ ਦੇ ਵਿੱਚ ਭਾਜਪਾ ਸਰਕਾਰ ਆ, ਹਾਂਜੀ, ਆਪਾਂ ਇਹ ਵੀ ਦੇਖਣਾ ਹੋਊਗਾ ਵੀ ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਨੂੰ ਆਪਣਾ ਪਹਿਲੇ ਨੰਬਰ ਦਾ ਦੁਸ਼ਮਣ ਮੰਨਿਆ। ਠੀਕ। ਭਾਜਪਾ ਨੇ ਇਹਨਾਂ ਨੂੰ ਮੁਸਲਮਾਨਾਂ ਨੂੰ ਪਹਿਲੇ ਨੰਬਰ ਦਾ ਦੁਸ਼ਮਣ ਮੰਨਿਆ ਹਮੇਸ਼ਾ ਹੀ। ਠੀਕ ਆ। ਇਹਦਾ ਮਤਲਬ ਇਹ ਨੀ ਹੈਗਾ ਵੀ ਭਾਜਪਾ ਸਿੱਖਾਂ ਨੂੰ ਨਹੀਂ ਖਤਮ ਕਰਨਾ ਚਾਹੁੰਦੀ, ਭਾਜਪਾ ਸਟੈਪ ਬਾਏ ਸਟੈਪ ਆਉਣਾ ਚਾਹੁੰਦੀ ਆ। ਉਹ ਪਹਿਲਾਂ ਇਹਨਾਂ ਨੂੰ ਮੁਸਲਮਾਨਾਂ ਨਾਲ ਪੰਗਾ ਲੈਣਾ ਚਾਹੁੰਦੀ ਆ। ਉੱਥੇ ਜੇ ਤੁਸੀਂ ਯੂਪੀ ਦੇ ਵਿੱਚ ਦੇਖੋਗੇ ਨਾ, ਇੰਡੀਆ ਦੇ ਵਿੱਚ ਯੂਪੀ ਦੇ ਵਿੱਚ ਦੇਖੋਗੇ ਤਾਂ ਯੂਪੀ ਦੇ ਵਿੱਚ ਜਿਹੜੀ ਉੱਥੇ ਜ਼ਿਆਦਾਤਰ ਜਿਹੜੀ ਲੜਾਈ ਆ ਉਹ ਲੜਾਈ, ਕਿਉਂਕਿ ਯੂਪੀ ਇੱਕ ਬਹੁਤ ਵੱਡੀ ਸਭ ਤੋਂ ਵੱਡੀ ਸਟੇਟ ਆ ਸੀਟਾਂ ਦੇ ਵਿੱਚ। ਠੀਕ ਆ। ਖੇਤਰਫਲ ਦੇ ਵਿੱਚ ਤਾਂ ਮੈਨੂੰ ਲੱਗਦਾ ਉਹ ਤੀਜੇ ਚੌਥੇ ਨੰਬਰ ਤੇ ਆਉਂਦੀ ਆ। ਹਾਂ। ਪਰ ਜਿਹੜੀਆਂ ਐਮਪੀ ਦੀਆਂ ਸੀਟਾਂ ਨੇ ਉਹ ਸਾਰੀਆਂ ਹੀ ਸਭ ਤੋਂ ਜ਼ਿਆਦਾ ਯੂਪੀ ਦੇ ਵਿੱਚ ਆ। ਠੀਕ ਆ। ਤੇ ਸੈਂਟਰਲ ਗੌਰਮੈਂਟ ਦੀ ਜਿਹੜੀ ਅੱਖ ਹੁੰਦੀ ਆ ਉਹ ਵੀ ਬਹੁਤ ਜ਼ਿਆਦਾ ਯੂਪੀ ਤੇ ਟਿੱਕੀ ਹੁੰਦੀ ਆ ਵੀ ਯੂਪੀ ਦੇ ਵਿੱਚ ਕਿਹੜੀ ਸਰਕਾਰ ਬਣਾਉਂਦੀ ਆ ਆਪਣੀ, ਹਨਾ, ਸਟੇਟ ਗੌਰਮੈਂਟ। ਮਤਲਬ ਉੱਥੇ ਜਿਹੜੀਆਂ ਸੀਟਾਂ ਜ਼ਿਆਦੀਆਂ ਆ। ਹਾਂਜੀ, ਉੱਥੇ ਉੱਥੇ ਲੜਾਈ ਹੈਗੀ ਆ ਮੁਸਲਮਾਨਾਂ ਤੇ ਹਿੰਦੂਆਂ ਦੀ। ਠੀਕ ਆ। ਤੇ ਉੱਥੇ ਹਿੰਦੂਆਂ ਨੂੰ ਪ੍ਰਮੋਟ ਕਰਨ ਦੇ ਲਈ ਇਹ ਹੈਗੇ ਨੇ ਦੂਜੇ ਭਾਜਪਾ ਵਾਲੇ ਸੰਗੀਆਂ ਦੇ ਨਾਲ ਰਲੇ ਹੋਏ। ਠੀਕ ਆ। ਕਿਉਂਕਿ ਸੰਗੀਆਂ ਦੀ ਸੰਗੀਆਂ ਦਾ ਹੀ ਇੱਕ ਅੰਗ ਆ ਨਾ ਇਹ ਭਾਜਪਾ। ਹਾਂਜੀ ਹਾਂਜੀ ਹਾਂਜੀ, ਜਨ ਸੰਗੀ ਪਹਿਲਾਂ ਜਨ ਸੰਗੀ ਸੀਗੇ, ਬਾਅਦ ਚ ਬੀਜੇਪੀ ਬਣੀ ਆ। ਹਾਂ ਹਾਂ ਹਾਂ, ਕਿਉਂਕਿ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਇੱਕ ਸਿਆਸੀ ਪਾਰਟੀ ਆ ਸੰਗੀਆਂ ਦੀ, ਆਪਾਂ ਇਹ ਮੰਨ ਕੇ ਚੱਲਦੇ ਆ। ਠੀਕ ਆ। ਤੇ ਉੱਥੇ ਇਹ ਜਾਣੀ ਕਿ ਭਾਜਪਾ ਜਿਹੜੀ ਪਹਿਲੇ ਨੰਬਰ ਤੇ ਦੁਸ਼ਮਣ ਰੱਖਦੀ ਆ ਮੁਸਲਮਾਨਾਂ ਨੂੰ। ਹਾਂਜੀ। ਤੇ ਕਾਂਗਰਸ ਪਹਿਲੇ ਨੰਬਰ ਤੇ ਰੱਖਦੀ ਆ ਸਿੱਖਾਂ ਨੂੰ, ਆਪਾਂ ਨੂੰ ਇਹ ਵੀ ਇਹ ਚੀਜ਼ ਜਾਣੀ ਕਿ ਦੇਖਣੀ ਪੈਣੀ ਆ। ਠੀਕ ਆ। ਕਿਉਂਕਿ ਇਹਦਾ ਮਤਲਬ ਇਹ ਨੀ ਹੈਗਾ ਵੀ ਭਾਜਪਾ ਆਪਣੇ ਕੋਈ ਦੋਸਤ ਆ, ਭਾਜਪਾ ਆਪਾਂ ਨੂੰ ਦੂਜੇ ਨੰਬਰ ਤੇ ਰੱਖਦੀ ਆ, ਪਹਿਲੇ ਨੰਬਰ ਤੇ ਉਹ ਮੁਸਲਮਾਨਾਂ ਨੂੰ ਸੈੱਟ ਕਰਨਾ ਚਾਹੁੰਦੀ ਆ, ਮੁਸਲਮਾਨਾਂ ਦੀ ਮਿਨੋਰਟੀ ਨੂੰ ਸੈੱਟ ਕਰਨਾ ਚਾਹੁੰਦੀ ਆ, ਫਿਰ ਸਿੱਖਾਂ ਵੱਲ ਆਉਣਗੇ। ਠੀਕ ਹੈ। ਮਤਲਬ ਉਹਨਾਂ ਨੇ ਜਿਹੜਾ ਤੁਸੀਂ ਕਾਨੂੰਨ ਦੀ ਗੱਲ ਕਰਦੇ ਇਸ ਕਰਕੇ ਬਣਾਇਆ ਵੀ ਪਹਿਲਾਂ ਉਹਨਾਂ ਨੂੰ ਲੈ ਲਈਏ ਤੇ ਉਸ ਤੋਂ ਬਾਅਦ ਸਿੱਖਾਂ ਨੂੰ ਲੈ ਲਾਂਗੇ। ਤੁਸੀਂ ਉਹਨਾਂ ਦੇ ਬਿਆਨ ਦੇਖੋ,
ਕਿਸੇ ਵੀ ਮੰਤਰੀ ਦੇ, ਕਿਸੇ ਵੀ ਵੱਡੇ ਲੀਡਰ ਦੇ ਤੁਸੀਂ ਕਦੇ ਵੀ ਬਿਆਨ ਸੁਣ ਲਿਓ, ਚਾਹੇ ਉਹ ਮੋਦੀ ਹੋਵੇ, ਕਿਉਂਕਿ ਮੈਂ ਆਪਣੇ ਕੰਨੀ ਸੁਣੀ ਗੱਲ ਤੁਹਾਨੂੰ ਕਰੂੰਗਾ, ਚਾਹੇ ਉਹ ਮੋਦੀ ਹੋਵੇ ਜਿਹੜਾ ਮਰਜ਼ੀ ਹੋਵੇ, ਉਹ ਕਾਂਗਰਸ ਨੂੰ ਹਮੇਸ਼ਾ ਹੀ ਘੇਰਨਗੇ 84 ਦੇ ਦੰਗਿਆਂ ਤੇ। ਠੀਕ ਹੈ, ਸਿੱਖਾਂ ਦੇ ਹੱਕ ਦੀ ਗੱਲ ਕਰਨਗੇ ਇੱਕ ਬਣੌਤੀ ਜੀ ਕਾਂਗਰਸ ਨੂੰ ਘੇਰਨ ਦੇ ਲਈ। ਠੀਕ ਹੈ, ਠੀਕ ਹੈ ਜੀ, ਤੇ ਉਹ ਕਾਂਗਰਸ ਨੂੰ ਘੇਰਨ ਦੇ ਲਈ ਸਿੱਖਾਂ ਦੇ ਜੋ ਸਿੱਖਾਂ ਦਾ ਕਤਲੇਆਮ ਕੀਤਾ ਸੀ ਕਾਂਗਰਸ ਨੇ ਉਹਦੀ ਗੱਲ ਕਰਦੇ ਨੇ, ਤੇ ਉਹਨਾਂ ਦਾ ਕੋਈ ਨਾ ਕੋਈ ਲੀਡਰ ਇਹ ਕਹਿੰਦਾ ਰਹਿੰਦਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਅਸੀਂ ਦੇਣ ਨਹੀਂ ਦੇ ਸਕਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਣ ਨਹੀਂ ਦੇ ਸਕਦੇ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤਾਂ ਇਹ ਹਿੰਦੁਸਤਾਨ ਦੇ ਵਿੱਚ ਹਿੰਦੂ ਨਹੀਂ ਹੋਣਾ ਸੀ। ਹਾਂਜੀ ਹਾਂਜੀ, ਤੇ ਉਹਨਾਂ ਦੇ ਤੁਸੀਂ ਭਾਜਪਾ ਦੇ ਲੀਡਰਾਂ ਦੀਆਂ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਇਹ ਸਟੇਟਮੈਂਟ ਹਮੇਸ਼ਾ ਹੀ ਸੁਣੋਗੇ। ਠੀਕ ਹੈ, ਪਰ ਭਾਜਪਾ ਦੇ ਮੂੰਹ ਦੇ ਵਿੱਚੋਂ ਕਦੇ ਮੁਸਲਮਾਨਾਂ ਦੀ ਸਿਫਤ ਦਾ ਸ਼ਬਦ ਨਹੀਂ ਸੁਣੋਗੇ। ਅੱਛਾ, ਮਤਲਬ ਉਹ ਇਸ ਤਰ੍ਹਾਂ ਸੋਚਦੇ ਆ। ਤੇ ਤੁਸੀਂ ਕਾਂਗਰਸ ਦੇ ਲੀਡਰ ਤੋਂ ਕਦੇ ਇਹ ਨਹੀਂ ਸੁਣੋਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਰਕੇ ਹੀ ਇਹ ਦੇਸ਼ ਵਸਿਆ ਵਾ, ਬਚਿਆ ਵਾ। ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਦੇ ਮਹਾਰਾਜ ਨੇ ਸ਼ਹੀਦੀ ਦਿੱਤੀ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਹਿੰਦੂਆਂ ਦੇ ਲਈ, ਅੱਜ ਕੋਈ ਹਿੰਦੁਸਤਾਨ ਦੇ ਵਿੱਚ ਹਿੰਦੂ ਨਾ ਹੁੰਦਾ, ਤੁਸੀਂ ਕਾਂਗਰਸ ਦੇ ਤਕਰੀਬਨ ਕਿਸੇ ਲੀਡਰ ਤੋਂ ਇਹ ਗੱਲ ਨਹੀਂ ਸੁਣੋਗੇ। ਇਹ ਮਨਦੀਪ ਸਿੰਘ ਭਾਈ, ਆਪਾਂ ਜਿੱਦਾਂ ਇਸ ਗੱਲ ਨੂੰ ਜਿੱਦਾਂ ਕਿਸੇ ਧਰਮ ਨਾਲ ਜੋੜ ਸਕਦੇ ਹਾਂ, ਜਾ ਕੇ ਪਾਰਟੀ ਦੇ ਲੋਕਾਂ ਦਾ ਹੀ ਆ ਇਹ, ਕਿਉਂਕਿ ਜੇ ਹੁਣ ਆਪਾਂ ਕਹਿ ਦਿੰਦੇ ਹਾਂ ਵੀ ਸਾਰੇ ਹਿੰਦੂ ਮਾੜੇ ਨਹੀਂ, ਸਾਰੇ ਸਿੱਖ ਮਾੜੇ ਨਹੀਂ, ਜਾਂ ਸਾਰੇ ਸਿੱਖ ਚੰਗੇ ਨਹੀਂ, ਜਾਂ ਸਾਰੇ ਹਿੰਦੂ ਚੰਗੇ ਨਹੀਂ ਗੇ, ਆਪਾਂ ਇਹ ਵੀ ਗੱਲ ਕਹਿੰਦੇ ਹਾਂ, ਮੁਸਲਮਾਨਾਂ ਬਾਰੇ ਵੀ ਇਹ ਗੱਲ ਕਹਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਸਭੈ ਸਾਂਝੀ ਵਾਲ ਸਦਾਇਨ। ਹਾਂਜੀ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਹਾਂਜੀ, ਕੋਈ ਨਾ ਡਿੱਠੇ ਬਾਹਰਾ ਜੀਓ। ਹਾਂਜੀ ਹਾਂਜੀ, ਤੇ ਇਹਦੇ ਵਿੱਚ ਇਹ ਚੀਜ਼ ਹੈ ਵੀ ਇਹਦੇ ਵਿੱਚ ਇਹ ਗੁਰੂ ਸਾਹਿਬ ਕਹਿੰਦੇ ਨਹੀਂ ਤੂੰ ਕਿਸੇ ਨਾ ਦਿਸੈ ਜੀ, ਠੀਕ ਹੈ, ਕੋਈ ਨਾ ਡਿੱਠੇ ਨੀ ਹੈਗਾ। ਠੀਕ, ਸਭੈ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਠੀਕ, ਜਿਹੜੀ ਇਹ ਮਨੁੱਖਤਾ ਵਾ, ਮਨੁੱਖਤਾ ਤਾਂ ਦੇਖੋ ਸਾਰੀ ਸਾਂਝੀ ਆ। ਹਾਂ ਹਾਂ, ਪਰਮੇਸ਼ਰ ਦੀ ਜੋਤ ਤੋਂ ਬਿਨਾਂ ਕੋਈ ਵੀ ਨਹੀਂ ਹੈਗਾ। ਠੀਕ ਹੈ, ਮਨੁੱਖਤਾ ਉਹਦੇ ਵਿੱਚੋਂ ਨਿਕਲੀ ਆ। ਠੀਕ ਹੈ, ਆਪਾਂ ਜੇ ਧਰਮਾਂ ਦੀ ਮੈਂ ਗੱਲ ਨਹੀਂ ਕਰਦਾ, ਹਾਂਜੀ, ਇਹ ਗੱਲ ਕਰਦਾ ਵੀ ਜਿਹੜੀ ਹਿੰਦੁਸਤਾਨ ਦੀ ਪਾਲਿਸੀ ਆ, ਹਾਂਜੀ, ਇੱਕ ਇੱਕ ਜਿਹੜੀ ਉਹ ਆ, ਇੱਕ ਇੱਕ ਗੌਰਮੈਂਟ ਆ ਜਿਹੜੀ ਉਹ ਇੱਕ ਮਨੋਰਟੀ ਨੂੰ ਥੋੜਾ ਜਿਹਾ ਆਪਣੇ ਨੇੜੇ ਰੱਖਦੀ ਆ। ਠੀਕ, ਦੂਜੀ ਜਿਹੜੀ ਪਾਰਟੀ ਆ ਉਹ ਬਾਬਾ ਜੀ, ਜੋ ਪੰਜਾਬ ਦੇ ਵਿੱਚ ਹਾਲਾਤ ਚੱਲਦੇ ਨੇ, ਕੁਰਸੀਆਂ ਨੂੰ ਬਚਾਉਣ ਦੇ ਲਈ ਗੰਢ ਧੁੱਪਾਂ ਹੁੰਦੀਆਂ ਨੇ, ਠੀਕ, ਇਹਨਾਂ ਚੀਜ਼ਾਂ ਤੋਂ ਤਾਂ ਇਹੀ ਕਿਆਸ ਲਾਏ ਜਾ ਸਕਦੇ ਨੇ। ਠੀਕ ਹੈ, ਬੇਅਦਬੀ ਮਾਮਲੇ ਦੇ ਵਿੱਚ ਆਪਣੇ ਮਲੇਰਕੋਟਲੇ ਤੋਂ ਹੋਰ ਵੀ ਪਾਸਿਓਂ ਮੁਸਲਮਾਨ ਵੀਰ ਵੀ ਆਪਾਂ ਨੂੰ ਦਿਖੇ ਵੀ ਉਹ ਸਿੱਖਾਂ ਦੇ ਨਾਲ ਆ ਕੇ ਆਪਣੇ ਬਹਿੰਦੇ ਰਹੇ। ਠੀਕ ਹੈ, ਅਫਸੋਸ ਹੋਇਆ ਪਰਸੋਂ ਇੱਕ ਖਬਰ ਦੇਖ ਕੇ, ਜਦੋਂ ਟਰੱਕ ਦੇ ਵਿੱਚੋਂ ਇੱਕ ਟ੍ਰੈਫਿਕ ਪੁਲਿਸ ਵਾਲਾ ਇੱਕ ਸਰਦਾਰ ਦੇ ਨਾਲ ਬਦਤਮੀਜੀ ਕਰਦਾ, ਜਦੋਂ ਭੀੜ ਉਹਨੂੰ ਪੈਣ ਲੱਗੀ ਤਾਂ ਉਹ ਸਿੰਘ ਨੇ ਕਿਰਪਾਨ ਕੱਢ ਲਈ। ਠੀਕ ਹੈ, ਤੁਸੀਂ ਉਸ ਵੀਡੀਓ ਨੂੰ ਗੌਰ ਨਾਲ ਦੇਖਿਓ ਤੇ ਉੱਥੇ ਮੁਸਲਮਾਨ ਵੀ ਖੜੇ ਨੇ। ਠੀਕ ਹੈ, ਇੱਕ ਦਾੜੀ ਰੱਖੀ ਹੋਈ, ਮੁੱਛਾਂ ਕੱਟੀਆਂ ਹੋਈਆਂ ਵਾਲੇ ਮੁਸਲਮਾਨ ਵੀ ਉੱਥੇ ਖੜੇ ਆ। ਠੀਕ ਹੈ, ਜਿਹੜੇ ਵੀਡੀਓ ਦੇਖਦੇ ਵੀ ਨੇ। ਹਾਂਜੀ ਹਾਂਜੀ, ਸਰਦਾਰ ਦੀ ਮਦਦ ਨੂੰ ਕੋਈ ਨਹੀਂ ਆਇਆ।
ਮਤਲਬ ਇਹ ਵੀ ਇੱਕ ਤ੍ਰਾਸਦੀ ਕਹਿ ਲਈਏ ਵੀ ਜਦੋਂ ਸਿੱਖਾਂ ਨਾਲ ਇਕੱਲੇ ਤੁਸੀਂ ਜਿੱਦਾਂ ਚਲੋ ਆਪਾਂ ਕਿਸੇ ਵਿਅਕਤੀ ਜਾਂ ਧਰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਕਈ ਵਾਰੀ ਦੇਖੀਦਾ ਜਿਹੜੇ ਸਾਡੇ ਆਪ ਨੇ ਪੰਜਾਬ ਦੇ ਵਿੱਚ ਵੀ ਹੈਗੇ ਆ ਜਿਹਨਾਂ ਨੂੰ ਆਪਾਂ ਪੰਜਾਬੀ ਵੀ ਕਹਿੰਦੇ ਹਾਂ, ਚਲੋ ਭਾਵੇਂ ਉਹਨਾਂ ਨੇ ਜਿੱਦਾਂ ਹੋਰ ਫਿਰਕਿਆਂ ਨਾਲ ਸੰਬੰਧ ਰੱਖਦੇ ਆ, ਆਪਾਂ ਨਾਂ ਨਹੀਂ ਕਿਸੇ ਦਾ ਲੈਣਾ ਚਾਹੁੰਦੇ, ਪਰ ਉਹਨਾਂ ਨਾਲ ਜਦੋਂ ਹੁੰਦੀ ਆ ਸਿੱਖ ਖੜਦਾ ਆ, ਪਰ ਜਦੋਂ ਸਾਡੇ ਨਾਲ ਹੁੰਦੀ ਆ ਉਦੋਂ ਨਹੀਂ ਉਹ ਖੜਦੇ। ਹਾਂ ਉਦੋਂ ਯਾਨੀ ਕਿ ਵੀ ਬਹੁਤ ਘੱਟ ਪਰਸੈਂਟ ਹੋ ਜਾਂਦੀ ਆ। ਇੱਕ ਮੈਂ ਤੁਹਾਨੂੰ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਆਪਾਂ ਵੀ ਸਾਰੇ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ, ਮੈਂ ਥੋੜੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ। ਹਾਂਜੀ। ਇੱਕ ਪਿੰਡ ਦੇ ਵਿੱਚ ਮੰਨ ਲਓ 100 ਬੰਦਾ ਰਹਿੰਦਾ। ਹਾਂਜੀ। 100 ਦੇ ਵਿੱਚੋਂ 70 ਚੋਰ ਹੋਣ, 30 ਇਮਾਨਦਾਰ ਹੋਣ, ਉਹ ਪਿੰਡ ਚੋਰਾਂ ਦਾ ਬਚੂਗਾ। ਠੀਕ ਹੈ। 100 ਦੇ ਵਿੱਚੋਂ 70 ਇਮਾਨਦਾਰ ਹੋਣ, 30 ਚੋਰ ਹੋਣ ਤੇ ਪਿੰਡ ਇਮਾਨਦਾਰਾਂ ਦਾ ਬਚੂਗਾ। ਠੀਕ। ਕਦੇ ਵੀ 100% ਕਿਸੇ ਵੀ ਕੌਮ ਦੇ ਵਿੱਚ ਨਹੀਂ ਹੁੰਦਾ, ਉਹ ਚਾਹੇ ਮਾੜਾ ਹੋਵੇ ਚਾਹੇ ਚੰਗਾ ਹੋਵੇ। ਮਨਦੀਪ ਸਿੰਘ ਜੀ, ਜਿੱਦਾਂ ਹੁਣ ਆਪਾਂ ਇੱਥੇ ਆਉਂਦੇ ਹਾਂ ਵੀ ਜਿਹੜਾ ਭਾਰਤ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਹੈਗੀਆਂ ਜਾਂ ਨਹੀਂ? ਨਹੀਂ ਨਹੀਂ ਬਿਲਕੁਲ ਵੀ ਨਹੀਂ ਹੈਗੀਆਂ ਜੀ। ਤੁਸੀਂ ਬਾਬਾ ਜੀ, ਤੁਸੀਂ ਭਾਰਤ ਦੀ ਗੱਲ ਕਰਦੇ ਹੋ। ਹਾਂ। ਤੁਸੀਂ ਸਭ ਤੋਂ ਜ਼ਿਆਦਾ ਆਪਣੀ ਸਟੇਟ ਜਿਹੜੀ ਸਿੱਖਾਂ ਦੀ ਸਟੇਟ ਪੰਜਾਬ ਆ। ਹਾਂਜੀ। ਤੁਸੀਂ ਇੱਥੇ ਸੇਫ ਨਹੀਂ ਹੈਗੇ, ਮੈਂ ਤੁਹਾਨੂੰ 2-4 ਐਗਜ਼ਾਮਪਲਾਂ ਦੇ ਸਕਦਾ। ਹਾਂ ਦਿਓ ਆਪਾਂ, ਚਲੋ ਸੰਖੇਪ ਜਿਹਾ ਚ ਰੱਖਿਓ, ਆਪਾਂ ਲੈਣਾ ਹੋਰ ਵੀ ਦੂਏ ਪਾਸੇ ਵੀ ਬੀਜੀ ਆ। ਹਾਂਜੀ ਦੱਸੋ। ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ। ਹਾਂ। ਤੁਸੀਂ ਕੰਪਲੇਂਟਡ ਹੋ, ਮਦਈ ਹੋ। ਠੀਕ ਆ। ਤੁਹਾਨੂੰ ਜੱਜ ਤੁਹਾਡੇ ਬਾਣੇ ਨੂੰ, ਤੁਸੀਂ ਕਿਤੇ ਜੇ ਚੋਲਾ ਪਾ ਕੇ ਗੋਲ ਦਸਤਾਰ ਸਜਾ ਕੇ ਚਲੇ ਜਾਓ ਤੇ ਜੱਜ ਦੀ ਪਹਿਲੀ ਨਜ਼ਰ ਜਿਹੜੀ ਹੁੰਦੀ ਆ 90%। ਹਾਂ। ਤਾਂ ਸਾਰਿਆਂ ਨੂੰ ਨੀ ਮੈਂ ਮਾੜਾ ਕਹਿੰਦਾ, ਜੇ 90% ਨੇ ਉਹ ਤੁਹਾਨੂੰ ਦੇਖ ਕੇ ਕਹਿੰਦੇ ਨੇ ਵੀ ਦੋਸ਼ੀ ਇਹੀ ਹੋਊਗਾ। ਅੱਛਾ ਜੀ, ਉਹਨਾਂ ਨੇ ਪਹਿਲਾਂ ਜਾਣੀ ਰਿਜ਼ਲਟ ਪਹਿਲਾਂ ਲੈ ਲੈਂਦੇ ਆ। ਇੱਥੇ ਸਾਡੇ ਇਲਾਕੇ ਚ ਕਿਸੇ ਦਾ ਕੱਟਾ ਮਰ ਜਾਵੇ, ਕਿਸੇ ਦੀ ਮੱਝ ਮਰ ਜਾਵੇ, ਕਿਸੇ ਦਾ ਕੁਛ ਮਰ ਜਾਵੇ, ਥਾਣੇ ਚੋਂ ਜਦੇ ਪੁਲਿਸ ਵਾਲੇ ਆਉਂਦੇ ਨੇ ਮਨਦੀਪ ਸਿੰਘ ਨੂੰ ਚੱਕ ਲਿਆਓ। ਹਾਂ। ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਰਹਿਮਤ ਕੀਤੀ ਸੀ, ਜੋ ਮੇਰੇ ਤੋਂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੇਵਾ ਲਈ ਸੀ। ਹਾਂਜੀ ਹਾਂਜੀ ਹਾਂਜੀ। ਮੇਰਾ ਕਿਸੇ ਵੀ ਮੈਂ ਉਹਨਾਂ ਜਥੇਬੰਦੀਆਂ ਨੂੰ ਮਾੜਾ ਨਹੀਂ ਕਹਿੰਦਾ, ਪਰ ਮੇਰਾ ਇਹ ਉਹਨਾਂ ਕਿਸੇ ਜਥੇਬੰਦੀਆਂ ਦੇ ਨਾਲ ਕੋਈ ਲਿੰਕ ਨਹੀਂ ਸੀ। ਠੀਕ ਆ। ਮੇਰਾ ਲਾਇਸੈਂਸੀ ਰਿਵੋਲਵਰ ਸੀ, ਜੋ ਵੀ ਗੁਰੂ ਸਾਹਿਬ ਨੇ ਮੇਰੇ ਤੋਂ ਕਰਵਾਇਆ ਮੈਂ ਪਰਸਨਲੀ ਕੀਤਾ। ਹਾਂਜੀ ਹਾਂਜੀ। ਫਿਰ ਵੀ ਪੰਜਾਬ ਸਰਕਾਰ ਨੇ ਮੇਰਾ ਨੰਬਰ ਇੱਕ IB ਇੰਟੈਲੀਜੈਂਸ ਬਿਊਰੋ ਦੇ ਵਿੱਚ ਮੇਰਾ ਨੰਬਰ ਦਿੱਤਾ ਹੋਇਆ, ਤੇ ਕੋਈ ਵੀ ਗੱਲਬਾਤ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਚੱਕਣ ਉਹ ਮੈਨੂੰ ਆਉਂਦੇ ਨੇ। ਮਤਲਬ ਜਿੱਦਾਂ 10 ਨੰਬਰੀਆਂ ਦੇ ਹੁੰਦੇ ਸੀਗੇ ਅੱਗੇ ਵਿੱਚ। ਹਾਂਜੀ ਹਾਂਜੀ। ਕੋਈ ਇੱਥੇ ਪਤਾ ਨੀ ਕਿੱਥੇ ਕਿੰਨੇ ਕਿਲੋਮੀਟਰ ਤੇ ਮਾਛੀਵਾੜਾ ਸਾਹਿਬ ਤੋਂ ਪਰੇ ਕਦੇ ਪਤਾ ਨੀ ਕੋਈ ਸਰਸੇ ਵਾਲਾ ਮਰ ਗਿਆ ਤੇ ਚੱਕ ਕੇ ਮੈਨੂੰ ਲੈ ਗਏ। ਅੱਛਾ ਜੀ। ਲੁਧਿਆਣੇ ਕਿਸੇ ਨੇ ਮਾੜਾ ਜਿਹਾ ਕਰਤਾ ਵੀ ਲੁਧਿਆਣਾ ਬੰਦ ਕਰਨਾ, ਚੱਕਣ ਮੈਨੂੰ ਆ ਗਏ। ਹਾਂ। ਤੁਸੀਂ ਕਿਸੇ ਫੈਕਟਰੀਆਂ ਦੇ ਵਿੱਚ, ਹੁਣ ਆਪਾਂ ਰੁਜ਼ਗਾਰ ਦੀ ਗੱਲ ਕਰ ਲਈਏ। ਹਾਂਜੀ। ਆਪਣੇ ਆਲੇ ਦੁਆਲੇ ਜਿਹੜੀਆਂ ਫੈਕਟਰੀਆਂ ਨੇ ਨਾ ਇੱਥੇ। ਹਾਂ। ਤੁਸੀਂ ਬਾਣਾ ਵੀ ਤੁਸੀਂ, ਚਲੋ ਚੋਲਾ ਵੀ ਤੁਸੀਂ, ਕੁੜਤਾ ਪਜਾਮਾ ਪਾ ਕੇ, ਪੈਂਟ ਸ਼ਰਟ ਪਾ ਕੇ, ਕਿਤੇ ਕਿਰਪਾਨ ਹੀ ਉੱਤੇ ਦੀ ਪਾ ਜਾਓ, ਦਾੜਾ ਖੁੱਲਾ ਛੱਡ ਕੇ। ਹਾਂਜੀ। ਤੁਹਾਨੂੰ ਫੈਕਟਰੀ ਵਾਲੇ ਬਾਹਰੋਂ ਮੋੜ ਦਿੰਦੇ ਆ, ਬਾਈ ਜੀ ਹੈ ਨੀ ਕੰਮ। ਮਤਲਬ ਆਪਾਂ ਜਿੱਥੇ ਪੰਜਾਬ ਦੇ ਵਿੱਚ ਆ ਉੱਥੇ ਵੀ ਸੁਰੱਖਿਅਤ ਨਹੀਂਗੇ? ਆਪਾਂ ਪੰਜਾਬ ਦੇ ਵਿੱਚ ਵੀ, ਸਾਨੂੰ ਹਰੇਕ ਚੀਜ਼ ਤੇ ਦਬਾਇਆ ਜਾ ਰਿਹਾ, ਸਾਨੂੰ ਪੰਜਾਬ ਦੇ ਵਿੱਚ ਵੀ ਅੱਜ ਜਿਹੜੀ ਅੱਖ ਆ। ਹਾਂਜੀ। ਉਹ ਚੰਗੀ ਨਜ਼ਰ ਨਾਲ ਨਹੀਂ ਦੇਖਦੀ। ਤੁਸੀਂ ਜਿੱਦਾਂ ਹੁਣ ਇੱਥੇ ਮਾਲ ਬਣੇ ਹੁੰਦੇ ਆ ਜਿਹਦੇ ਆਪਾਂ ਸ਼ੋਪਿੰਗ ਮਾਲ ਨੇ, ਹਨਾ। ਹਾਂਜੀ ਹਾਂਜੀ। ਕਿਉਂਕਿ ਮੈਂ ਬਾਣੇ ਦੇ ਵਿੱਚ ਰਹਿਣਾ ਜ਼ਿਆਦਾਤਰ ਤੇ ਮੈਨੂੰ ਪਤਾ ਵਾ, ਮੈਂ ਇਹ ਚੀਜ਼ਾਂ, ਮੈਨੂੰ ਕੋਈ ਅਫਸੋਸ ਨਹੀਂ ਹੈਗਾ, ਪਰ ਮੈਂ ਤੁਹਾਨੂੰ ਇੱਕ ਹੱਡ ਵਿੱਚ ਦੱਸ ਰਿਹਾ। ਜਾਨੀ ਤੁਸੀਂ ਹੰਡਾਈਆਂ, ਤੁਹਾਡੇ ਨਾਲ ਇਹ ਹੁੰਦੀਆਂ ਰੋਜ਼, ਤੁਸੀਂ ਤਾਂ ਹੀ ਦੱਸ ਰਹੇ ਆ।
ਇਹ ਕੋਈ ਜਿਹੜਾ ਜਿਹੜੇ ਕਿ ਵੀ ਪੰਜਾਬ ਆ, ਇਹ ਕੋਈ ਆਈਸਲੈਂਡ ਤੇ ਥੋੜੀ ਜਾ ਕੇ ਵਸਿਆ ਹੋਇਆ। ਹਾਂਜੀ ਪੰਜਾਬ ਗੁਰੂਆਂ ਦੀ ਧਰਤੀ ਆ ਤੇ ਗੁਰੂ ਸਾਹਿਬ ਨੇ ਇੱਥੇ ਗੁਰਸਿੱਖੀ ਵਸਾਈ ਪੰਜਾਬ। ਠੀਕ ਹੈ। ਸਭ ਤੋਂ ਜ਼ਿਆਦਾ ਸਿੱਖ ਨੇ ਜਿਹੜੇ ਪੰਜਾਬ ਦੇ ਵਿੱਚ ਨੇ। ਕਿਸੇ ਸ਼ਾਪਿੰਗ ਮਾਲ ਦੇ ਵਿੱਚ ਕੋਈ ਚੀਜ਼ ਲੈਣ ਜਾਈਏ, ਬਾਣਾ ਪਾਇਆ ਹੁੰਦਾ ਤੇ ਦਸਤਾਰ ਸਜਾਈ ਹੁੰਦੀ ਆ, ਲੋਕ ਹੈਰਾਨੀ ਨਾਲ ਦੇਖਦੇ ਨੇ ਵੀ ਕੌਣ ਆ ਗਈ, ਵਿਖਰਿਆ ਕਿੱਥੋਂ ਆ ਗਿਆ ਕੋਈ। ਹਨਾ, ਠੀਕ ਹੈ। ਤੇ ਇੰਨੀ ਚੀਜ਼ ਤਾਂ ਮੈਂ 9 ਸਾਲ ਲਿਟਰੀ ਰਿਹਾ ਤੇ ਇੰਨੀ ਤਾਂ ਉਹ ਨੀ ਦੇਖਦੇ ਸੀ ਜਿਹੜਾ ਅੱਜ ਮਾਹੌਲ ਇੱਥੇ ਬਣਿਆ ਪਿਆ, ਇੱਥੇ ਸਿਰਜਿਆ ਪਿਆ ਵਾ। ਹਾਂਜੀ, ਇਹ ਇੰਨਾ ਤਾਂ ਬਾਹਰ ਵੀ ਨੀ ਸਾਨੂੰ ਜਿੱਦਾਂ ਲੋਕ ਘਿਰਨਾ ਕਰਦੇ, ਜਿੱਦਾਂ ਤੁਸੀਂ ਦੱਸਦੇ, ਜਿੰਨਾ ਪੰਜਾਬ ਚ ਤੁਸੀਂ ਕਹਿੰਦੇ ਕਰ ਰਹੇ ਆ। ਜੀ ਤੁਸੀਂ ਹਾਲੇ, ਹਾਲਾਂਕਿ ਮੈਂ ਡਾਕੂਮੈਂਟ ਬਣਾਏ ਹੋਏ ਨੇ ਉਸ ਤਰੀਕੇ ਦੇ ਨਾਲ, ਤੁਸੀਂ ਡਾਕੂਮੈਂਟ ਬਣਾਉਣ ਚਲੇ ਆਓ, ਲਾਇਸੈਂਸ ਬਣਾਉਣ ਚਲੇ ਆਓ, ਪਾਸਪੋਰਟ ਬਣਾਉਣ ਚਲੇ ਆਓ, ਹਾਂ ਤੁਸੀਂ ਦਫ਼ਤਰਾਂ ਦੇ ਵਿੱਚ ਚਲੇ ਆਓ, ਤੁਹਾਡੇ ਗੋਲ ਦਸਤਾਰ ਸਜਾਈਏ, ਦਮਾਲਾ ਸਜਾਇਆ, ਤੁਹਾਨੂੰ ਕਹਿਣਗੇ ਦੂਜੀ ਪੱਗ ਬੰਨ ਕੇ ਆਏ ਦਾ ਕੀ ਮਤਲਬ ਆ ਬਾਈ। ਮਨਦੀਪ ਸਿੰਘ ਮੁੱਖ ਦੀ ਗੱਲ ਕਿ ਦਿੱਲੀ ਦੇ ਵਿੱਚ ਜਿੱਦਾਂ ਇਹ ਮਤਲਬ ਸਮੇਂ ਸਮੇਂ ਜਿੱਦਾਂ ਚਲੋ 1984 ਚ ਹੋਇਆ, ਫੇਰ ਵੀ ਕਈ ਵਾਰੀ ਨਿੱਕੀਆਂ ਮੋਟੀਆਂ ਘਟਨਾਵਾਂ ਤੇ ਹੁੰਦੀਆਂ ਰਹਿੰਦੀਆਂ, ਤੇ ਇਹਨਾਂ ਦਾ ਹੱਲ ਕੀ ਆ? ਹੱਲ ਤਾਂ ਬਾਬਾ ਜੀ ਇਹੀ ਆ, ਦੇਖੋ ਹੱਲ ਤਾਂ ਜਿਹੜਾ ਇਹ ਇੰਡੀਆ ਨਾ, ਇੰਡੀਆ, ਹਾਂਜੀ, ਇਹਨੂੰ ਇਹ ਬਣਾਉਣਾ ਚਾਹੁੰਦੇ ਆ ਹਿੰਦੁਸਤਾਨ। ਠੀਕ ਆ, ਹਿੰਦੁਸਤਾਨ ਬਣਾਉਣਾ ਚਾਹੁੰਦੇ ਆ, ਹਿੰਦੂਆਂ ਦੀ ਧਰਤੀ। ਠੀਕ ਆ, ਠੀਕ ਆ ਜੀ। ਜਿਹੜੇ ਆ ਮਨਿਓਰਟੀਆਂ, ਕਿਉਂਕਿ ਉਹ ਬਣਾਇਆ ਤਾਂ ਹੀ ਜਾਊਗਾ ਜੇ ਮਨਿਓਰਟੀਆਂ ਨੂੰ ਇਹ ਦਬਾ ਲੈਣਗੇ। ਮਤਲਬ ਇਹ ਜਿਹੜੀਆਂ ਇਦਾਂ ਦੀਆਂ ਘਟਨਾਵਾਂ, ਹੋਰ ਦਾ ਤਾਂ ਮੈਨੂੰ ਪਤਾ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨਗੇ ਵੀ ਖਾਲਸਾ ਇੱਦਾਂ ਹੀ ਇਸ ਧਰਤੀ ਤੇ ਗੱਜੂਗਾ। ਠੀਕ, ਤੇ ਇਹ ਸਮਾਂ ਵਾ ਜਿਹੜਾ, ਸਮੇਂ ਦੇ ਮੁਤਾਬਿਕ ਦੇਖੋ ਜਦੋਂ ਕੋਈ ਵੀ ਚੀਜ਼, ਮੈਂ ਭਾਜਪਾ ਦੀਆਂ ਜਿਹੜੀਆਂ ਇਹ ਚੀਜ਼ਾਂ ਚੱਲ ਰਹੀਆਂ ਨੇ, ਬਾਹਲਾ ਹੈਰਾਨੀ ਨਹੀਂ ਹੁੰਦੀ ਮੈਨੂੰ। ਠੀਕ ਹੈ ਜੀ। ਜਦੋਂ ਕਿਸੇ ਬੰਦੇ ਨੂੰ ਜ਼ਿਆਦਾ ਦਬਾਵਾਂਗੇ ਨਾ, ਉਹ ਉਦੋਂ ਹੀ ਉੱਠੂਗਾ। ਮਤਲਬ ਤੁਸੀਂ ਪੰਜਾਬ ਦੇ ਵਿੱਚ, ਆਪਾਂ 2020 ਦੀ ਗੱਲ ਕਰਦੇ ਆ ਨਾ, ਬਾਹਰ ਬੈਠੇ, ਹਾਂਜੀ ਹਾਂਜੀ, ਅੱਜ ਪੰਜਾਬ ਦੇ ਵਿੱਚੋਂ, ਕਿਉਂਕਿ ਮੈਂ ਇੱਥੇ ਰਹਿੰਦਾ, ਵਿਚਰਦਾ, ਦੇਖਦਾ, ਅੱਜ ਪੰਜਾਬ ਦੇ ਵਿੱਚੋਂ 1000 ਵੋਟ ਸਾਡੇ ਪਿੰਡ ਦੇ ਵਿੱਚ ਆ। ਠੀਕ, ਆਪਾਂ ਨੂੰ ਪੰਜਾਬ ਦੇ ਵਿੱਚ ਇਹ ਐਲਾਨ ਕਰ ਦਿੱਤਾ ਜਾਵੇ ਵੀ ਇਕੱਲੇ ਗੁਰਸਿੱਖਾਂ ਨੇ ਵੋਟ ਪਾਉਣੀਆਂ, ਹੋਰ ਕਿਸੇ ਨੇ ਵੋਟ ਨੀ ਪਾਉਣੀ, ਇਕੱਲੇ ਸਿੱਖ ਧਰਮ ਨੇ ਵੋਟ ਪਾਉਣੀਆਂ, ਫਿਰ ਵੀ ਸਾਡੇ ਕੋਲੇ 20-25% ਵੋਟ ਨਹੀਂ ਪੈਣੀ ਹੈਗੀ ਵੱਖਰੇ ਰਾਜ ਦੇ ਲਈ। ਠੀਕ ਆ, ਏਦਾਂ ਦੀ ਤਾਂ ਹਾਲਤ ਹੋਈ ਹੋਈ ਆ ਲੋਕਾਂ ਦੀ, ਲੋਕਾਂ ਨੂੰ ਇਹੀ ਨੀ ਪਤਾ ਅਸੀਂ ਗੁਲਾਮ ਕਿਹੜੀਆਂ ਗੱਲਾਂ ਤੋਂ ਆ। ਲੋਕੀ ਫਿਰ ਇਹਦੇ ਚ ਜਾਗਰਤੀ ਨਹੀਂ, ਜਾਂ ਲੋਕੀ ਓਦਾਂ ਹੀ ਮਚਲੇ ਹੋਏ ਆ। ਲੋਕਾਂ ਨੂੰ ਆਪਣੀ ਐਸ਼ ਪ੍ਰਸਤੀ, ਲੋਕ ਕਹਿੰਦੇ ਨੇ ਵੀ ਅਸੀਂ ਆਪਣੇ ਘਰੇ ਪ੍ਰਸ਼ਾਦਾ ਪਾਣੀ ਵਧੀਆ ਛਕ ਰਹੇ ਹਾਂ, ਸਾਡੇ ਬੱਚੇ ਬਾਹਰ ਨੇ, ਤੇ ਸਾਨੂੰ ਕੀ ਲੋੜ ਆ ਕਿਸੇ ਦੇ ਬਾਰੇ ਬੋਲਣ ਦੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ ਮਨਦੀਪ ਸਿੰਘ ਜੀ। ਆਖਰ ਦੇ ਵਿੱਚ ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹੋ? ਮੈਂ ਤਾਂ ਬਸ ਇਹੀ ਗੱਲ ਕਹਿੰਦਾ ਵੀ ਜਿਹੜੀਆਂ ਇਹ ਨੀਤੀਆਂ ਚੱਲ ਰਹੀਆਂ ਨੇ ਇੰਡੀਆ ਦੇ ਵਿੱਚ ਹਿੰਦੂ ਰਾਜ ਬਣਾਉਣ ਦੀਆਂ, ਹਾਂਜੀ ਹਾਂਜੀ, ਤੇ ਉਹ ਇਹ ਨੀਤੀਆਂ ਬਾਈ ਜੀ ਇਹੀ ਨੇ ਵੀ ਉਹ ਇਹ ਜੇ ਨੀਤੀਆਂ ਨੂੰ ਉਹ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਤੇ ਮਨਿਓਰਟੀਆਂ ਇਸ ਕਰਕੇ ਹੀ ਜਾਗਣਗੀਆਂ, ਜਦੋਂ ਕੁੱਟ ਪਏ ਤੇ ਲੋਕ ਜਾਗਦੇ ਨੇ, ਕਿਉਂਕਿ ਲੋਕ ਸਾਡੇ ਵੀ ਸੁੱਤੇ ਪਏ ਨੇ। ਠੀਕ ਹੈ ਜੀ। ਤੇ ਦੂਜੀ ਗੱਲ, ਜਿਹੜੇ ਵੀਰ ਸੁਣ ਰਹੇ ਨੇ, ਜਿਹੜੇ ਖਾਲਿਸਤਾਨ ਦੇ ਵਿਰੋਧੀ ਨੇ, ਖਾਲਸੇ ਰਾਜ ਦੇ ਵਿਰੋਧੀ ਨੇ, ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਉਹ ਅਰਦਾਸ ਦੇ ਵਿੱਚ ਖੜਦੇ ਨੇ, ਅਰਦਾਸ ਦੇ ਵਿੱਚ ਖੜ ਕੇ, ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਵੀਰ ਹੋਵੇ, ਜੋ ਵੀ ਆ ਜਿਹੜਾ ਜਾਣੀ ਕਿ ਖਾਲਸੇ ਰਾਜ ਦੀ ਮੁਖਾਲਫਤ ਕਰਦਾ, ਮੈਂ ਉਹਨੂੰ ਇਹ ਗੱਲ ਕਹਿਣਾ ਵੀ ਜਿੱਦਾਂ ਤੁਹਾਡੇ ਚੈਨਲ ਤੇ ਉਹ ਵੀ ਆਇਆ ਸੀ, ਉਹ ਸੜਿਆ ਜਿਹਾ ਮੋਟਾ ਜਿਹਾ ਜਿਹੜਾ ਸਿੰਘਾਂ ਨੂੰ ਬੋਲ ਰਿਹਾ ਸੀ, ਨੌ ਦੀ ਮੈਲ ਦੱਸ ਰਿਹਾ ਸੀ, ਨਿਸ਼ਾਂਤ ਸ਼ਰਮਾ ਦੇ ਰਿਸ਼ਤੇ ਵਿੱਚ ਮੈਲ ਦੱਸ ਰਿਹਾ ਸੀ ਨਿਸ਼ਾਂਤ ਸ਼ਰਮਾ, ਹਾਂਜੀ ਹਾਂਜੀ, ਏਦਾਂ ਦੇ ਤੁਕੜ ਬੋਚਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਤਾਂ ਤੁਸੀਂ ਅਰਦਾਸ ਕਰਦੇ ਹੋ, ਉੱਚੀ ਉੱਚੀ ਦੁਆ ਪੜ੍ਹਦੇ ਹੋ, ਰਾਜ ਕਰੇਗਾ ਖਾਲਸਾ, ਆਕੀ ਰਹਿਣਾ ਕੋਈ, ਰਾਜ ਕਰੇਗਾ ਖਾਲਸੇ ਦਾ ਹੀ ਮਤਲਬ ਖਾਲਿਸਤਾਨ ਆ। ਠੀਕ ਆ, ਰਾਜ ਕਰੇਗਾ ਖਾਲਸੇ ਦਾ ਮਤਲਬ ਹੀ ਖਾਲਿਸਤਾਨ ਆ, ਉਹਨੂੰ ਚਾਹੇ ਖਾਲਸਾ ਰਾਜ ਕਹਿ ਦੋ ਚਾਹੇ ਖਾਲਸਾ ਖਾਲਿਸਤਾਨ ਕਹਿ ਦੋ।
ਠੀਕ ਹੈ ਜੀ। ਗੱਲ ਇੱਕ ਹੀ ਆ, ਏਦਾਂ ਦੇ ਲੋਕਾਂ ਨੂੰ, ਏਦਾਂ ਦੇ ਲੋਕ ਸਾਡੇ ਚੈਨਲ ਤੇ ਆ ਕੇ ਆਏ ਦੱਸਦੇ ਨੇ ਮੈਨੂੰ ਤਾਂ, ਉਹ ਬੰਦੇ ਦੇ ਵੀ ਕਹਿੰਦਾ 9 ਮਾਸ ਦੇ ਰਿਸ਼ਤੇ ਚ ਮੈਲ ਦੱਸਦਾ ਉਹ ਜੁਝਾਰੂ ਸਿੰਘਾਂ ਨੂੰ। ਨਹੀਂ ਕੋਈ ਨੀ, ਅਸੀਂ ਤੁਹਾਡੀ ਉਹਦੇ ਉਸ ਮੁੱਦੇ ਤੇ ਅੱਜ ਵੀ ਅਸੀਂ ਰਮਨਦੀਪ ਸਿੰਘ ਦੀ ਇੰਟਰਵਿਊ ਕੀਤੀ ਆ ਤੁਹਾਡੀ, ਕਿਤੇ ਕੱਲਿਆਂ ਦੀ ਇੰਟਰਵਿਊ ਕਰਾਂਗੇ ਤੇ ਤੁਸੀਂ ਜਿਹੜੀ ਵੀ ਗੱਲਬਾਤ ਕਰਨੀ ਹੋਈ ਉਹਦੇ ਮਤਲਬ ਜੋ ਨਿਸ਼ਾਂਤ ਸ਼ਰਮਾ ਕਹਿ ਕੇ ਗਿਆ ਉਹਦੇ ਮਤਲਬ ਉਹਦਾ ਜਵਾਬ ਦੇਣਾ ਹੋਵੇ ਤੁਸੀਂ ਦੇ ਸਕਦੇ ਹਾਂ। ਧੰਨਵਾਦ ਜੀ ਬਾਬਾ ਮਨਦੀਪ ਸਿੰਘ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਦਰਸ਼ਕ ਵਲੀਆ ਪ੍ਰਧਾਨ ਪੰਜਾਬ ਦੇ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਦੇ ਪ੍ਰਧਾਨ ਆ ਤੇ ਉਹ ਸਾਡੇ ਨਾਲ ਲਾਈਨ ਤੇ ਹਾਜ਼ਰ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ। ਹਾਂਜੀ ਬਾਬਾ ਜੀ, ਆਪਣੇ ਜਿੱਦਾਂ ਦਿੱਲੀ ਦੇ ਵਿੱਚ ਜੋ ਹੋਇਆ ਤੇ ਮਤਲਬ ਇਹਨੂੰ ਤੁਸੀਂ ਕਿੱਦਾਂ ਲੈਂਦੇ, ਤੁਹਾਡਾ ਕੀ ਪ੍ਰਤੀਕਰਮ ਹੈ, ਤੁਹਾਡੀ ਜਥੇਬੰਦੀ ਦਾ ਕੀ ਪ੍ਰਤੀਕਰਮ ਹੈ? ਵੇਖੋ ਜੀ, ਇਹ ਆਪਾਂ ਪ੍ਰਤੀਕਰਮ ਇਹ ਸਾਡਾ ਹੈ ਕਿ ਆਪਾਂ ਸ਼ੁਰੂ ਤੋਂ ਵੇਂਦੇ ਆਉਣੇ ਆ ਵੀ ਹਰੇਕ ਕੋਈ ਵੀ ਸਰਕਾਰ ਹੋਵੇ, ਭਾਵੇਂ ਭਾਜਪਾ ਦੀ ਸਰਕਾਰ ਹੋਵੇ, ਕਾਂਗਰਸ ਸਰਕਾਰ ਹੋਵੇ, ਹਮੇਸ਼ਾ ਹੀ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾਂਦਾ ਆ। ਹਾਂਜੀ, ਪਹਿਲੋਂ 1984 ਦੇ ਵਿੱਚ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਇਹਨਾਂ ਨੇ ਸਰਕਾਰ ਭਾਵੇਂ ਬਦਲੀ ਆ, ਉਦੋਂ ਕਾਂਗਰਸ ਸਰਕਾਰ ਸੀ, ਅੱਜ ਭਾਜਪਾ ਦੀ ਸਰਕਾਰ ਆ, ਉਦੋਂ ਵੀ ਦਿੱਲੀ ਇਹੋ ਸੀ, ਜਗ੍ਹਾ ਇਹੋ ਸੀ, ਉਦੋਂ ਵੀ ਇਸ ਤਰ੍ਹਾਂ ਸ਼ਰੇਆਮ ਤਕਰੀਬਨ 5-6 ਦਿਨ ਤੱਕ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਕਿਉਂਕਿ ਇਹਨੂੰ ਆਪਾਂ ਦੰਗਾ ਫਸਾਦ ਨਹੀਂ ਕਹਿ ਸਕਦੇ। ਠੀਕ ਆ, ਦੰਗਾ ਫਸਾਦ ਜਿਹੜਾ ਦੋ ਪਾਸਿਆਂ ਤੋਂ ਜਿਹੜੀ ਕਾਰਵਾਈ ਕੀਤੀ ਜਾਂਦੀ ਆ, ਆਪਸ ਵਿੱਚ ਝਗੜਦੇ ਹੋਣ, ਲੜਾਈ ਕਰਦੇ ਨੂੰ ਦੰਗਾ ਫਸਾਦ ਕਿਹਾ ਜਾਂਦਾ ਆ। ਹਾਂਜੀ, ਇੱਕ ਕਤਲੇਆਮ ਆ, ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਹੋਇਆ ਆ ਇਹ। ਪਰ ਸਾਰਾ ਕੁਝ ਬਾਬਾ ਜੀ, ਬਹੁਤ ਲੋਕੀ ਜਾਂ ਅਖਬਾਰਾਂ ਜਾਂ ਇੱਥੇ ਭਾਰਤ ਦਾ ਮੀਡੀਆ ਇਹ ਕਹਿ ਰਿਹਾ ਕਿ ਇੱਥੇ ਜਿਹੜਾ ਮਤਲਬ ਸਟਾਰਟ ਹੋਏ ਆ ਉਹਦੇ 'ਚ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਵੀ ਦੋਸ਼ ਦਿੱਤਾ ਜਾ ਰਿਹਾ ਆ, ਇੱਥੋਂ ਤੱਕ ਆਮ ਆਦਮੀ ਪਾਰਟੀ ਦਾ ਇੱਕ ਸਾਂਸਦ ਆ ਉਹਦਾ ਵੀ ਨਾਂ ਵਿੱਚ ਆਉਂਦਾ ਆ, ਤੇ ਇਹਨੂੰ ਤੁਸੀਂ ਕੀ ਕਹੋਗੇ, ਦੰਗੇ ਆ ਜਾਂ ਕਤਲੇਆਮ ਆ? ਵੇਖੋ ਜੀ ਮੇਰੀ ਗੱਲ ਸੁਣੋ, 1984 ਦੇ ਵਿੱਚ ਵੀ ਜਿੱਥੇ ਸਿੱਖਾਂ ਦਾ ਜ਼ਿਆਦਾ ਗੜ੍ਹ ਸੀ, ਜਿੱਥੇ ਜ਼ਿਆਦਾ ਆਬਾਦੀ ਸਿੱਖਾਂ ਦੀ, ਉੱਥਾਂ ਨੇ, ਕਿਉਂਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਸਿੱਖਾਂ ਨੂੰ ਪਤਾ ਸੀ ਵੀ ਆਹ ਕਾਰਵਾਈ ਹੋਣੀ, ਸਿੱਖਾਂ ਨੇ ਆਪਣੀ ਹਿਫਾਜ਼ਤ ਵਾਸਤੇ ਆਪਣਾ ਇੰਤਜ਼ਾਮ ਕੀਤਾ ਸੀ। ਜਦੋਂ ਹਜੂਮ ਉੱਧਰ ਨੂੰ ਗਏ ਸੀ, ਸਿੱਖਾਂ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ, ਕਿਉਂਕਿ ਆਪਣੀ ਸਵੇ ਰੱਖਿਆ ਕਰਨਾ ਹਰੇਕ ਦਾ ਫਰਜ਼ ਆ, ਤੇ ਆਪਣੀ ਰੱਖਿਆ ਵਾਸਤੇ ਜਿਹੀ ਇਹਦਾ ਮੁਕਾਬਲਾ ਕਰਦੇ ਵੀ ਹਾਂ ਤੇ ਇਹਨੂੰ ਦੰਗਾ ਫਸਾਦ ਨਹੀਂ ਕਿਹਾ ਜਾ ਸਕਦਾ। ਠੀਕ ਹੈ, ਹਾਂਜੀ ਹਾਂਜੀ, ਤੇ ਜਿੱਦਾਂ ਹੁਣ ਮਤਲਬ ਜੋ ਦਿੱਲੀ ਚ ਹੋਇਆ, ਜਿੰਨਾ ਨੁਕਸਾਨ ਹੁਣ ਹੋਇਆ ਪ੍ਰਾਪਰਟੀ ਦਾ ਹੋਇਆ, ਬੰਦੇ ਕਿੰਨੇ ਮਤਲਬ ਜਿਹੜੇ ਹਾਲੇ ਵੀ ਅੱਜ ਵੀ ਦੱਸਦੇ ਸੀ ਵੀ ਨਾਲਿਆਂ ਦੇ ਵਿੱਚੋਂ ਅੱਜ ਵੀ ਲਾਸ਼ਾਂ ਮਿਲੀਆਂ। ਵੇਖੋ ਜੀ, ਜਿਹੜੀ ਸਰਕਾਰ ਉੱਥੇ ਆਮ ਆਦਮੀ ਪਾਰਟੀ ਦੀ ਆ, ਹਾਂਜੀ, ਔਰ ਕੰਟਰੋਲ ਜਿਹੜਾ ਆ ਉੱਥੇ ਪੁਲਿਸ ਦਾ ਕੰਟਰੋਲ ਸੈਂਟਰ ਸਰਕਾਰ ਦਾ ਆ, ਭਾਜਪਾ ਸਰਕਾਰ ਦਾ ਆ। ਠੀਕ ਹੈ, ਵੇਖੋ ਵੀ ਇਹ ਜਿਹੜੀ ਕਾਰਵਾਈ, ਮੈਂ ਇਹ ਸਮਝਦਾ ਹਾਂ ਵੀ ਇੱਥੇ ਜਿੱਥੇ ਭਾਜਪਾ ਸਰਕਾਰ ਦਾ ਦੋਸ਼ ਹੈ, ਉੱਥੇ ਮੈਂ ਆਮ ਆਦਮੀ ਸਰਕਾਰ ਦਾ ਵੀ ਦੋਸ਼ ਇਹ ਮੰਨਦਾ ਕਿ ਇਹਨਾਂ ਨੂੰ ਪਹਿਲਾਂ ਕਾਰਵਾਈ ਜਿਹੜੀਆਂ ਹੁਣ ਕਰਦੇ ਪਹਿਲਾਂ ਕਰਨੀਆਂ ਚਾਹੀਦੀਆਂ ਸੀਗੀਆਂ। ਠੀਕ ਹੈ, ਨਹੀਂ ਆਪਾਂ ਕਿਉਂਕਿ ਪਹਿਲਾਂ ਇੰਤਜ਼ਾਮ ਜੇ ਬਾਬਾ ਜੀ ਜਿਹੜੇ ਆਮ ਆਦਮੀ ਪਾਰਟੀ ਲਿਖਦੀ ਰੂਪ ਚ, ਜਦੋਂ ਆਮ ਆਦਮੀ ਪਾਰਟੀ ਨੇ ਜਿਹੜਾ ਉੱਥੇ ਦਾ ਮਤਲਬ ਗਵਰਨਰ ਬਣਾਇਆ ਹੋਇਆ ਦਿੱਲੀ ਦਾ, ਉਹਨਾਂ ਨੇ ਜਦੋਂ ਪਹਿਲਾਂ ਇਹ ਸਰਕਾਰ ਦੀ ਹੁਣ ਤੇ ਜੱਜ ਕੇ ਦੁਆਰਾ ਆਈ ਆ, ਉਦੋਂ ਉਹਨਾਂ ਨੂੰ ਪੂਰੀ ਖੁੱਲ ਦਿੱਤੀ ਸੀਗੀ ਵੀ ਜਿਹੜੇ ਕੰਮ ਤੁਸੀਂ ਕਰਨੇ ਆ ਕਰ ਸਕਦੇ ਆ, ਤੇ ਹੁਣ ਹਾਂਜੀ ਹੁਣ ਜੇ ਆਪਾਂ ਇਹ ਕਹੀਏ ਕਿ ਨਹੀਂ ਜੀ ਸੈਂਟਰ ਦੀ ਭਾਜਪਾ ਦੀ, ਕਿਉਂਕਿ ਮੈਂ ਕਿਸੇ ਦਾ ਪੱਖ ਨਹੀਂ ਪੂਰਦਾ, ਪਰ ਜੋ ਮੈਂ ਦੇਖਿਆ ਸਾਹਮਣੇ
ਹੁਣ ਆਪਾਂ ਕਹੀਏ ਭਾਜਪਾ ਦਾ ਕਸੂਰ ਆ, ਆਮ ਆਦਮੀ ਪਾਰਟੀ ਦਾ ਕੋਈ ਕਸੂਰ ਨਹੀਂ ਗਾ, ਜੇ ਬਾਕੀ ਕੰਮ ਦਿੱਲੀ ਦੇ ਵਿੱਚ ਕੀਤੇ ਜਾ ਸਕਦੇ ਆ, ਸਕੂਲ ਵਧੀਆ ਬਣਾਏ ਜਾ ਸਕਦੇ, ਹੋਰ ਕੰਮ ਕੀਤੇ ਜਾ ਸਕਦੇ ਆ, ਤੇ ਪੁਲਿਸ ਨੂੰ ਕਿਉਂ ਨਹੀਂ ਰੋਕਿਆ ਜਾ ਸਕਦਾ ਜੀ? ਵੇਖੋ ਜੀ, ਮੈਂ ਪਹਿਲਾਂ ਹੀ ਇਹ ਗੱਲ ਕੀਤੀ ਆ ਕਿ ਇਹ ਦੋਹਰਾ ਮਾਪਦੰਡ ਜਿਹੜਾ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਜਿੱਥੇ ਕਈ ਲੋਕਾਂ ਦੀ ਧਾਰਨਾ ਇਹ ਆ ਕਿ ਕਈਆਂ ਦਾ ਇਹ ਮੰਨਣਾ ਆ ਕਿ ਇਹ ਹੋਣਾ ਹੀ ਸੀਗਾ, ਕਿਉਂਕਿ ਕਿਸ ਤਰ੍ਹਾਂ ਹੋਣਾ ਸੀਗਾ ਵੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਬਣ ਗਈ, ਭਾਜਪਾ ਨੂੰ ਤੇ ਕਾਂਗਰਸ ਨੂੰ ਕਰਾਰੀ ਹਾਰ ਮਿਲੀ ਆ, ਕਾਂਗਰਸ ਨੇ ਤੇ ਭਾਜਪਾ ਨੇ ਲੋਕਾਂ ਦੀ ਅੱਧ ਕਥਨਾ ਜਿਹੜੀ ਆ ਵੀ ਭਾਜਪਾ ਤੇ ਕਾਂਗਰਸ ਨੇ, ਭਾਜਪਾ ਤੇ ਕਾਂਗਰਸ ਜਿਹੜੀ ਆ ਇਹਨਾਂ ਨੇ ਰਹਿ ਦੇ ਨਾਲ ਮੇਲੇ ਭੁੱਤ ਦੇ ਨਾਲ ਸ਼ਹਿ ਦਿੱਤੀ ਆ ਗੁੰਡਾਗਰਦੀ ਨੂੰ, ਤੇ ਮੈਂ ਇੱਥੇ ਸਮਝਦਾ ਵੀ ਚਲੋ ਸ਼ਹਿ ਮੈਂ ਇਸ ਗੱਲ ਨੂੰ ਮੰਨਦਾ ਨੀ, ਪਰ ਫਿਰ ਵੀ ਜੇ ਉਹਨਾਂ ਦੇ ਕਹਿਣ ਤੇ ਮੰਨੀਏ, ਪਰ ਸਰਕਾਰ ਦੇ ਕੀ ਇੰਤਜ਼ਾਮ ਆ, ਸਰਕਾਰ ਦੇ ਇੰਤਜ਼ਾਮ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੇ ਉਹਦੇ ਕੀ ਇੰਤਜ਼ਾਮ ਸੀ ਇੱਥੇ ਇਸ ਨੂੰ ਰੋਕਣ ਵਾਸਤੇ? ਨਹੀਂ, ਪੁਲਿਸ ਵਾਲੇ ਤੁਸੀਂ ਆਪ ਦੱਸ ਰਹੇ ਆ ਜਿਹੜੇ ਲੋਕਾਂ ਨੂੰ ਕੁੱਟਣ ਡਏ ਆ, ਉਹਨਾਂ ਨੂੰ ਮਤਲਬ ਉਹਨਾਂ ਤੇ ਨਾਰੇ ਲਵਾ ਰਹੇ ਆ? ਹਾਂਜੀ, ਮੈਂ ਆਪ ਆਪਾਂ ਟੀਵੀ ਦੇ ਰਾਹੀਂ ਮੀਡੀਆ ਦੇ ਰਾਹੀਂ ਵੇਖਿਆ ਆ ਪੁਲਿਸ ਵਾਲੇ ਖੁਦ ਮੂੰਹ ਦੇ ਵਿੱਚ ਡੰਡੇ ਪਾ ਪਾ ਕੇ ਉਹਨਾਂ ਨੂੰ ਮਾਰ ਰਹੇ ਨਾਲ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਸਮਝਦਾ ਵੀ ਨਲਾਇਕੀ ਆਮ ਆਦਮੀ ਸਰਕਾਰ ਦੀ ਵੀ, ਦਿੱਲੀ ਸਰਕਾਰ ਦੀ ਇਹ ਨਲਾਇਕੀ ਆ ਕਿ ਉੱਥੇ ਪਹਿਲਾਂ ਇੰਤਜ਼ਾਮ, ਕਿਉਂਕਿ ਪਤਾ ਹੀ ਇਹ ਹੋਣਾ ਹੀ ਥਾ, ਕਿਉਂਕਿ ਲੋਕਾਂ ਦੀ ਕਥਨਾ ਆਦਿ ਕਰਨਾ ਹੈ ਕਿ ਇਹ ਹੋਣਾ ਹੀ ਥਾ, ਇਹ ਹੋਣਾ ਹੀ ਸੀਗਾ ਤੇ ਪਹਿਲਾਂ ਇੰਤਜ਼ਾਮ ਕਿਉਂ ਨਹੀਂ ਕੀਤੇ? ਆਪਾਂ ਇਹ ਕਹੀਏ ਨਾ ਵੀ ਵੋਟਾਂ ਤੋਂ ਪਹਿਲਾਂ ਨਾਰੇ ਲੱਗ ਰਹੇ ਸੀਗੇ, ਗੋਲੀ ਮਾਰੋ ਗਦਾਰੋਂ ਕੋ, ਦੇਸ਼ ਕੇ ਗਦਾਰੋਂ ਕੋ, ਇਹੋ ਜਿਹੇ ਨਾਰੇ ਉੱਥੇ ਲੱਗ ਰਹੇ, ਕੌਣ ਲਾ ਰਹੇ? ਹਾਂਜੀ ਹਾਂਜੀ, ਇਹ ਕਿਆਸ ਰਹੀਆਂ, ਜੇ ਕਿਆਸ ਰਹੀਆਂ ਇਹ ਤੋਂ ਲਾਈਆਂ ਜਾ ਸਕਦੀਆਂ ਵੀ ਕੁਛ ਹੋਣਾ ਹੀ ਹੈ, ਤੇ ਫਿਰ ਇੰਤਜ਼ਾਮ ਕਿਉਂ ਨਹੀਂ ਕੀਤੇ ਸਰਕਾਰ ਨੇ? ਠੀਕ ਆ, ਜੇ ਹੁਣ ਅਸੀਂ ਆਰਮੀ ਦੀ ਹੁਣ ਮੰਗ ਕਰਦੇ ਹਾਂ, ਹੁਣ ਗਵਰਨਰ ਰਾਜ ਕਿਸ ਤਰ੍ਹਾਂ ਵੀ ਦਖਲ ਦੇਵੇ, ਫੌਜ ਦੇਵੇ, ਰਾਈਟਰ ਪਾਈ, ਤੇ ਉਦੋਂ ਕਿਉਂ ਨੀ ਅਸੀਂ ਮੰਗ ਕੀਤੀ, ਉਦੋਂ ਕਿਉਂ ਨੀ ਇੰਤਜ਼ਾਮ ਕੀਤਾ? ਦੂਜੀ ਗੱਲ ਇਹ ਆ, ਦੂਜੀ ਗੱਲ ਇਹ ਆ ਵੀ ਜਿਸ ਤਰ੍ਹਾਂ 1984 ਦੇ ਵਿੱਚ ਅਮਿਤਾਭ ਬੱਚਨ ਵਰਗੇ, ਰਾਜੀਵ ਗਾਂਧੀ ਵਰਗੇ, ਆਪਣੇ ਜਗਦੀਸ਼ ਟੈਟਲਰ ਵਰਗੇ, ਸੱਜਣ ਕੁਮਾਰ ਵਰਗਿਆਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਸੀ, ਤੇ ਅੱਜ ਤੱਕ ਕੋਈ ਉਹਨਾਂ ਨੂੰ ਸਜ਼ਾ ਨਹੀਂ ਮਿਲੀ, ਜਾਂ ਹੁਣ ਥੋੜੀ ਜਿਹੀ ਸਜ਼ਾ ਦੇ ਕੇ ਥੋੜਾ ਜਿਹਾ ਸਾਡੇ ਜ਼ਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਮੈਂ ਇਹ ਸਮਝਦਾ ਆ ਕਿ ਉਹਦੀ ਦੂਜੀ ਕਾਪੀ ਜੇ ਤੁਸੀਂ ਭਾਜਪਾ ਅੱਜ ਤੱਕ ਸਰਕਾਰ ਜਿਹੜੀ ਭਾਜਪਾ ਭਾਵੇਂ ਸਰਕਾਰ ਦੇ ਵਿੱਚ ਹੋਵੇ ਭਾਵੇਂ ਸਰਕਾਰ ਤੋਂ ਬਾਹਰ ਹੋਵੇ, ਅੱਜ ਤੱਕ ਕਾਂਗਰਸ ਦੇ ਨਾਲ ਰਾਜਨੀਤੀ ਰੋਟੀਆਂ ਖੇਡਦੀ ਆਈ ਰਹੇ, ਰੋਟੀਆਂ ਜਿਹੜੀਆਂ ਸੇਕਦੀ ਆ ਰਹੀ ਆ ਕਿ ਇਹਨਾਂ ਨੇ 1984 ਦੇ ਵਿੱਚ ਕਤਲੇਆਮ ਕੀਤਾ, ਦੰਗੇ ਫਸਾਦ ਕੀਤੇ ਆ, ਇਹ ਉਹਦੇ ਤੇ ਰੋਟੀਆਂ ਸੇਕਦੀ ਰਹੀ ਆ ਭਾਜਪਾ, ਤੇ ਅੱਜ ਉਹਦੀ ਦੂਜੀ ਕਾਪੀ ਬਣ ਕੇ ਉਹਦਾ ਹੀ ਰੂਪ ਧਾਰਨ ਕਰਕੇ ਇਹਨਾਂ ਨੇ ਕਿਹੜੀ ਚੰਗੀ ਗੱਲ ਕੀਤੀ ਦੱਸੋ? ਇਹਦੇ ਵਿੱਚ ਜਿਸ ਤਰ੍ਹਾਂ ਵੇਖੋ ਕਿ ਇਹਨਾਂ ਭਾਜਪਾ ਦੇ ਜਿਹੜਾ ਕਪਿਲ ਸ਼ਰਮਾ ਆ, ਹਾਂਜੀ ਹਾਂਜੀ, ਕਪਿਲ ਸ਼ਰਮਾ ਦਾ ਵੇਖੋ ਅਹਿਮ ਰੋਲ ਰਿਹਾ ਆ। ਹੁਣ ਰਾਗ ਠਾਕਰ ਜਿਹੜਾ ਸੀਗਾ ਉਹਦੇ, ਕਿਉਂਕਿ ਚਾਰ ਨਾਂ ਆਪਾਂ ਵਿੱਚ ਸੁਣਦੇ ਹਾਂ, ਜੇ ਉਹਨਾਂ ਦੇ ਵਿੱਚ ਚਾਰ ਪੰਜ ਨਾਂ ਸੀ ਨਾ ਮਸ਼ਹੂਰ, ਇਹਨਾਂ ਵੀ ਕੋਈ ਕਸਰ ਨਹੀਂ ਛੱਡੀ। ਠੀਕ ਹੈ, ਅਨੁਰਾਗ, ਇਹ ਕਪਿਲ ਸ਼ਰਮਾ ਆ, ਅਨੁਰਾਗ ਠਾਕਰ ਆ, ਅਭੈ ਵਰਮਾ ਤੇ ਪ੍ਰਵੇਸ਼ ਵਰਮਾ। ਅੱਛਾ ਜੀ, ਇਹ ਚਾਰ ਬੰਦੇ ਆ ਜਿਨ੍ਹਾਂ ਨੂੰ ਆਪਣੇ ਉੱਥੋਂ ਦੇ ਹਾਈ ਕੋਰਟ ਨੇ, ਦਿੱਲੀ ਦੇ ਹਾਈ ਕੋਰਟ ਨੇ ਦੋਸ਼ੀ ਨਾਮਜ਼ਦ ਕਰਕੇ ਇਹਨਾਂ ਤੇ FIR ਦਰਜ ਕਰਨ ਵਾਸਤੇ ਹੁਕਮ ਦਿੱਤੇ ਹੋਏ ਸੀ। ਅੱਛਾ ਅੱਛਾ, ਸ਼ਾਇਦ ਆਪ ਜੀ ਨੇ, ਤੁਹਾਡੇ ਮੀਡੀਆ ਨੂੰ ਪਤਾ ਹੋਣਾ ਆ, ਉਹਨਾਂ ਤੇ FIR, ਇਹਨਾਂ ਤੇ ਚੌਂ ਬੰਦਿਆਂ ਤੇ FRI ਦਰਜ ਕਰਕੇ ਹੁਕਮ ਦਿੱਤੇ ਹੋਏ। ਪਰ ਵੇਖੋ ਇਹ ਨਲਾਇਕੀ ਸਰਕਾਰਾਂ ਦੀ ਇੱਥੋਂ ਰਾਜਨੀਤਿਕ ਪ੍ਰਭਾਵ ਕਿੱਡਾ ਪਾਇਆ, ਰਾਸ਼ਟਰਪਤੀ ਤੇ ਰਾਸ਼ਟਰਪਤੀ ਤੱਕ ਜ਼ੋਰ ਦੇ ਕੇ, ਤੇ ਰਾਤੋਂ ਰਾਤ ਜਿਹੜਾ ਸਾਡਾ ਮੁਰਲੀਧਰ ਉੱਥੋਂ ਦਾ ਹਾਈਕੋਰਟ ਦਾ ਜੱਜ, ਉਹਨੂੰ ਰਾਤੋਂ ਰਾਤ ਬਦਲ ਕੇ ਪੰਜਾਬ ਹਾਈਕੋਰਟ ਦਾ ਜੱਜ ਬਣਾ ਦਿੱਤਾ ਗਿਆ। ਅੱਛਾ ਜੀ,
ਮੁਰਲੀਧਰ ਜਿਹੜਾ ਮੁਰਲੀਧਰ ਜੱਜ ਆ ਦਿੱਲੀ ਹਾਈ ਕੋਰਟ ਦਾ, ਉਹਨੂੰ ਰਾਤੋ ਰਾਤ ਕਿਉਂਕਿ ਉਹਨੇ ਹੁਕਮ ਦਿੱਤੇ ਆ, ਮਤਲਬ ਜੇ ਇਹਨਾਂ ਦੋ ਜੇ ਕੋਈ ਕੋਰਟ ਦੇ ਵਿੱਚੋਂ ਕੋਈ ਫੈਸਲਾ ਸਹੀ ਵੀ ਆ ਜਾਂਦਾ ਤੇ ਜਿਹੜਾ ਸਿਆਸੀ ਕਰਨ ਉਹਦਾ ਕਰ ਦਿੱਤਾ ਜਾਂਦਾ, ਉਹਨੂੰ ਉਹਦੇ ਬਦਲ ਦਿੱਤਾ ਜਾਂਦਾ। ਹਾਂਜੀ ਹਾਂਜੀ, ਵੇਖੋ ਇਹ ਰਾਸ਼ਟਰਪਤੀ ਅਸਰ ਸੂਰ ਖਾ ਕੇ, ਰਾਸ਼ਟਰਪਤੀ ਜ਼ੋਰ ਤੱਕ ਪਾ ਕੇ, ਉੱਥੋਂ ਤੱਕ ਜ਼ੋਰ ਪਾ ਕੇ ਤੇ ਇਹਨੂੰ ਮੁਰਲੀਧਰ ਨੂੰ ਰਾਤੋ ਰਾਤ ਪੰਜਾਬ ਹਾਈ ਕੋਰਟ ਦਾ ਬਣਾ ਦਿੱਤਾ ਜੱਜ ਇੱਥੋਂ ਬਦਲ ਕੇ। ਠੀਕ ਆ, ਇੱਥੋਂ ਅਸੀਂ ਕੀ ਇੱਥੋਂ ਅਸੀਂ ਕੀ ਸਮਝ ਸਕਦੇ ਹਾਂ? ਹੁਣ ਆਪਣਾ ਸਵਾਲ ਇਹ ਪੈਦਾ ਹੁੰਦਾ ਬਾਬਾ ਜੀ, ਬਈ ਭਾਰਤ ਦੇ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਹੈਗੀਆਂ ਜਾਂ ਨਹੀਂ ਹੈ? ਬਿਲਕੁਲ ਨੀ ਜੀ, ਬਿਲਕੁਲ ਨੀ। ਜੋ ਪੜੋਸੀ ਕੇ ਹੋਆ ਤੂੰ ਆਪਣੇ ਵੀ ਜਾਨ ਮਾਰੇ, ਗੁਰਬਾਣੀ ਕਹਿੰਦੀ ਵੀ, ਕਬੀਰ ਸਾਹਿਬ ਕਹਿੰਦੇ ਵੀ ਜੋ ਪੜੋਸੀ ਦੇ ਹੋਇਆ ਤੁਸੀਂ ਵੇਖਦੇ ਜੇ ਨਾ, ਇਹ ਖਿਆਲ ਮਤ ਕਰੋ ਵੀ ਉਹਦੇ ਘਰ ਅੱਗ ਲੱਗੀ ਆ ਤੇ ਅਸੀਂ ਵੇਖੀਏ ਕਿ ਬਸੰਤਰ ਲੱਗਾ ਹੈ, ਇਹ ਸਾਡੇ ਘਰ ਵੀ ਅੱਗ ਆਈ ਸੀ ਤੇ ਆਉਣੀ ਵੀ ਆ। ਠੀਕ ਆ, ਅੱਜ ਮੁਸਲਮਾਨ ਬਰਾਦਰੀ ਨੂੰ, ਮੁਸਲਮਾਨ ਧਰਮ ਨੂੰ ਇਹਨਾਂ ਟਾਰਗੇਟ ਕੀਤਾ ਆ ਤੇ ਉਹ ਦਿਨ ਦੂਰ ਨੀ ਜਦੋਂ ਇਹ, ਕਿਉਂਕਿ ਅਜੇ ਪ੍ਰੈਕਟਿਕ ਅਜੇ ਟ੍ਰੇਲਰ ਵਿਖਾਉਣ ਡੇ, ਫਿਲਮ ਤੇ ਇਹਨਾਂ ਅਜੇ ਪਾਸੇ ਰੱਖੀ ਆ, ਮਤਲਬ ਹਾਲੇ ਹੋਰ ਨੁਕਸਾਨ ਵੀ ਹੋ ਸਕਦਾ। ਹਾਂ ਹਾਂ ਹਾਂ, ਕਿਉਂਕਿ ਪੰਜਾਬ ਦੇ ਵਿੱਚ ਵੀ ਵੇਖੋ ਜੇ ਅੱਜ ਆਪਾਂ ਵੇਖੀਏ ਜੋ ਸਰਕਾਰਾਂ ਦੀ ਹਾਲਤ ਮਾੜੀ ਆ, ਇਹ ਤੀਜੀ ਧੁਰ, ਮੈਂ ਕਿਸੇ ਦੇ ਨਾਲ ਸਹਿਮਤ ਨੀ, ਕਿਸੇ ਸਰਕਾਰ ਦੇ ਨਾਲ, ਕਿਸੇ ਵੀ ਰਾਜਨੀਤਿਕ ਪਾਰਟੀ ਨਾਲ, ਫਿਰ ਮੈਂ ਕਹਿੰਦਾ ਆ ਕਿ ਇਹ ਸਰਕਾਰਾਂ ਇੱਕ ਨੂੰ ਦਬਾਉਣ ਵਾਸਤੇ ਇੱਕ ਦਾ ਜ਼ੋਰ ਨਾ ਪੈਣ ਹੋਏ, ਜਿਤਨਾ ਦਿੱਲੀ ਦੇ ਵਿੱਚ ਕਾਂਗਰਸ ਤੇ ਭਾਜਪਾ ਹੁਣ ਅੱਜ ਮੇਰੇ ਹਿਸਾਬ ਨਾਲ ਤੇ ਇੱਕ ਮੇਕੀ ਆ, ਕਿਉਂਕਿ ਕਾਂਗਰਸ ਨੇ ਕੋਈ ਮੂੰਹ ਨੀ ਖੋਲਿਆ। ਠੀਕ ਆ, ਕੋਈ ਬਿਆਨ ਨੀ ਆਇਆ ਮੇਰੇ ਹਿਸਾਬ ਨਾਲ ਤੇ, ਕੋਈ ਬਿਆਨ ਨੀ ਆਇਆ ਕਿ ਅਸੀਂ ਇਹਦੇ ਇੰਟਰਨੈਸ਼ਨਲ ਪੰਥਕ ਦਾ ਵੱਲੋਂ ਅਸੀਂ ਇਹਨਾਂ ਦੋਵਾਂ ਪਾਰਟੀਆਂ ਦੇ ਕਰੜੇ ਸ਼ਬਦਾਂ ਦੀ ਨਿੰਦਾ ਕਰਦੇ ਹਾਂ ਕਿ ਦੱਸੋ ਜੇ ਦਿੱਲੀ ਦੇ ਵਿੱਚ 1984 ਦੇ ਵਿੱਚ ਕਤਲੇਆਮ ਕੀਤਾ, ਸਿੱਖਾਂ ਦੀ ਨਸਲ ਕੁਸ਼ੀ ਕਰਨ ਦਾ ਯਤਨ ਕੀਤਾ ਗਿਆ ਕਾਂਗਰਸ ਵੱਲੋਂ, ਤੇ ਅੱਜ ਭਾਜਪਾ ਨੇ ਮੁਸਲਮਾਨਾਂ ਦੀ ਨਸਲ ਕੁਸ਼ੀ ਕਹਿ ਸਕਦੇ ਕਤਲੇਆਮ ਜਿਹੜਾ ਹੋਇਆ ਹੈ, ਕਿਉਂਕਿ ਉਹਦੇ ਵਿੱਚ ਜੇ ਤੁਸੀਂ ਕਹਿੰਦੇ ਜੇ ਆਪਾਂ ਕਹਿ ਦਿੰਦੇ, ਲੋਕ ਕਹਿੰਦੇ ਜੀ ਦੰਗਾ ਫਸਾਦ ਉਹ ਹੁੰਦਾ ਆ ਜਿਹੜਾ ਇੱਕ ਦੋਵੇਂ ਤਰ੍ਹਾਂ ਬਰਾਬਰ ਦਾ ਝਗੜਨ, ਬਰਾਬਰ ਮੈਦਾਨ ਦੇ ਵਿੱਚ ਆਣ ਕੇ ਲੜਨ। ਪਰ ਬਾਬਾ ਜੀ ਜਿੱਦਾਂ ਹੁਣ ਜਦੋਂ ਤੁਹਾਨੂੰ ਪਤਾ ਬਿਲ ਕਲਿੰਟਨ ਆਇਆ ਸੀਗਾ ਤੇ ਉਦੋਂ ਛੱਤੀ ਸਿੰਘਪੁਰਾ ਦੇ ਵਿੱਚ, ਹਾਂਜੀ ਹਾਂਜੀ, ਇਹ ਤੁਸੀਂ, ਮੈਂ ਤੁਹਾਨੂੰ ਬੇਨਤੀ ਕਰਦਾ ਜੀ, ਹਾਂ ਕੁਝ ਸਮਾਂ ਸੀ ਬਿਲ ਕਲਿੰਟਨ ਆਇਆ, ਹਾਂਜੀ, ਉਹਨਾਂ ਨੂੰ ਸਰਕਾਰ ਨੇ ਇਹ ਵਿਖਾਉਣਾ ਸੀਗਾ ਕਿ ਪਾਕਿਸਤਾਨ ਅੱਤਵਾਦੀ ਦੇਸ਼ ਆ। ਠੀਕ ਆ, ਉਹਨੂੰ ਪਾਕਿਸਤਾਨੀ ਅੱਤਵਾਦੀ ਦੇਸ਼ ਗਰਦਾਨਣ ਕਰਕੇ ਚਿੱਠੀ ਸਿੰਘਪੁਰਾ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ 27 ਸਿੱਖਾਂ ਦਾ ਸਾਡਾ ਕਤਲੇਆਮ ਕਰਵਾ ਦਿੱਤਾ। ਬਗੀਚਾ ਸਿੰਘ ਜੀ ਹੋਲਡ ਕਰਿਓ ਇੱਕ ਮਿੰਟ, ਹਾਂਜੀ ਜੀ, 27 ਸਿੱਖਾਂ ਦਾ ਕਤਲੇਆਮ ਕਰਵਾ ਦਿੱਤਾ ਜੀ। ਠੀਕ ਹੈ, ਅੱਜ ਉਹਦੀ ਤਰਜ ਤੇ ਟਰੰਪ ਭਾਰਤ ਦੀ ਫੇਰੀ ਤੇ ਆਉਂਦਾ, ਟਰੰਪ ਅਮਰੀਕਾ ਦਾ ਰਾਸ਼ਟਰਪਤੀ, ਹਾਂਜੀ ਹਾਂਜੀ, ਤੇ ਅੱਜ ਦਿੱਲੀ ਦੇ ਦੰਗਾ ਫਸਾਦ ਕਰਵਾ ਕੇ ਇਹਨੂੰ ਇਹ ਤੋਹਫਾ ਦਿੱਤਾ, ਪਹਿਲਾਂ 84 ਦੇ ਉਦੋਂ ਬਿਲ ਕਲਿੰਟਨ ਤੋਹਫਾ ਦਿੱਤਾ ਸੀ ਸਿੱਖ, 27 ਸਿੱਖ ਮਰਵਾ ਕੇ, ਤੇ ਅੱਜ ਦੰਗਾ ਫਸਾਦ ਦਿੱਲੀ ਦੇ ਵਿੱਚ ਕਰਵਾ ਕੇ ਤੇ ਤੋਹਫਾ ਦੇਣ ਜਾ ਰਹੇ, ਕੀ ਅਮਰੀਕਾ ਦੇ ਅੱਗੇ ਕੀ ਕਰਨ ਆਪਦਾ ਅੱਗੇ ਰੱਖਣਾ ਚਾਹੁੰਦੇ ਆ, ਕੀ ਉਹਨੂੰ ਦੱਸਣਾ ਚਾਹੁੰਦੇ ਆ ਕਿ ਸਾਡਾ ਸਰਕਾਰ ਤੇ ਉਲਟਾ ਲੈਂਦੀ ਆ ਜੀ, ਸਰਕਾਰ ਕਹਿ ਰਹੀ ਆ ਬਈ ਇਹ ਸਾਡੇ ਦੇਸ਼ ਦਾ ਬਦਨਾਮ ਨਾ ਬਦਨਾਮ ਕਰ ਲਈ ਇਹ ਮੁਸਲਮਾਨਾਂ ਨੇ, ਆਪ ਇਹ ਕੀਤਾ ਤੇ ਸਾਨੂੰ ਦੁਨੀਆਂ 'ਚ ਬਦਨਾਮ ਕਰਨ ਲਈ ਇਹ ਕੀਤਾ। ਬਿਲਕੁਲ ਨੀ ਜੀ, ਬਿਲਕੁਲ ਮੈਂ ਇਸ ਗੱਲ ਦੇ ਨਾਲ ਬਿਲਕੁਲ ਵਿਰੋਧ ਕਰਦਾ ਇਸ ਗੱਲ ਦਾ, ਕਿਉਂਕਿ ਉਦੋਂ ਵੀ ਜੇ ਜੇ ਮੁਸਲਮਾਨਾਂ ਨੇ ਕੀਤਾ ਤੇ ਫਿਰ ਤੁਹਾਡੀ ਦਿੱਲੀ ਪੁਲਿਸ ਕਿਉਂ ਡੰਡੇ ਪਾ ਪਾ ਕੇ ਮਾਰ, ਆਪ ਨਾਲ ਕਿਉਂ ਮਾਰਦੀ ਪਈ ਆ? ਠੀਕ ਹੈ, ਮਤਲਬ ਤੁਸੀਂ ਕੀ ਸੋਚਦੇ ਹੋ ਵੀ ਇਹਨਾਂ ਨੇ ਆਪ ਕਰਾਇਆ? ਬਿਲਕੁਲ ਆਪ, ਕਿਉਂਕਿ ਵੇਖੋ ਉਦੋਂ ਵੀ ਸਰਕਾਰ ਦਾ ਹੱਥ ਸੀ, ਉਦੋਂ ਵੀ ਸਾਬਤ ਹੋ ਗਿਆ ਸੀ ਕਿ ਆਰਮੀ ਨੇ ਸਿੱਖਾਂ ਨੂੰ ਮਾਰਿਆ ਸੀ, ਅੱਜ ਵੀ ਸਾਬਤ ਹੋ ਗਈ ਆ ਕਿ
ਦਿੱਲੀ ਦੇ ਪੁਲਿਸ ਮੁਲਾਜ਼ਮਾਂ ਨੇ ਨਾਲ ਰੱਖ ਕੇ ਗੁੰਡਾ ਗਰਦਿਆਂ ਕੀਤੀਆਂ ਤੇ ਗੁੰਡਿਆਂ ਦੇ ਨਾਲ ਰਲ ਕੇ ਆਪ ਆਪਾਂ ਵੇਖਿਆ ਟੀਵੀ ਤੇ ਵੇਖਿਆ ਸੋਸ਼ਲ ਮੀਡੀਆ ਤੇ ਵੇਖਿਆ ਆ ਦਿੱਲੀ ਦੀ ਪੁਲਿਸ ਆਪ ਨਾਲ ਲੱਗੀ ਹੋਈ ਮਾਰਨ, ਇਥੋਂ ਕੀ ਸਾਬਤ ਕਰਦੇ ਆ ਕਿ ਮੁਸਲਮਾਨਾਂ ਨੂੰ ਮਾਰਨ ਦੇ ਵਿੱਚ ਮੁਸਲਮਾਨ ਕਿੰਨੀ ਗੱਲ ਨਾਲ। ਹਾਂਜੀ ਬਾਬਾ ਜੀ ਆਖਰ ਦੇ ਵਿੱਚ ਕੀ ਕਹੋਗੇ? ਬਗੀਚਾ ਸਿੰਘ ਜੀ ਸਾਡੇ ਨਾਲ ਦੂਸਰੀ ਲਾਈਨ ਤੇ, ਆਖਰ ਦੇ ਵਿੱਚ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਆ? ਅਸੀਂ ਇਹ ਕਹਿਣਾ ਚਾਹੁੰਦੇ ਆ, ਮੈਂ ਆਪਣੇ ਸਿੱਖ ਭਾਈਚਾਰੇ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਆਪਾਂ ਸਾਰਿਆਂ ਨੂੰ ਇੱਕ ਸਿੱਧਾ ਰਸਤਾ ਵਿਖਾਇਆ ਸੀ। ਉਹਨਾਂ ਨੇ ਕਹਿਣਾ ਕੀਤਾ ਸੀਗਾ ਕਿ ਸਿੱਖੋ ਜ਼ਮੀਨਾਂ ਘੱਟ ਖਰੀਦੋ, ਜਾਇਦਾਦ ਘੱਟ ਖਰੀਦ ਲੋ, ਅੱਧਾ ਕਿੱਲਾ ਪੈਲੀ ਘੱਟ ਖਰੀਦ ਲੋ, ਆਪਣੀ ਸਭਿਆ ਕਿਸੇ ਨੂੰ ਮਾਰਨ ਵਾਸਤੇ ਨਹੀਂ, ਕਿਸੇ ਨੂੰ ਮਾਰਨ ਵਾਸਤੇ ਨਹੀਂ, ਆਪਣੀ ਸਭੇ ਰੱਖਿਆ ਵਾਸਤੇ। ਸ਼ਸਤਰ ਸ਼ਸਤਰ ਤੋਂ ਬਿਨਾਂ ਭੇਡ ਦੀ ਨਿਆਈ ਆ ਸਿੱਖ ਜਿਹੜਾ ਆ, ਸ਼ਸਤਰ ਤੋਂ ਬਿਨਾਂ ਵਧੀਆ ਤੋਂ ਵਧੀਆ ਤਲਵਾਰਾਂ ਰੱਖੀਏ, ਆਪਣੇ ਲਾਇਸੈਂਸ ਬਣਵਾ ਕੇ ਵੱਧ ਤੋਂ ਵਧੀਆ ਪਿਸਟਲ ਵਧੀਆ ਵਧੀਆ ਹਥਿਆਰ ਰੱਖੀਏ, ਕਿਉਂਕਿ ਇਹ ਜੇ ਜੋ ਪੜੋਸੀ ਹੋਇਆ ਤੂੰ ਆਪਣੇ ਵੀ ਜਾਣ, ਜੋ ਪੜੋਸੀ ਦੇ ਨਾਲ ਹੋਇਆ ਸਾਡੇ ਗੁਆਂਢੀ ਦੇ ਨਾਲ ਹੋਇਆ, ਸਾਡੀ ਘੱਟ ਗਿਣਤੀ ਬਰਾਦਰੀ ਮੁਸਲਮਾਨਾਂ ਨਾਲ ਹੋਇਆ, ਸਾਡੇ ਤੇ ਵੀ ਹੋਣ ਦੀ ਕੋਈ ਵੀ ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਕੋਈ ਨਾ ਹੋਵੇ। ਅੱਜ ਉਹਨਾਂ ਟਾਰਗੇਟ ਕੀਤਾ ਗਿਆ, ਕੱਲ ਨੂੰ ਸਾਨੂੰ ਪਹਿਲਾਂ ਵੀ ਕੀਤਾ ਗਿਆ ਤੇ ਅੱਜ ਵੀ ਕੀਤਾ ਜਾ ਸਕਦਾ। ਇਸ ਕਰਕੇ ਸਾਨੂੰ, ਮੈਂ ਸਿੱਖ ਕੌਮ ਨੂੰ ਖਾਸ ਕਰਕੇ ਮੈਂ ਬੇਨਤੀ ਕਰਦਾ ਇੰਟਰਨੈਸ਼ਨਲ ਪੰਥਕ ਦੇ ਪੰਥਕ ਦਲ ਦਾ ਸੇਵਾਦਾਰ ਹੋਣ ਨਾਤੇ ਕਿ ਸੰਤ ਭਿੰਡਰਾਂ ਵਾਲਿਆਂ ਦੇ ਪੂਰਨਿਆਂ ਤੇ ਚੱਲਦੇ ਆ, ਵੱਧ ਤੋਂ ਵੱਧ ਵਧੀਆ ਤੋਂ ਵਧੀਆ ਆਪਣੇ ਕਿਸੇ ਨੂੰ ਮਾਰਨ ਵਾਸਤੇ ਨਹੀਂ, ਆਪਣੀ ਸਵੇ ਰੱਖਿਆ ਵਾਸਤੇ, ਆਪਣੇ ਪੰਥ ਦੀ ਰਾਖੀ ਵਾਸਤੇ, ਗੁਰੂ ਗ੍ਰੰਥ ਦੀ ਰਾਖੀ ਵਾਸਤੇ, ਗੁਰਧਾਮਾਂ ਦੀ ਰਾਖੀ ਵਾਸਤੇ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਹਥਿਆਰ ਰੱਖ ਕੇ ਤੇ ਆਪਣੀ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਚੱਲੀਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਬਾਬਾ ਸਤਨਾਮ ਸਿੰਘ ਜੀ। ਹੁਣ ਸਾਡੇ ਨਾਲ ਲਾਈਨ ਤੇ ਹਾਜ਼ਰ ਆ ਭਾਈ ਬਗੀਚਾ ਸਿੰਘ ਜੀ। ਭਾਈ ਬਗੀਚਾ ਸਿੰਘ ਜੀ ਜੀ ਆ ਕਹਿੰਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਬਗੀਚਾ ਸਿੰਘ ਜੀ, ਅਸੀਂ ਲਾਈਨ ਤੇ ਤੁਹਾਨੂੰ ਸਟਾਰਟ ਤੇ ਲੈਣਾ ਚਾਹੁੰਦੇ ਸੀ, ਪਰ ਤੁਸੀਂ ਇੱਧਰ ਤੁਹਾਡਾ ਇਲਾਕਾ ਇੱਦਾਂ ਦਾ ਇੱਧਰੋਂ ਕਾਲ ਲੱਗ ਨਹੀਂ ਸੀ ਰਹੀ, ਤੇ ਅਸੀਂ ਜਾਣਨਾ ਚਾਹੁੰਦੇ ਕਿ ਤੁਸੀਂ ਉੱਥੇ ਦਿੱਲੀ ਦੇ ਵਿੱਚ ਕਾਫੀ ਜਿੱਦਾਂ ਇਨਵੋਲਵ ਰਹੇ ਆ, ਸ਼ਹੀਨ ਬਾਗ ਦਾ ਜਿਹੜਾ ਮਾਹੌਲ ਸੀਗਾ ਉਹਦੇ ਬਾਰੇ ਵੀ, ਤੇ ਹੁਣ ਜਿਹੜੇ ਇਹ ਘਟਨਾ ਹੋਈ ਆ, ਦੰਗੇ ਹੋਏ ਆ, ਜਾਂ ਇਹਨੂੰ ਸਿੱਖ ਆਪਣਾ ਕਤਲੇਆਮ ਵੀ ਕਹਿ ਸਕਦੇ ਆ, ਤੁਸੀਂ ਕੀ ਸੋਚਦੇ ਆ ਵੀ ਕੀ ਹੋਇਆ ਇਹ ਸਾਰਾ ਕੁਛ, ਥੋੜਾ ਡਿਟੇਲ ਦੇ ਵਿੱਚ ਦੱਸੋ। ਇਹ ਸਾਰਾ ਜੀ ਪੂਰੀ ਪਲੈਨਿੰਗ ਦੇ ਨਾਲ ਹੋਇਆ। ਇਹ ਸਰਕਾਰ ਪਹਿਲੋਂ ਹੀ ਚਾਹੁੰਦੀ ਸੀ ਵੀ ਜਿਵੇਂ ਮੁਸਲਮਾਨਾਂ ਦੇ ਨਾਲ ਕੋਈ ਇਹੋ ਜਿਹਾ ਮੌਕਾ ਬਣਾਇਆ ਜਾਵੇ ਜਿਹਦੇ ਨਾਲ ਟਕਰਾਅ ਹੋਵੇ, ਤੇ ਟਕਰਾਅ ਹੋਣ ਦੇ ਨਾਲ ਕਤਲੇਆਮ ਕਰਾਇਆ ਜਾਵੇ, ਜਿਵੇਂ ਮੋਦੀ ਨੇ ਗੁਜਰਾਤ ਕਰਾਇਆ ਸੀਗਾ। ਤੇ ਇਹ ਇਹਨਾਂ ਨੂੰ ਮੌਕਾ ਲੱਭਾ, ਇਹ ਜਿਹੜਾ ਕਾਨੂੰਨ ਬਣਾਏ ਨਵੇਂ, ਤੇ ਉਹਦੇ ਸੁਭਾਵਿਕ ਸੀ ਇਹਦਾ ਵਿਰੋਧ ਹੋਣਾ ਸੀਗਾ, ਕਿਉਂਕਿ ਇਹ ਵੈਸੇ ਤੇ ਇਕੱਲੇ ਮੁਸਲਮਾਨ ਵਿਰੋਧ ਕਰ ਰਹੇ ਨੇ, ਆਉਣ ਵਾਲੇ ਸਮੇਂ ਸਿੱਖਾਂ ਨੂੰ ਕਰਨਾ ਪੈਣਾ, ਕਿਉਂਕਿ ਸਿੱਖਾਂ ਨਾਲ ਵੀ ਇਹ ਜਿਹੜਾ ਚੀਜ਼ ਹੋਣੀ ਹੈ ਦੁਬਾਰੇ, ਕਿਉਂਕਿ ਇਹਦੇ ਵਿੱਚ ਸਿੱਖਾਂ ਦਾ ਨੁਕਸਾਨ ਜ਼ਿਆਦਾ, ਜਿਹੜੇ ਅਸੀਂ ਪਾਕਿਸਤਾਨ ਤੋਂ ਆਏ ਹਾਂ ਫੌਜੀ ਸਿੱਖ, ਉਹਨਾਂ ਦਾ ਜ਼ਿਆਦਾ ਨੁਕਸਾਨ ਹੋਣਾ ਜਿਹੜੇ ਕਾਨੂੰਨ ਬਣਦੇ ਪਏ ਆ। ਚਲੋ ਗੱਲ ਹੈਗੀ ਆ ਦਿੱਲੀ ਇਸ ਟਾਈਮ ਜੋ ਹੋਇਆ ਉਹਦੇ ਵਿੱਚ ਪੂਰੀ ਪਲੈਨਿੰਗ ਸੀ, ਤੇ ਆਰ ਐਸ ਐਸ ਵਾਲਿਆਂ ਨੇ ਬੀਜੇਪੀ ਵਾਲਿਆਂ ਨੇ ਪਲੈਨਿੰਗ ਕਰਕੇ ਬਾਹਰੋਂ ਬੰਦੇ ਬੁਲਾਏ ਸੀ, ਜ਼ਿਆਦੇ ਇਹ ਜਿਹੜੇ ਹੋਇਆ ਦੰਗੇ ਹੋਏ ਨੇ ਬਾਹਰੋਂ ਦੰਗੇ ਹੋਏ ਨੇ, ਤੇ ਨਿਸ਼ਾਨਦੇਹੀ ਕੀਤੀ ਗਈ ਪਹਿਲੋਂ ਘਰਾਂ ਦੀ, ਦੁਕਾਨਾਂ ਦੀ, ਜਿਵੇਂ ਸਿੱਖਾਂ ਨਾਲ ਚਰਾਸੀ ਹੋਇਆ ਸੀਗਾ, ਤੇ ਉਹਦੇ ਵਿੱਚ ਬਾਹਰੋਂ ਇੱਟੇ ਰੋੜੇ ਵੀ ਜਿਹੜੇ ਆ ਯੂਪੀ ਚੋਂ ਮੰਗਾਏ ਗਏ, ਹਰਿਆਣੇ ਚੋਂ ਮੰਗਾਏ ਗਏ, ਟਰਾਲੀਆਂ ਭਰ ਭਰ ਗਏ, ਤੇ ਜਿਹੜੇ ਅਸਲਾ ਲਿਆਂਦਾ ਗਿਆ ਡੱਬਿਆਂ ਦੇ ਵਿੱਚ, ਘਿਓ ਦੇ ਡੱਬਿਆਂ ਚ ਬੰਦ ਕਰਕੇ, ਜੋ ਕਿ ਬੜੀਆਂ ਵੀਡੀਓਜ਼ ਆ ਰਹੀਆਂ ਨੇ ਜਿਹੜੀਆਂ ਪੂਰੀਆਂ, ਕਿਉਂਕਿ ਮੇਰਾ ਲਗਾਤਾਰ ਸੰਪਰਕ ਰਿਹਾ ਉੱਥੇ ਨਾਲ ਦੀ ਨਾਲ ਮੁਸਲਮਾਨ ਵੀਰਾਂ ਦੇ ਨਾਲ, ਕਿਉਂਕਿ ਮੈਂ ਉੱਥੇ ਕਾਫੀ ਦਿਨ ਰਿਹਾ ਸੀਗਾ, ਤੇ ਉਹ ਹੁਣ ਵੀਡੀਓ ਪਾ ਕੇ ਬੁਲਾ ਵੀ ਰਹੇ ਵੀ ਸਾਡੀ ਹੈਲਪ ਵਾਸਤੇ ਆਇਓ।
ਤੇ ਉਧਰੋਂ ਪੁਲਿਸ ਜਿਹੜੀ ਆ ਉਹ ਮੈਨੂੰ ਧਮਕੀਆਂ ਵੀ ਦੇ ਰਹੀ ਆ ਵੀ ਤੂੰ ਦਿੱਲੀ ਚ ਨੀ ਵੜ ਸਕਦਾ, ਹੁਣ ਮੇਰੇ ਕੋਲ ਰਿਪੋਰਟਾਂ ਵੀ ਆਈਆਂ ਵੀ ਦਿੱਲੀ ਚ ਨਾ ਵੜ ਜੀ, ਵੀ ਦਿੱਲੀ ਚ ਆ ਗਿਆ ਤੇ ਤੇਰੇ ਨਾਲ ਐਡ ਕਰ ਦਾਂਗੇ, ਉਹ ਕਰ ਦਾਂਗੇ ਸ਼ਾਇਦ, ਮੈਂ ਤੁਹਾਡੇ ਕੋਲ ਵੀ ਭੇਜੀ ਆ ਆਈਡੀਓ ਤੇ ਇਸ ਤਰ੍ਹਾਂ ਉੱਥੇ ਪੂਰੀ ਪਲੈਨਿੰਗ ਕਰਕੇ ਤੇ ਇਹਨਾਂ ਨੇ ਇਹ ਮੁਸਲਮਾਨਾਂ ਨੂੰ ਜਿਹੜਾ ਸਾੜਿਆ ਗਿਆ ਮਾਰਿਆ ਗਿਆ ਕਿ ਕਤਲੇਆਮ ਇਹ ਦੰਗੇ ਨਹੀਂ ਹੋਏ, ਪਰ ਇਹਦੇ ਵਿੱਚ ਐਤਕਾਂ ਇਹ ਗੱਲ ਜ਼ਰੂਰ ਹੋਈ ਹੈ ਜਿਹੜੀ ਜਿਹੜੀ ਸੱਚਾਈ ਆ ਕਿ ਮੁਸਲਮਾਨਾਂ ਨੇ ਅੱਗੇ ਬਹਿ ਕੇ ਕੁੱਟ ਨਹੀਂ ਕੀ ਖਾਧੀ, ਉਹਨਾਂ ਕੁੱਟ ਨਹੀਂ ਖਾਧੀ ਐਤਕਾਂ ਅੱਗੇ ਬਹਿ ਕੇ, ਉਹਨਾਂ ਨੇ ਉਹ ਹਮਲਾ ਕਰ ਉਹ ਹਮਲਾ ਕਰਨ ਗਏ ਕੋਈ ਨਹੀਂ ਗਏ ਕਿਸੇ ਦੇ ਗਲੀ ਮਹੱਲੇ ਚ, ਪਰ ਜਦੋਂ ਭੀੜ ਆਈ ਉਹਨੂੰ ਘੇਰ ਕੇ ਕੁੱਟਿਆ ਬਹੁਤ ਰੱਜ ਗਏ ਉਹਨਾਂ ਨੇ, ਜਿਹੜੀ ਭੀੜ ਘਰਾਂ ਚ ਅੱਗ ਲਾਉਣ ਆਉਂਦੀ ਸੀ ਉਹ ਜਿਹੜੇ ਘੇਰੇ ਗਏ ਜਿਹਨਾਂ ਦੇ ਨਾਲ ਹੁੰਦੀ ਸੀ ਇਹਦੇ ਦੰਗੇਕਾਰੀਆਂ ਨਾਲ, ਉਹ ਤੇ ਰਹੀ ਭਾਰੂ ਮੁਸਲਮਾਨਾਂ ਦੀ ਕਿਉਂਕਿ ਪੁਲਿਸ ਸਿੱਧਾ ਗੋਲੀ ਮਾਰਦੀ ਸੀ ਇਹਨਾਂ ਮੁਸਲਮਾਨਾਂ ਨੂੰ ਜਿਹੜੇ ਵਿਰੋਧ ਕਰਦੇ ਸਨ ਵੀ ਸਾਡੇ ਘਰਾਂ ਚ ਅੱਗ ਨਾ ਲੱਗੇ, ਤੇ ਉਹਨਾਂ ਨੂੰ ਹੀ ਪੁਲਿਸ ਗੋਲੀ ਮਾਰਦੀ ਸੀ ਦੰਗਾਕਾਰੀਆਂ ਨਾਲ ਰਲ ਕੇ, ਪਰ ਜਿਹੜੇ ਦੰਗਾਕਾਰੀ ਬਿਨਾਂ ਪੁਲਿਸ ਤੋਂ ਗਏ ਆ ਉਹਨਾਂ ਦੀ ਪੂਰੀ ਛਤਰੋਲ ਹੋਈ ਹੈ, ਤੇ ਉਹ ਵੈਸੇ ਉਹਨਾਂ ਨੇ ਕਿਸੇ ਨੂੰ ਮਾਰਿਆ ਨੀਗਾ, ਕੋਈ ਵਿਰਲਾ ਮਾਰਿਆ ਗਿਆ ਹੋਵੇ, ਕਈ ਤਾਂ ਪੁਲਿਸ ਦੀ ਗੋਲੀ ਨਹੀਂ ਮਾਰੇ ਗਿਆ, ਦੰਗਾਕਾਰੀ ਜਿਹੜੇ ਆ ਨਾ ਭੁਲੇਖੇ ਨਾਲ ਹੀ ਮਾਰੇ ਗਏ ਉਹਨਾਂ ਤੋਂ, ਜਿਵੇਂ ਆ ਜਿਹੜਾ ਇੱਕ ਆਈ ਬੀ ਦਾ ਅਫਸਰ ਮਾਰਿਆ ਗਿਆ ਹਿੰਦੂਆਂ ਨੇ ਮਾਰ ਕੇ ਤੇ ਨਾ ਮੁਸਲਮਾਨਾਂ ਦਾ ਲਾ ਰਿਹਾ, ਉਹ ਵੀ ਬੜੀ ਇੱਕ ਵੱਡੀ ਸਾਜਿਸ਼ ਆ, ਤੁਸੀਂ ਉਹਨੂੰ ਸਮਝ ਸਕਦੇ ਹੋ। ਨਹੀਂ ਮੈਂ ਤਾਂਹੀਓ ਪੁੱਛ ਰਿਹਾ ਕਿ ਤੁਹਾਡੇ ਕੋਲ ਜਾਣਕਾਰੀ ਜ਼ਿਆਦੀ ਆ, ਤੁਸੀਂ ਸੋਚਿਆ ਸੀਗਾ ਆਰਐਸਐਸ ਨੇ ਉਹ ਉਹਨਾਂ ਦਾ ਮਕਸਦ ਪੂਰਾ ਨਹੀਂ ਹੋਇਆ। ਬਗੀਚਾ ਸਿੰਘ ਜੀ ਇੱਕ ਤੁਸੀਂ ਵੀਡੀਓ ਵਾਇਰਲ ਕੀਤੀ ਆ ਜਿਹਦੇ ਵਿੱਚ ਤੁਸੀਂ ਜਿਹੜਾ ਬਹੁਤ ਹਾਂਜੀ ਹੈਲੋ ਬਗੀਚਾ ਸਿੰਘ ਜੀ ਉਹਦੇ ਤੇ ਕਰਦਾ ਕਿਉਂਕਿ ਗੱਲ ਤੁਹਾਡੇ ਨਾਲ ਬਹੁਤ ਜ਼ਰੂਰੀ ਆ ਤੇ ਇਹ ਤੇ ਬੁਰੀ ਕਲੀਅਰ ਨਹੀਂ ਆ ਰਹੀ। ਹਾਂਜੀ ਉਹ ਕਿਹਾ ਕੱਟ ਕੇ ਤਾਂ ਇਹਦਾ ਪਰ ਮੈਂ ਦੁਬਾਰਾ ਬੁਲਾਉਣਾ ਜੀ ਤੁਹਾਨੂੰ। ਹਾਂਜੀ ਦਰਸ਼ਕੋ ਇਹ ਭਾਈ ਬਗੀਚਾ ਸਿੰਘ ਜੀ, ਇਹਨਾਂ ਤੋਂ ਪਹਿਲਾਂ ਬਾਬਾ ਸਤਨਾਮ ਸਿੰਘ ਜੀ ਜਿਹੜੇ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਪ੍ਰਧਾਨ, ਉਹਨਾਂ ਨੇ ਗੱਲਬਾਤ ਕੀਤੀ ਸੀ ਤੇ ਕਿਉਂਕਿ ਬਗੀਚਾ ਸਿੰਘ ਦੇ ਕੋਲ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ ਤੇ ਅਸੀਂ ਉਹਨਾਂ ਨਾਲ ਜਿਹੜੀ ਆ ਕਾਲ ਆ ਉਹ ਸਿੱਧੀ ਲਾਵਾਂਗੇ ਤਾਂ ਕਿ ਇਹ ਗੱਲ ਜਿਹੜੀਆਂ ਸਾਡੇ ਦਰਸ਼ਕ ਆ ਉਹਨਾਂ ਨੂੰ ਪੂਰੀ ਕਲੀਅਰ ਜਿਹੜੀ ਆ ਸੁਣ ਸਕਣ। ਅਤੇ ਜੇ ਅਸੀਂ ਵਟਸਐਪ 'ਤੇ ਗੱਲ ਕਰਦੇ ਹਾਂ ਤੁਹਾਨੂੰ ਪਤਾ ਵੀ ਇੱਕ ਤਾਂ ਆਵਾਜ਼ ਥੋੜ੍ਹੀ ਰੁਕ ਕੇ ਆਉਂਦੀ ਆ ਅਤੇ ਦੂਸਰਾ ਉਹ ਹਰਿਆਣੇ ਦੇ ਵਿੱਚ ਹੋਣ ਕਰਕੇ ਗੱਲ ਕਲੀਅਰ ਨਹੀਂ ਸੁਣ ਰਹੀ। ਹਾਂਜੀ ਕਤਲੇਆਮ ਬੜੇ ਵੱਡੇ ਪੱਧਰ ਤੇ ਕਰਨੇ ਸੀਗੇ ਪਰ ਇਹਨਾਂ ਨੂੰ ਮੂੰਹ ਦਿਖਾਣੀ ਪਈ ਇਸ ਵਾਰ ਜਿਹੜੇ ਇਹਨਾਂ ਦੇ ਦੰਗਾਕਾਰੀ ਦੀ। ਠੀਕ ਹੈ, ਇਹ ਮੇਰਾ ਇੱਕ ਮੈਂ ਸਵਾਲ ਕਰੇ ਇੱਕ ਕੋਈ ਸੰਸਦ ਮੈਂਬਰ ਆ ਜਿਹੜਾ ਆਮ ਆਦਮੀ ਪਾਰਟੀ ਦਾ ਉਹਦੀ ਕੀ ਉਹ ਕੀ ਘਟਨਾ ਹੈ? ਉਹ ਸੰਸਦ ਮੈਂਬਰ ਜੀ ਹੈਗਾ ਜੀ ਉਹ ਪਾਰਸ਼ਦ ਆ ਐਮਸੀ ਆ ਉਹ। ਅੱਛਾ। ਤੇ ਉਹ ਇਸ ਤਰ੍ਹਾਂ ਜੀ ਉਹ ਉੱਥੇ ਮੁਸਲਮਾਨਾਂ ਦੇ ਘਰ ਘੱਟ ਸੀਗੇ ਤੇ ਉਹਨੇ ਆਪਣਾ ਬਚਾਅ ਵਾਸਤੇ ਪ੍ਰਬੰਧ ਕੀਤਾ ਸੀ ਪਹਿਲਾਂ ਕਿਉਂਕਿ ਉਹ ਉਹਨਾਂ ਨੂੰ ਦਿਸ ਰਿਹਾ ਸੀਗਾ ਜੋ ਸਰਕਾਰ ਜਿਹੜੀ ਚਾਲ ਬਣਾ ਰਹੀ ਹੈ ਵੀ ਹਮਲਾ ਕਰੇਗੀ। ਉਹਨੇ ਆਪਣੇ ਬਚਾਅ ਵਾਸਤੇ ਆਪਣੇ ਘਰ ਇੱਟੇ ਰੋੜੇ ਤੇ ਜਿਹੜੇ ਇਲਾਕੇ ਦੇ ਮੁਸਲਮਾਨ ਸੀਗੇ ਘਰ ਉਹਨਾਂ ਨੂੰ ਵੀ ਆਪਣੇ ਘਰ ਬੁਲਾ ਲਿਆ ਸੀ ਵੀ ਉਹਨਾਂ ਦਾ ਨੁਕਸਾਨ ਨਾ ਹੋਵੇ। ਠੀਕ ਹੈ। ਤੇ
ਉਹਨੇ ਤੇ ਆਪਣੇ ਬਚਾਅ ਵਾਸਤੇ ਜਿਹੜਾ ਹੈ ਉਹ ਕੋਠੇ ਤੇ ਚੜ੍ਹ ਗਏ ਉੱਪਰ, ਦੰਗਾਕਾਰੀ ਆਏ, ਦੰਗਾਕਾਰੀਆਂ ਨੇ ਆ ਕੇ ਤੇ ਉਹਦੇ ਘਰ ਦੇ ਬੂਹੇ ਤੋੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਘਰ ਨੂੰ ਥੱਲਿਓ ਅੱਗ ਵੀ ਲਾਈ, ਤੁਸੀਂ ਵੀਡੀਓ ਵੇਖ ਸਕਦੇ ਹੋ, ਉਹ ਵੀ ਵੀਡੀਓ ਆਈ ਹੈ। ਉਹਨਾਂ ਨੇ ਉੱਤੋਂ ਫਿਰ ਉਹਨਾਂ ਨੂੰ ਇੱਟੇ ਰੋੜੇ ਮਾਰੇ ਆ, ਉੱਤੋਂ ਨੇ ਅੱਗ ਸੁੱਟੀ ਹੈ। ਜੇ ਉਹ ਜੋ ਕੁਛ ਦੰਗਾਕਾਰੀ ਕਰ ਰਹੇ ਸੀ ਉਹਨੇ ਆਪਣੇ ਬਚਾਅ ਵਾਸਤੇ ਜਿਹੜਾ ਆਪਣੇ ਬਚਾਅ ਵਾਸਤੇ ਉਹਨਾਂ ਦੰਗਾਕਾਰੀਆਂ ਉੱਤੇ ਸੁੱਟਿਆ ਵੀ ਸਾਰਾ ਕੁਛ, ਤੇ ਉਹਨਾਂ ਦੇ ਨਾਲ ਹੀ ਆਈ ਬੀ ਦਾ ਅਫਸਰ ਜਿਹੜਾ ਜਿਹੜਾ ਮਾਰਿਆ ਗਿਆ ਆਈ ਬੀ ਇੱਕ ਹੈੱਡ ਕਾਂਸਟੇਬਲ, ਉਹ ਭੀੜ ਦੇ ਨਾਲ ਉਹਨੂੰ ਮਾਰਨ ਆ ਰਿਹਾ ਉਹਨਾਂ ਦੇ ਵਿੱਚ, ਤੇ ਜਦੋਂ ਉੱਥੇ ਹੋ ਰਿਹਾ ਸਾਰਾ ਕੁਛ ਉਹਦੇ ਵਿੱਚ ਭੀੜ ਦੇ ਵਿੱਚ ਹੀ ਮਾਰਿਆ ਗਿਆ, ਕਿਉਂਕਿ ਭੀੜ ਨੇ ਗੋਲੀਬਾਰੀ ਵੀ ਕੀਤੀ ਭੀੜ ਜਿਹੜੀ ਭੀੜ ਆਈ ਸੀ। ਤੇ ਜਿਹੜਾ ਉਹ ਪਾਰਸ਼ਦ ਸੀਗਾ ਜਿਹਨੂੰ ਅੱਜ ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ ਚੋਂ ਬਾਹਰ ਕੱਢਦਾ, ਬੜਾ ਇੱਕ ਧੱਕਾ ਕੀਤਾ ਉਹਦੇ ਨਾਲ, ਇੱਕ ਮਾਣ ਹੋਣ ਕਰਕੇ ਉਹਨੇ ਆਪਣੇ ਬਚਾਅ ਵਾਸਤੇ ਇੱਟੇ ਰੋੜੇ ਰੱਖੇ ਆ, ਤੇ ਸਰਕਾਰ ਵਿਖਾਰੀ ਹੈ ਜੀ, ਇਹਨੇ ਆਪਣੇ ਘਰ ਇੱਟੇ ਰੋੜੇ ਰੱਖੇ ਸੀ ਉੱਤੋਂ ਲੋਕਾਂ ਨੂੰ ਮਾਰੇ। ਹੁਣ ਦੱਸੋ ਵੀ ਦੰਗਾਕਾਰੀ ਜਿਹੜੇ ਨੇ ਉਹ ਆਪਣੇ ਘਰ ਦੀਆਂ ਛੱਤਾਂ ਉੱਤੇ ਬਹਿ ਕੇ ਕੀ ਹਮਲਾ ਕਰਦੇ ਹੁੰਦੇ ਆ, ਜਾਂ ਗਲੀਆਂ ਜਾ ਕੇ ਦੂਜੇ ਦੇ ਘਰਾਂ ਦੇ, ਹੁਣ ਘਰ ਤੇ ਹਮਲਾ ਇਹਦੇ ਕੀਤਾ ਕਿ ਭੀੜ ਨੇ ਜਿਹੜੀ ਇਹ ਆਰ ਐਸ ਐਸ ਦੀ ਭੀੜ ਸੀ, ਤੇ ਉਹ ਇਸ ਕਰਕੇ ਪਰ ਦੰਗਾਕਾਰੀ ਜਿਹੜਾ ਉਹ ਉਹਨੂੰ ਬਣਾ ਦਿੱਤਾ ਗਿਆ ਵੀ ਇਹ ਸਾਰੀ ਪਲੈਨਿੰਗ ਇਹਦੀ ਮੀਡੀਆ ਦੇ ਵਿੱਚ ਦੇਖੀਏ ਤਾਂ ਉਹਨੂੰ ਇਹ ਕਿਹਾ ਕਿ ਛੇੜੀ ਆ, ਬਿਲਕੁਲ ਝੂਠੀ ਗੱਲ ਕੀਤੀ ਗਈ ਜਾ ਰਹੀ ਹੈ, ਕਿਉਂਕਿ ਮੀਡੀਆ ਨੇ ਝੂਠ ਬੋਲਿਆ। ਉੱਥੇ ਇੱਕ ਕੁਛ ਵੀਡੀਓ ਆਈਆਂ ਨੇ ਜਿਹੜੇ ਮੀਡੀਆ ਵਾਲੇ ਸ਼ੂਟ ਕਰ ਰਹੇ ਆ ਸਪੈਸ਼ਲ, ਉਹ ਬੰਦਿਆਂ ਨੂੰ ਤਿਆਰ ਕਰਦੇ ਨੇ, ਉਹਨੂੰ ਤਿਆਰ ਕਰਕੇ ਕਹਿੰਦੇ ਨੇ ਤੂੰ ਇਸ ਤਰ੍ਹਾਂ ਬੋਲਣਾ, ਉਹ ਵੀ ਤੁਹਾਨੂੰ ਮੈਂ ਵੀਡੀਓ ਭੇਜਾਂਗਾ ਅੱਜ, ਮੇਰੇ ਕੋਲ ਵੀਡੀਓ ਆਈਆਂ ਉਹ ਵੀ ਉਹਨਾਂ ਨੂੰ ਤਿਆਰ ਕਰਕੇ ਕਹਿੰਦੇ ਨੇ ਵੀ ਐਵੇਂ ਕਰਕੇ ਤੁਸੀਂ ਬੋਲਣਾ, ਤੇ ਉਹ ਫਿਰ ਜਿਵੇਂ ਮੀਡੀਆ ਵਾਲੇ ਕਹਿੰਦੇ ਨੇ ਲੋਕ ਹਿੰਦੂ ਜਿਹੜੇ ਆ ਕੇ ਕੁਛ ਆਰ ਐਸ ਐਸ ਦੇ ਬੰਦੇ ਜਿਹੜੇ ਨੇ ਉਹ ਬੋਲ ਰਿਹਾ, ਹਿੰਦੂ ਸਾਰੇ ਨੀ ਕਹਿੰਦਾ, ਹਿੰਦੂਆਂ ਨੇ ਬਹੁਤ ਮਦਦ ਕੀਤੀ, ਇਹਦੀ ਗੱਲ ਬਹੁਤ ਵੀ ਅੱਜ ਹਿੰਦੂਆਂ ਨੇ ਮਦਦ ਵੀ ਬਹੁਤ ਕੀਤੀ ਮੁਸਲਮਾਨਾਂ ਦੀ, ਤੇ ਮੁਸਲਮਾਨਾਂ ਨੇ ਵੀ ਮਦਦ ਕੀਤੀ, ਸਿੱਖਾਂ ਨੇ ਕੀਤੀ ਹੈ, ਇਹ ਤੇ ਜਿਹੜੀ ਭੀੜ ਬਾਹਰੋਂ ਆਈ ਸੀ ਦਿੱਲੀ ਦੇ ਲੋਕਾਂ ਨੇ ਘੱਟ, ਤੇ ਬਾਹਰ ਦੇ ਲੋਕਾਂ ਨੇ ਆ ਕੇ ਜ਼ਿਆਦਾ ਹਮਲੇ ਕੀਤੇ ਆ, ਤੇ ਜਿਹੜਾ ਕਿ ਜਿਹਦੇ ਵਿੱਚ ਸਿੱਖਾਂ ਦਾ ਨੁਕਸਾਨ ਕਾਫੀ ਹੋਇਆ, ਸਿੱਖਾਂ ਦੀਆਂ ਵੀ ਦੁਕਾਨਾਂ ਸਾੜੀਆਂ ਗਈਆਂ। ਦੇਖੋ ਇੱਕ ਹੈਗਾ ਭਜਨਪੁਰਾ, ਜਿਹੜਾ ਭਜਨਪੁਰਾ ਇਲਾਕਾ ਉਹਦੇ ਵਿੱਚ ਇੱਕ ਸਰਦਾਰ ਦਾ ਪ੍ਰਮੁੱਖ ਸਾੜਿਆ ਗਿਆ, ਇੱਕ ਦੀ ਉੱਥੇ ਏਜੰਸੀ ਸੀ ਉਹ ਸਾੜੀ ਗਈ ਹੈ, ਉੱਥੇ ਮੁਸਲਮਾਨ ਸਿੱਖਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਹਿੰਦੂ ਦੀ ਕੋਈ ਦੁਕਾਨ ਨਹੀਂ ਸਾੜੀ। ਇਹ ਵੀ ਇੱਕ ਬੜਾ ਵੱਡਾ ਇੱਕ ਸਵਾਲ ਹੈ ਵੀ ਜੇ ਉਹ ਇਕੱਲੇ ਮੁਸਲਮਾਨਾਂ ਸਾੜਿਆ ਤਾਂ ਸਰਦਾਰਾਂ ਦੀ ਕਿਵੇਂ ਉਹਨਾਂ ਦੇ ਪਰਪਸ ਆਉਂਦਾ, ਤੇ ਉਹਦਾ ਸ਼ੋਰੂਮ ਸਾੜਿਆ ਤੇ ਉਹਨਾਂ ਦਾ ਇੱਕ ਪਹਿਲਾਂ ਸਾੜਿਆ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਟਾਰਗੇਟ ਬਣਾਉਣਾ ਚਾਹੁੰਦੇ ਸਿੱਖਾਂ ਨੂੰ ਵੀ, ਪਰ ਸਿੱਖਾਂ ਦੀ ਜਿਹੜੀ ਹੈਗੀ ਆ ਐਤਕਾ ਬਚਾ ਰਿਹਾ, ਹੋ ਸਕਦਾ ਉਸ ਤੋਂ ਇਹਨਾਂ ਨੂੰ ਆਰਡਰ ਨਹੀਂ ਸੀ ਸਿੱਖਾਂ ਨਾਲ ਪੰਗਾ ਲੈਣ ਦਾ, ਪਰ ਆਉਣ ਵਾਲਾ ਸਮਾਂ ਸਿੱਖਾਂ ਨਾਲ ਇਹ ਸੇਮ ਬੀਤਣਾ, ਸਿੱਖਾਂ ਨੂੰ ਆਪਣੇ ਘਰ ਜਿਹੜਾ ਮੀਡੀਆ ਜਾਂ ਬੀਚਾ ਸਾਨੂੰ ਦੇਖਿਆ ਵੀ ਆਪਣੇ ਇੱਕ ਜਿਹੜਾ ਸਿੱਖ ਸੀਗਾ 1984 ਦੇ ਵਿੱਚ ਵੀ ਉਹਨਾਂ ਦਾ ਪੈਟਰੋਲ ਪੰਪ ਸਾੜਤਾ ਸੀ, ਤੇ ਐਤਕੀ ਵੀ ਉਹ ਮਤਲਬ ਉਹਨਾਂ ਦਾ ਜਿਹੜਾ ਪੈਟਰੋਲ ਪੰਪ ਤੇ ਕਾਫੀ ਭੰਨ ਤੋੜ ਕੀਤੀ ਆ, ਪੰਤੋੜ ਕੀ ਕੀਤੀ, ਸਾੜ ਦਿੱਤਾ ਗਿਆ ਜੀ, ਗੱਡੀਆਂ ਸਾੜਦੀਆਂ ਸਾਰੀਆਂ ਉਹਨਾਂ ਦੀਆਂ, ਉਹਨਾਂ ਦੇ ਜਿਹੜੇ ਮੋਟਰਸਾਈਕਲ ਵਗੈਰਾ ਸੀ ਉਹ ਵੀ ਸਾੜਦੇ, ਪੰਪ ਨੂੰ ਤਬਾਹ ਕਰਤਾ ਇਹਨਾਂ ਨੇ, ਉਹਦੇ ਨਾਲ ਦੂਜੀ ਵਾਰ ਚਰਾਸੀ ਵਾਪਰ ਚੁੱਕੀ ਹੈ, ਤੇ ਇਹ ਬੜੀ ਕਿਤੇ ਇਹਨਾਂ ਦੇ ਜਿਹੜੇ ਮਨ ਦੇ ਵਿੱਚ ਉਹੀ ਸੋਚ ਹੈ, ਸਰਕਾਰਾਂ ਬਦਲੀਆਂ ਟਾਈਮ ਬਦਲ ਗਿਆ ਪਰ ਸੋਚ ਜਿਹੜੀ ਉਹੀ ਘੱਟ ਗਿਣਤੀ ਨੂੰ ਖਤਮ ਕਰਨ ਦੀ। ਹੁਣ ਲੋਕ ਕਹਿੰਦੇ ਸੀ 84 ਨੂੰ ਹੁਣ ਨੀ ਵਾਪਰ ਸਕਦੀ, ਆਮ ਗੱਲਾਂ ਹੁੰਦੀਆਂ ਵੀ ਉਦੋਂ ਮੀਡੀਆ ਨੀ ਸੀ ਹੈਗਾ ਜੀ, ਉਦੋਂ ਤਾਂ ਹੋ ਗਿਆ, ਉਦੋਂ ਐਂ ਸੀ, ਹੁਣ ਤੇ ਮੀਡੀਆ, ਪਰ ਆਹ ਮੀਡੀਆ ਹੋਣ ਦੇ ਬਾਵਜੂਦ ਤੁਸੀਂ ਵੇਖਿਆ ਕਿਵੇਂ ਪੁਲਿਸ ਦੰਗਾਕਾਰੀਆਂ ਦੀ ਅਗਵਾਈ ਕਰ ਰਹੀ ਹੈ, ਇਸ਼ਾਰੇ ਕਰਦੀ ਵੀ ਆ ਜਾਓ, ਤੇ ਜਦੋਂ ਪੁਲਿਸ ਵੱਲੋਂ ਗੋਲੀ ਮਾਰਦੀ ਹੈ ਮੁਸਲਮਾਨਾਂ ਨੂੰ, ਗੋਲੀ ਮਾਰ ਕੇ ਤੇ ਫਿਰ ਜਾ ਕੇ ਉਹਨਾਂ ਤੇ ਹਮਲਾ ਕਰਦੀ ਆ, ਕਿਉਂਕਿ ਜਿਹੜੇ ਮੁਸਲਮਾਨ ਭਰਾ ਸੀਗੇ ਉਹ ਆਪਣੇ ਬਚਾਅ ਵਾਸਤੇ ਇਕੱਠੇ ਜ਼ਰੂਰ ਹੁੰਦੇ ਰਹੇ, ਆਪਣੇ ਘਰਾਂ ਦੀ ਬਚਾਅ ਕੀਤਾ ਉਹਨਾਂ ਨੇ ਆਪਣੇ ਪਰਿਵਾਰਾਂ ਦਾ, ਪਰ ਪੁਲਿਸ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ, ਜਿੰਨੇ ਮੁਸਲਮਾਨਾਂ ਦੇ ਮੁੰਡੇ ਮਾਰੇ ਗਏ ਆ ਉਹ ਸਾਰੇ ਪੁਲਿਸ ਦੀ ਗੋਲੀ ਨਾਲ ਮਰੇ ਆ, ਇਹ ਵੀ ਗੱਲ ਨੋਟ ਕਰਿਓ, ਪੁਲਿਸ ਨਾਲ ਜਿਹੜੇ ਮਰੇ ਆ ਮੁਸਲਮਾਨ ਉਹ ਮਰੇ ਆ ਸਾਰੇ ਪੁਲਿਸ ਦੀ ਗੋਲੀ ਨਾਲ, ਜਿਹੜੇ ਮਰੇ ਆ ਹਿੰਦੂ ਉਹ ਮਰੇ ਆ ਚਾਕੂਆਂ ਨਾਲ, ਚਾਕੂ ਉਦੋਂ ਵੱਜੇ ਨੇ ਜਦੋਂ ਕਿਸੇ ਦੇ ਘਰ ਵੜ ਜਾਂਦੇ ਸੀਗੇ ਜਾ ਕੇ, ਤੇ ਅੱਗੋਂ ਫਿਰ ਉਹਨਾਂ ਨੇ ਚਾਕੂ ਮਾਰ ਕੇ ਮੁੰਡੇ ਮਾਰੇ ਆ ਜਦੋਂ ਇਹ ਦੰਗਾਕਾਰੀ ਕਿਸੇ ਦੇ ਘਰ ਵੜ ਜਾਂਦੇ ਸੀ ਜਾ ਕੇ। ਤੇ ਆਪਾਂ ਇਹਦੇ ਚ ਜਿੱਦਾਂ ਹੁਣ ਸੈਂਟਰ ਦੇ ਵਿੱਚ ਬੀਜੇਪੀ ਆ, ਭਾਜਪਾ ਆ, ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਆ, ਕੌਣ ਆ ਦੋਸ਼ੀ ਇਹਦੇ ਵਿੱਚ?
ਦੋਵੇਂ ਦੋਸ਼ੀ ਆ, ਆਮ ਆਦਮੀ ਪਾਰਟੀ ਵੀ ਘੱਟ ਨਹੀਂ, ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਸਿਰਫ ਜਿਹੜੀ ਪੁਲਿਸ ਦੇ ਅੰਡਰ ਨਹੀਂ ਹੈਗੀ, ਪਰ ਇਹ ਬੋਲੇ ਵੀ ਕੋਈ ਨਹੀਂ। ਤਿੰਨ ਦਿਨ ਜਿਵੇਂ ਸੈਂਟਰ ਗੌਰਮੈਂਟ ਸ਼ਾਂਤ ਰਹੀ ਆ, ਚੁੱਪ ਰਹੀ ਆ, ਇਸ ਤਰ੍ਹਾਂ ਕਿਹੜੀ ਵਾਰ ਚੁੱਪ ਰਿਹਾ ਤਿੰਨ ਦਿਨ? ਇਹ ਸਾਰੀ ਮਿਲੀ ਭੁਗਤ ਸੀਗੀ, ਇਹ ਮਿਲੀ ਭੁਗਤ ਨਾਲ ਸਾਰਾ ਕੁਝ ਵਾਪਰਿਆ। ਇਹਦੇ ਵਿੱਚ ਇੱਕ ਦਾ ਦੋਸ਼ ਕਹਿਣਾ ਗਲਤ ਆ। ਇਹਦੇ ਵਿੱਚ ਤੇ ਜਿਹੜੀ ਅਸੀਂ ਇਹ ਵੀ ਕਹਾਂਗੇ, ਦਿੱਲੀ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜ਼ਿੰਮੇਵਾਰ ਹੈ, ਇਹਨਾਂ ਨੇ ਸਪੋਰਟ ਕੀਤੀ, ਉਹਨਾਂ ਦੀ ਬੜੀ ਗਲਤ ਗੱਲ ਕੀਤੀ, ਇਹਨਾਂ ਨੂੰ ਚਰਾਸੀ ਯਾਦ ਹੋਣੀ ਚਾਹੀਦੀ ਸੀ, ਤੇ ਇਹਨਾਂ ਨੂੰ ਹੁਣ ਵੀ ਸਮਝ ਲੈਣ ਵੀ ਇਹ ਕੀ ਕੀਤਾ ਇਹਨਾਂ ਨੇ। ਉਹਨਾਂ ਦਾ ਇੱਕ ਦਿੱਲੀ ਕਮੇਟੀ ਦਾ ਇੱਕ ਉਪ ਪ੍ਰਧਾਨ ਹੈ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਸੀ ਵੀ ਮੁਸਲਮਾਨ ਆ ਕੇ ਸਿੱਖਾਂ ਦੇ ਘਰ ਸਾੜ ਰਿਹਾ। ਕਿੱਡੀ ਗਲਤ ਜਾ ਕੇ ਉਹ ਬੰਦੇ ਨੇ ਏਡਾ ਵੱਡੀ ਪਦਵੀ ਉਹਦੇ ਕੋਲ, ਉਹਨੇ ਕਿੱਡੀ ਝੂਠ ਬੋਲ ਕੇ ਤੇ ਇੱਕ ਸਿੱਖਾਂ ਦੀ ਥੂ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਬੰਦੇ ਨੇ, ਪਰ ਉਹਦੀ ਥੂ ਥੂ ਹੋਈ, ਲੋਕਾਂ ਨੇ ਬਹੁਤ ਬੁਰਾ ਹਾਲ ਉਹਦਾ ਕੀਤਾ। ਪਰ ਇਹੋ ਜਿਹੇ ਹਾਲਾਤ ਨੇ, ਦਿੱਲੀ ਕਮੇਟੀ ਨੂੰ ਬੰਦੇ ਨੂੰ ਸਸਪੈਂਡ ਕਰ ਦੇਣਾ ਚਾਹੀਦਾ, ਬਾਹਰ ਕੱਢ ਦੇਣਾ ਚਾਹੀਦਾ ਜਿਹਨੇ ਝੂਠ ਬੋਲ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਕੌਮ ਨੂੰ। ਮੈਂ ਇਹ ਪੁੱਛਣਾ ਚਾਹੁੰਦਾ ਸੀ, ਵੈਸੇ ਤੁਸੀਂ ਦੱਸ ਦਿੱਤਾ ਵੀ ਦਿੱਲੀ ਕਮੇਟੀ ਦਾ ਕੀ ਕਸੂਰ ਆ, ਉਹ ਕਿੱਦਾਂ ਦੋਸ਼ੀ ਹੈ? ਬਿਲਕੁਲ ਜੀ, ਮੈਂ ਆਪ ਜੀ ਦੱਸਦਾ ਸਾਰਾ ਵੀ ਉਹਨਾਂ ਦਾ ਪ੍ਰਧਾਨ ਝੂਠ ਬੋਲ ਰਿਹਾ ਸੀ, ਜਿਹੜਾ ਉਪ ਪ੍ਰਧਾਨ ਆ ਬਾਠ, ਵੀ ਇਹ ਮੁਸਲਮਾਨ ਜਿਹੜੇ ਆ ਉਹ ਸਿੱਖਾਂ ਦੇ ਤੇ ਹਿੰਦੂਆਂ ਦੇ ਘਰਾਂ ਨੂੰ ਸਾੜਦੇ ਪਏ ਆ, ਜੋ ਕਿ ਜਿਹੜੀਆਂ ਆਰ ਐਸ ਦੀ ਭੀੜ ਸੀ, ਬੀਜੇਪੀ ਦੀ ਭੀੜ ਸੀ, ਉਹਨੇ ਸਿੱਖਾਂ ਦੇ ਦੁਕਾਨਾਂ ਸਾੜੀਆਂ ਨੇ। ਸ਼ਹੀਨ ਬਾਗ ਦੇ ਵਿੱਚ ਮੋਰਚਾ ਲੱਗਾ ਸੀ ਜਾਂ ਰੋਸ ਕਰਦੇ, ਉੱਥੇ ਵੀ ਗਏ ਆ, ਇਹ ਤੁਹਾਨੂੰ ਲੱਗਦਾ ਸੀ ਜਦੋਂ ਤੁਸੀਂ ਪਹਿਲਾਂ ਜਾਂਦੇ ਸੀਗੇ ਵੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਦਿੱਲੀ ਚ ਹੋ ਸਕਦੀਆਂ, ਇਹ ਪ੍ਰਾਨਿਕ ਹੋ ਰਹੀ ਸੀ ਏਦਾਂ ਦੀ ਕੋਈ? ਬਿਲਕੁਲ ਬਿਲਕੁਲ ਜੀ, ਇਹ ਕੋਈ ਨਵੀਂ ਨੀ, ਇਹ ਕਈ ਦਿਨਾਂ ਤੋਂ ਪਲੈਨਿੰਗ ਹੋ ਰਹੀ ਸੀ। ਪਹਿਲਾਂ ਵੀ ਇਹਨਾਂ ਨੇ ਉੱਥੇ ਗੋਲੀ ਵੀ ਚਲਾਈ ਸੀ ਜਾ ਕੇ, ਇਹ ਜਿਹੜੇ ਦੰਗਾ ਕਰੀ ਸੀਗੇ ਤੇ ਉਹਨਾਂ ਨੂੰ ਇਹਨਾਂ ਨੇ ਸਰਕਾਰ ਨੇ ਕਿਹਾ ਜੀ ਉਹ ਨਾਬਾਲਗ ਸੀਗਾ, ਕਿਉਂਕਿ ਹਮੇਸ਼ਾ ਇਹਨਾਂ ਨੇ ਪੁਸ਼ਤ ਪੜਾਈ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਜਾ ਕੇ ਗੋਲੀਆਂ ਮਾਰਦੇ ਸੀ। ਇੱਕ ਦਿਨ ਰਾਤ ਨੂੰ ਧਰਨਾ ਲਾ ਕੇ ਬੈਠੇ ਸੀ ਯੂਨੀਵਰਸਿਟੀ ਦੇ ਨੌਜਵਾਨ, ਉਹਨਾਂ ਤੇ ਜਾ ਕੇ ਗੁੰਡਿਆਂ ਨੇ ਹਮਲਾ ਕਰਤਾ ਤੇ ਉੱਥੇ ਲੜਕੀਆਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ, ਜਿਹੜੀਆਂ ਜਾਮੀਆਂ ਯੂਨੀਵਰਸਿਟੀ ਦੀਆਂ ਲੜਕੀਆਂ ਸੀਗੀਆਂ। ਮੈਂ ਰਾਤ ਨੂੰ ਨਾਲ ਜਾ ਕੇ ਉਹਨਾਂ ਨੂੰ ਜੇਲ੍ਹ ਥਾਣੇ ਚ ਲਾ ਕੇ ਲਿਆ, ਮੇਰੇ ਨਾਲ ਵਕੀਲਾਂ ਦਾ ਪੈਨਲ ਸੀ, ਇੱਕ ਜਿਹੜੇ ਮੁਸਲਮਾਨਾਂ ਦਾ ਇੱਕ ਵਕੀਲਾਂ ਦਾ ਪੈਨਲ, ਉਹ ਮੈਨੂੰ ਨਾਲ ਲੈ ਗਏ ਸੀਗੇ, ਮੈਂ ਵੀ ਨਾਲ ਰਾਤ ਨੂੰ ਇੱਕ ਵਜੇ ਚੜਾ ਕੇ ਲਿਆ। ਉੱਥੇ ਹਾਲਾਤ ਇਹ ਸੀ ਕਿ ਮੁਸਲਮਾਨ ਭਰਾਵਾਂ ਨੂੰ ਤੇ ਇੱਥਾਂ ਦੇਖਿਆ ਜਾ ਰਿਹਾ ਜਿਵੇਂ ਉਹ ਦੇਸ਼ ਦੇ ਵਾਸੀ ਕੋਈ ਨਹੀਂ, ਉਹਨਾਂ ਨੂੰ ਪੁਲਿਸ ਵਾਲੇ ਭੱਜ ਭੱਜ ਪੈ ਰਹੇ ਸੀ, ਮੈਂ ਨਾਲ ਸੀ, ਮੇਰੇ ਕੋਲ ਤਲਵਾਰ ਵੀ ਸੀ, ਉਹਨਾਂ ਨੇ ਇਹ ਆ ਵੀ ਮੇਰੇ ਨਾਲ ਬਿਲਕੁਲ ਬਦਤਮੀਜ਼ੀ ਨਹੀਂ ਕੀਤੀ ਪੁਲਿਸ ਨੇ, ਮੈਂ ਇਹਨੇ ਗੱਲ ਕਰਾਂ, ਪਰ ਜਿਹੜੇ ਮੁਸਲਮਾਨ ਨਾਲ ਗਏ ਸੀ ਉਹਨਾਂ ਨਾਲ ਬਦਤਮੀਜ਼ੀ ਕਰ ਰਹੇ, ਵਕੀਲਾਂ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਇੱਕ ਜਿਹੜੇ ਉੱਥੇ ਕਾਂਸਟੇਬਲ ਨੇ ਉਹ ਜ਼ੁਰਤ ਨਾਲ ਏਡੀ ਬੋਲ ਰਹੇ ਸੀ ਉਹਨਾਂ ਨੂੰ ਵੀ ਇੰਨਾ ਬੁਰਾ ਹਾਲਾਤ ਹੈ। ਤੇ ਇਹ ਮੈਂ ਇੱਕ ਤੁਹਾਨੂੰ ਹੋਰ ਗੱਲ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਰਾਹੀਂ, ਇਹਨੂੰ ਅੱਜ ਤੇ ਇਹ ਨਾ ਸਮਝੋ ਵੀ ਇਹ ਖਤਮ ਹੋ ਗਿਆ ਬਸ ਤਿੰਨ ਦਿਨ, ਇਹ ਇਸ ਤੋਂ ਵੱਧ ਜਿਹੜਾ ਹੋਣਾ ਇਹ ਖਤਮ ਤਾਂ ਹੋਇਆ ਵੀ ਉਹਨਾਂ ਨੇ ਜੋ ਸੋਚਿਆ ਸੀ ਉਹ ਨਹੀਂ ਬਣਿਆ, ਅੱਗੋਂ ਮੁਸਲਮਾਨ ਜਿਹੜੇ ਹਥਿਆਰ ਬੈਠੇ ਸੀ ਉਹਨਾਂ ਨੇ ਪੂਰਾ ਮੂੰਹ ਭੰਨਿਆ ਇਹਨਾਂ ਦਾ, ਪਰ ਹੁਣ ਆਉਣ ਵਾਲੇ ਦਿਨਾਂ 'ਚ ਇਸ ਤੋਂ ਜ਼ਿਆਦਾ ਕਤਲਿਆਂ ਹੋਣਾ। ਇਹ ਉੱਥੇ ਦੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਆ, ਤੇ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਵੀ ਤੂੰ ਦਿੱਲੀ ਨਹੀਂ ਵੜਨਾ। ਮੈਂ ਤੁਹਾਨੂੰ ਧਮਕੀ ਦਿੱਤੀ ਗਈ ਕਿ ਮੈਂ ਉਹਨਾਂ ਦੀ ਸਪੋਰਟ ਕਰ ਰਿਹਾ, ਮੈਂ ਉੱਥੇ ਲੰਗਰ ਲਾਇਆ ਸੀ ਸ਼ਾਹੀਨ ਬਾਗ, ਤੇ ਇਸ ਕਰਕੇ ਵੀ ਮੈਨੂੰ ਕਿਤੇ ਪਹਿਲੋਂ ਵੀ ਮੈਨੂੰ ਇਹਨਾਂ ਨੇ 8 ਤਰੀਕ ਨੂੰ 7 ਤਰੀਕ ਨੂੰ ਧੱਕੇ ਨਾ ਕੱਢਿਆ ਦਿੱਲੀ ਤੋਂ ਵੀ 8 ਤਰੀਕ ਨੂੰ ਵੋਟਾਂ ਨੇ, ਤੂੰ ਦਿੱਲੀ ਨਹੀਂ ਰਹਿ ਸਕਦਾ। ਇਹਦੇ ਵਿੱਚ ਪੰਜਾਬ ਪੁਲਿਸ ਦੇ ਵੀ ਮੈਨੂੰ ਫੋਨ ਗਏ, ਹਰਿਆਣਾ ਪੁਲਿਸ ਦੇ ਵੀ, ਦਿੱਲੀ ਪੁਲਿਸ ਨੇ ਵੀ ਗਿਆ। ਮੈਂ 7 ਤਰੀਕ ਨੂੰ ਸ਼ਾਮ ਨੂੰ ਆ ਗਿਆ, ਮੈਨੂੰ ਕਹਿੰਦੇ ਵੀ ਤੂੰ 7 ਨੂੰ ਚਲਾ ਜਾ ਤੇ 9 ਨੂੰ ਵਾਪਸ ਆ ਜਾਈ, 8 ਤਰੀਕ ਨੂੰ ਦਿੱਲੀ ਨਹੀਂ ਰਹਿਣਾ ਚਾਹੀਦਾ। ਪਰ ਜਦੋਂ ਮੈਂ 9 ਨੂੰ ਗਿਆ, ਮੇਰੇ ਜਾਂਦਿਆਂ ਨੂੰ ਉੱਥੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਸੀ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਲੰਗਰ ਤੇ ਵੀ, ਉਸ ਤੋਂ ਬਾਅਦ ਵੀ ਪੁਲਿਸ ਜਿਹੜੀ ਉਹ ਮੇਰੇ ਮਗਰ ਪੂਰਾ ਪਈ ਹੋਈ ਸੀ ਤੇ ਮੈਨੂੰ ਫੋਨ ਕਰਕੇ ਧਮਕੀਆਂ ਦੇ ਗਈ ਵੀ ਤੇਰੇ ਤੇ ਇੰਜ ਕਰ ਦਾਂਗੇ, ਬੇਟੇ ਨੂੰ ਬੱਚਾ ਹੋ ਜਾਏਗਾ, ਤੈਨੂੰ ਜੇਲ੍ਹ ਸੁੱਟ ਦਾਂਗੇ। ਤੇ ਹੁਣ ਮੈਂ ਜਦੋਂ ਪੰਜਾਬ ਆਇਆ ਤੇ ਇਹਨਾਂ ਨੇ ਪਹਿਲੇ ਉੱਥੇ ਮੈਨੂੰ ਫੋਨ ਕਰਨੇ ਸ਼ੁਰੂ ਕਰਤੇ ਆ ਵੀ ਜੇ ਤੂੰ ਇੱਥੇ ਆ ਗਿਆ ਤੇਰਾ ਬਚਾ ਨਹੀਂ ਹੋਣਾ, ਤੈਨੂੰ ਦੰਗਾਕਾਰੀਆਂ ਵਿੱਚ ਮਾਰ ਕੇ ਤੇ ਇਸ ਤਰ੍ਹਾਂ ਕਹਿਣਾ ਵੀ ਇਹ ਦੰਗੇ 'ਚ ਮਾਰਿਆ ਗਿਆ। ਇਸ ਤਰ੍ਹਾਂ ਮੈਨੂੰ ਆਡੀਓ ਆ ਰਹੀ ਹੈ, ਮੈਂ ਤੁਹਾਨੂੰ ਭੇਜ ਦਿੰਦਾ ਵਾ, ਜਿਹੜੀਆਂ ਕੋਈ ਅਫਸਰ ਹੈ ਉਹਨੇ ਆਪਣਾ ਨਾਂ ਨਹੀਂ ਦੱਸਿਆ ਵੀ ਮੈਂ ਕੌਣ ਅਫਸਰ ਹਾਂ, ਪਰ ਉਹ ਮੈਨੂੰ ਇਹ ਦੱਸ ਰਿਹਾ ਵੀ ਮੈਂ
ਤੇਰੇ ਭਲੇ ਵਾਸਤੇ ਕਹਿ ਰਿਹਾ ਵੀ ਤੇਰਾ ਇੱਥੇ ਨੁਕਸਾਨ ਹੋਏਗਾ ਜੇ ਤੂੰ ਇੱਥੇ ਦਿੱਲੀ ਜਾ ਗਿਆ ਤੇ ਜਿਹੜੇ ਇਹ ਹਾਲਾਤ ਨੇ ਉੱਥੇ ਸਿੱਖਾਂ ਉਹਨਾਂ ਨੂੰ ਇਹ ਪਤਾ ਵੀ ਜਿਹੜਾ ਸ਼ਾਹੀਨ ਬਾਗ ਵੱਜਿਆ ਨਾ ਇੱਕ ਹੋਰ ਮਜ਼ੇ ਦੀ ਗੱਲ ਦੱਸਦਾ ਜਿਹੜਾ ਸ਼ਾਹੀਨ ਬਾਗ ਤੇ ਹਮਲਾ ਨਹੀਂ ਹੋਇਆ ਇਹ ਤਾਂ ਨੀ ਹੋਇਆ ਵੀ ਉੱਥੇ ਪੂਰਾ ਇਹ ਪ੍ਰਚਾਰ ਸੀ ਵੀ ਸਿੱਖ ਬੈਠੇ ਨੇ ਉੱਥੇ ਸ਼ਾਹੀਨ ਬਾਗ ਦੇ ਵਿੱਚ ਉਹ ਇਸ ਕਰਕੇ ਕਿਸੇ ਦੀ ਜੁੱਤ ਨੀ ਪਈ ਸ਼ਾਹੀਨ ਬਾਗ ਜਾਣ ਵੱਲ ਤੇ ਜਿੱਥੇ ਸਿੱਖ ਨਹੀਂ ਸਨ ਉਹ ਇਹਨਾਂ ਨੇ ਜਿਹੜੇ ਧਰਨੇ ਲੱਗੇ ਸਨ ਉਹ ਸਾਰੇ ਤੋੜੇ ਤੇ ਉਹਨਾਂ ਨੂੰ ਤਬਾਹ ਕੀਤਾ ਤੇ ਸ਼ਾਹੀਨ ਬਾਗ ਬਚਿਆ ਰਿਹਾ ਇਸੇ ਕਰਕੇ ਉਹ ਮੈਨੂੰ ਧਮਕੀਆਂ ਮਿਲੀਆਂ ਵੀ ਤੂੰ ਸ਼ਾਹੀਨ ਬਾਗ ਚੋਂ ਨਿਕਲ ਜਾ ਇਸ ਕਰਕੇ ਹਜੇ ਵੀ ਮੈਨੂੰ ਯਕੀਨ ਦੇ ਆ ਉਹਨਾਂ ਨੂੰ ਇਹ ਨਾ ਵੀ ਲੰਗਰ ਚੱਲ ਰਿਹਾ ਉੱਥੇ ਮੈਂ ਪੰਜਾਬ ਦੇ ਲੰਗਰ ਤੋਂ ਚੱਲਦਾ ਉੱਥੇ ਮੁੰਡੇ ਛੱਡ ਕੇ ਆਇਆ ਸੀ ਮੈਂ ਉਹਨਾਂ ਨੂੰ ਇਹ ਨੀ ਆ ਵੀ ਇਹ ਇੱਥੇ ਉਹਦੀ ਸਪੋਰਟ ਕਰਨੀ ਬੰਦ ਕਰੇ ਤੇ ਅਸੀਂ ਇਹ ਸ਼ਾਹੀਨ ਬਾਗ ਤੇ ਹਮਲਾ ਕਰੀਏ ਤੇ ਹੋਣਾ ਇਹ ਵੀ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਹੋਣਾ ਜੇ ਉੱਥੇ ਹਮਲਾ ਉੱਥੇ ਗਏ ਆ ਭਾਰਤ ਦੇ ਵਿੱਚ ਤੇ ਦਿੱਲੀ ਦੇ ਵਿੱਚ ਸੀਗੇ ਉਦੋਂ ਜਦੋਂ ਆ ਦਿੱਲੀ ਦੇ ਵਿੱਚ ਹੋਇਆ ਇਹਦੇ ਪਿੱਛੇ ਕੀ ਸਮਝੀਏ ਵੀ ਜਦੋਂ ਕੋਈ ਵੱਡਾ ਦੇਸ਼ ਦਾ ਪਾਵਰਫੁਲ ਬੰਦਾ ਆਉਂਦਾ ਤੇ ਉਦੋਂ ਹੀ ਇਹ ਘਟਨਾਵਾਂ ਕਿਉਂ ਨਾਲ ਜੁੜਦੀਆਂ ਇਹ ਵੇਖੋ ਜੀ ਉਦੋਂ ਵੀ ਬੀਜੇਪੀ ਦੀ ਸਰਕਾਰ ਸੀ ਤੇ ਇਹਨਾਂ ਨੇ ਇਹ ਸ਼ੋਅ ਕੀਤਾ ਸੀ ਵੀ ਮੁਸਲਮਾਨ ਜਿਹੜੇ ਨੇ ਉਹ ਅੱਤਵਾਦੀ ਨੇ ਵੀ ਦੇਖੋ ਤੁਸੀਂ ਆਏ ਹੋ ਤੇ ਇਹਨਾਂ ਨੇ ਇੱਥੇ ਸਿੱਖ ਮਾਰਦੇ ਵਿੱਚ ਉਹਨਾਂ ਨੂੰ ਉਦੋਂ ਵੀ ਮੂੰਹ ਦਿਖਾਣੀ ਪਈ ਸੀ ਸਰਕਾਰ ਨੂੰ ਤੇ ਉਹਨਾਂ ਨੇ ਸਿੱਖ ਜਿਹੜੇ ਨੇ ਮੁਸਲਮਾਨਾਂ ਦੇ ਖਿਲਾਫ ਭੜਕਣਗੇ ਵੀ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਪਰ ਸਿੱਖਾਂ ਨੇ ਉਦੋਂ ਵੀ ਬੜਾ ਦਿਮਾਗ ਤੋਂ ਕੰਮ ਲਿਆ ਬਿਲਕੁਲ ਵੀ ਉਹ ਗਲਤ ਨਹੀਂ ਚੱਲੇ ਐਨਕਾਂ ਵੀ ਇਹਨਾਂ ਨੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਮੁਸਲਮਾਨ ਹੈ ਉਹ ਟਰੰਪ ਦਾ ਭਾਰਤ ਵਿੱਚ ਆਉਣਾ ਪਸੰਦ ਨਹੀਂ ਕੀਤਾ ਤੇ ਉਹਨਾਂ ਨੇ ਅੱਗਾਂ ਲਾ ਦਿੱਤੀਆਂ ਉਹ ਇਹ ਸਕੀਮ ਇਹਨਾਂ ਦੀ ਹੋਰ ਸੀਗੀ ਪਰ ਸਕੀਮ ਉਲਟੀ ਪੈ ਗਈ ਪਰ ਇਹ ਵੀ ਮੈਂ ਦੱਸਦਾ ਇਹ ਜਿਹੜੇ ਹਮਲੇ ਹੋਏ ਆ ਇਹਦੇ ਵਿੱਚ ਕਿਤੇ ਨਾ ਕਿਤੇ ਬਲ ਦੇ ਉੱਤੇ ਜਿਹੜਾ ਘਿਓ ਪਾਇਆ ਉਹ ਟਰੰਪ ਨੇ ਪਾਇਆ ਟਰੰਪ ਨੇ ਆ ਕੇ ਅਹਿਮਦਾਬਾਦ ਸਟੇਡੀਅਮ ਵਿੱਚ ਬੋਲਿਆ ਇਸਲਾਮਿਕ ਅੱਤਵਾਦ ਨੂੰ ਖਤਮ ਕਰਨ ਦੀ ਗੱਲ ਕੀਤੀ ਉਹਨੇ ਤੇ ਜਦੋਂ ਇਹ ਗੱਲ ਕੀਤੀ ਤਾੜੀਆਂ ਲੋਕਾਂ ਨੇ ਮਾਰੀਆਂ ਉੱਥੇ ਖਲੋ ਕੇ ਕਿੰਨਾ ਚਿਰ ਕੂਕਾ ਮਾਰਦੇ ਰਹੇ ਸਟੇਟ ਦੇ ਵਿੱਚ ਲੋਕ ਜਿਹੜੇ ਆ ਤੇ ਉਦੋਂ ਹੀ 15-20 ਮਿੰਟਾਂ ਬਾਅਦ ਦਿੱਲੀ ਵਿੱਚ ਅੱਗ ਲੱਗ ਗਈ ਇਹਦੇ ਵਿੱਚ ਮੈਂ ਸਮਝਦਾ ਵੀ ਇਹ ਜਿਹੜਾ ਹੈਗਾ ਟਰੰਪ ਇਹਦਾ ਵੀ ਦੋਸ਼ ਹੈ ਕਿ ਜਿਹੜਾ ਹਮਲੇ ਕਰਾਏ ਨੇ ਤੇ ਮੈਂ ਇਹਦੇ ਬਾਰੇ ਇਹਦੇ ਖਿਲਾਫ਼ ਚਿੱਠੀ ਲਿਖ ਕੇ ਜਿਹੜੀ ਹੈਗੀ ਆ ਮੈਂ ਐਪਲੀਕੇਸ਼ਨ ਰਾਸ਼ਟਰਪਤੀ ਨੂੰ ਵੀ ਤੇ ਸੁਪਰੀਮ ਕੋਰਟ ਨੂੰ ਵੀ ਪਾਈ ਹੈ ਟਰੰਪ ਦੇ ਖਿਲਾਫ਼ ਕਿ ਇਹਦੇ ਖਿਲਾਫ਼ ਵੀ ਪਰਚਾ ਹੋਣਾ ਚਾਹੀਦਾ ਇਹਨੇ ਇਸ ਭਾਰਤ ਵਿੱਚ ਆ ਕੇ ਇਹੋ ਜਿਹਾ ਭਾਸ਼ਣ ਦਿੱਤਾ ਇੱਕ ਕੌਮ ਦੇ ਨਾਲ ਅੱਤਵਾਦ ਦੇ ਖਿਲਾਫ਼ ਅਸੀਂ ਕੀ ਆ ਚਾਹੁੰਦੇ ਅੱਤਵਾਦ ਨਹੀਂ ਹੋਣਾ ਚਾਹੀਦਾ ਅੱਤਵਾਦ ਕਿਹੜਾ ਇਹ ਆ ਰਹਾ ਤਾਂ ਅੱਤਵਾਦ ਆ ਬਜਰੰਗ ਦਲ ਅੱਤਵਾਦ ਆ ਜਾਂ ਜਿਹੜੇ ਹੋਰ ਵੀ ਭਾਵੇਂ ਮੁਸਲਮਾਨ ਕੁਛ ਹੋਣਗੇ ਅੱਤਵਾਦ ਪਰ ਅੱਤਵਾਦ ਦਾ ਧਰਮ ਨਾਲ ਜੋੜਨਾ ਗਲਤ ਹੈ ਜਿਵੇਂ ਸਿੱਖਾਂ ਨੂੰ ਕਿਹਾ ਗਿਆ ਸੀ ਸਿੱਖ ਅੱਤਵਾਦੀ ਇਸੇ ਤਰ੍ਹਾਂ ਹੀ ਇਸਲਾਮਿਕ ਅੱਤਵਾਦੀ ਬੋਲਿਆ ਇਹ ਟਰੰਪ ਦੇ ਮੂੰਹੋਂ ਜਿਹੜੀ ਹੈ ਗੱਲ ਵਧੀਆ ਨਹੀਂ ਸੀ ਲੱਗ ਰਹੀ ਤੇ ਉਹਨੇ ਬਲਦੀ ਉੱਤੇ ਤੇਲ ਪਾ ਕੇ ਤੇ ਇਹ ਦਿੱਲੀ ਦੇ ਵਿੱਚ ਦੰਗੇ ਕਰਾਉਣੇ ਸ਼ੁਰੂ ਕਰਾਏ ਤੇ ਬਗੀਚਾ ਸਿੰਘ ਜੀ ਜਿੱਦਾਂ ਹੁਣ ਆਪਾਂ ਇਹ ਤੇ ਬਹੁਤ ਸਾਰੀ ਗੱਲ ਕਰ ਵੀ ਚੁੱਕੇ ਹਾਂ ਵੀ ਜਿਹੜੀਆਂ ਘੱਟ ਗਿਣਤੀਆਂ ਇਹ ਸੁਰੱਖਿਅਤ ਹੈ ਨੀਗੀਆਂ ਤੇ ਆਪਾਂ ਇਹ ਵੀ ਕਹਿੰਦੇ ਰਹਿੰਦੇ ਜੀ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਨਾ ਤਾਂ ਘੱਟ ਗਿਣਤੀਆਂ ਆਪਸ ਵਿੱਚ ਇਕੱਠੀਆਂ ਹੋਣੀਆਂ ਤੇ ਬਹੁਤ ਜਿਹੜੇ ਸਾਡੇ ਵਿੱਚ ਪੰਜਾਬੀਆਂ ਦੇ ਵਿੱਚ ਸਿੱਖਾਂ 'ਚ ਵੀ ਫਿਰਕੇ ਆ ਉਹ ਵੀ ਨੀ ਇਕੱਠੇ ਇਕੱਠੇ ਹੁੰਦੇ ਤੇ ਕੀਤਾ ਕੀ ਜਾਵੇ ਦੇਖੋ ਜੀ ਕੁਦਰਤ ਇਹ ਜਿਹੜਾ ਇਹਨਾਂ ਨੂੰ ਕੋਈ ਸਮਤ ਬਖਸ਼ੇ ਨਹੀਂ ਤੇ ਇਹ ਜਿਹੜੇ ਹਾਲਾਤ ਬਣੇ ਪਏ ਆ ਸੱਚ ਬਹੁਤ ਮਾਰ ਪੈਣੀ ਹੈ ਐਤਕਾਂ ਵੇਖੋ ਕੁਛ ਇੱਕ ਇਹ ਬਚਾਅ ਹੋ ਰਿਹਾ ਜਿਹੜਾ ਦਿੱਲੀ ਦੇ ਵਿੱਚ ਜਿਹੜੀ ਮੈਂ ਇਹਦੇ ਚੰਗੇ ਪੋਜ਼ਿਟਿਵ ਜਿਹੜੇ ਗੱਲਾਂ ਰਹੀਆਂ ਜੇ ਸਾਡੀ ਏਕਤਾ ਦੀਆਂ ਇੱਕ ਤੇ ਦਲਿਤ ਭਾਈਚਾਰ ਜਿਹੜਾ ਉਹ ਐਤਕਾਂ ਨਾਲ ਬਹੁਤ ਘੱਟ ਗੱਲ ਲੱਗੇ ਹੈਗੇ ਆ ਦੰਗਾਕਾਰੀਆਂ ਦੇ ਵਿੱਚ ਆਏ ਆ ਜਿਹੜੇ ਬਾਹਰੋਂ ਆਏ ਆ ਕੁਛ ਦਲਿਤ ਸਮਾਜ ਦੇ ਲੋਕ ਆਏ ਆ ਪਰ ਉਸ ਤਰ੍ਹਾਂ ਨਹੀਂ ਆਏ ਜਿਵੇਂ 84 ਵਿੱਚ ਦਲਿਤ ਸਮਾਜ ਨੇ ਨਾਂ ਰਲ ਕੇ ਸਿੱਖਾਂ ਨੂੰ ਸਾੜਿਆ ਸੀਗਾ ਐਤਕਾਂ ਉਹਨਾਂ ਨੂੰ ਬੜੀ ਸਮਝ ਲੱਗ ਚੁੱਕੀ ਹੈ ਵੀ ਇਹ ਜਿਹੜਾ ਭਗਵਾਨ ਅੱਤਵਾਦ ਆ ਇਹ ਕਿਸੇ ਦਾ ਸੱਗਾ ਨਹੀਂ ਇਹਨੇ ਦਲਿਤਾਂ ਦੇ ਨਾਲ ਵੀ ਇਹ ਹਾਲਾਤ ਕਰਦੇ ਪਏ ਆ ਦਲਿਤਾਂ ਨੂੰ ਹੋਰ ਸਟੇਟਾਂ ਦੇ ਵਿੱਚ
ਵਿਆਹ ਦੇ ਉੱਤੇ ਘੋੜੀ ਦੀ ਨੀ ਚੜਨ ਦਿੰਦੇ, ਉਹਨਾਂ ਨੂੰ ਮੀਟਿੰਗ ਨਹੀਂ ਕਰਨ ਦਿੰਦੇ, ਉਹਨਾਂ ਨੂੰ ਕੋਈ ਵੀ ਬਹੁਤ ਬੁਰਾ ਹਾਲ ਕੀਤੇ ਜਾ ਰਹੇ ਆ, ਮੁਸਲਮਾਨਾਂ ਨਾਲ ਕੀਤੇ ਜਾ ਰਹੇ ਆ, ਸਿੱਖਾਂ ਨਾਲ ਕੀਤੇ ਜਾ ਰਹੇ ਆ, ਇਸ ਕਰਕੇ ਐਤਕਾ ਬਹੁਤ ਜ਼ਿਆਦਾ ਇੱਕ ਜਿਹੜਾ ਜੋ ਇਹਨਾਂ ਦੀ ਮਨਸਾ ਸੀ ਪੂਰੀ ਨਹੀਂ ਹੋਈ, ਵੀ ਜਿਹੜੇ ਸਮਾਜਿਕ ਜਿਹੜੇ ਹੈਗੇ ਆ ਜਿਵੇਂ ਦਲਿਤ ਸਮਾਜ ਆ ਜਿਹਨੂੰ ਪਿਛੜੀਆਂ ਸ਼੍ਰੇਣੀਆਂ ਕਹਿ ਦਿੰਦੇ ਆ, ਉਹਨਾਂ ਨੇ ਐਤਕਾ ਸਪੋਰਟ ਨਹੀਂ ਕੀਤੀ ਦੰਗਾਕਾਰੀਆਂ ਦੀ, ਤੇ ਕਿਉਂਕਿ ਬਹੁਤ ਵਾਮ ਸੇਫ ਜਿਹੜੀ ਜਿੱਥੇ ਬੰਦੀ ਆ ਉਹਨੇ ਬਹੁਤ ਜ਼ਿਆਦਾ ਲੋਕਾਂ ਨੂੰ ਜਾਗਰਤ ਕੀਤਾ ਹੈ, ਜਿਹੜਾ ਬਾਮਨ ਮੇਸ਼ਰਾਮ ਜੀ ਨੇ ਉਹਨੇ ਇੰਡੀਆ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਲਿਆਂਦੀ ਬਈ ਇੱਕ, ਵੀ ਉਹ ਲੋਕਾਂ ਨੂੰ ਜਗਾਤਾ ਉਹਨੇ ਵੀ ਸਿੱਖ ਮੁਸਲਮਾਨ ਤੇ ਜਿੰਨੇ ਵੀ ਦਲਿਤ ਸਮਾਜ ਆ ਤੇ ਭਾਵੇਂ ਹਿੰਦੂ ਵੀ ਆਪਾਂ ਇੱਕ ਬ੍ਰਾਹਮਣਵਾਦ ਦੇ ਖਿਲਾਫ਼ ਉਹਨੇ ਝੰਡਾ ਬੁਲੰਦ ਕੀਤਾ ਹੋਇਆ, ਉਹਦਾ ਬੜਾ ਹੀ ਫਾਇਦਾ ਹੋਇਆ, ਤੇ ਹੁਣ ਜਿਹੜੇ ਨੇ ਉਹ ਸਾਰੇ ਸਪੋਰਟ ਮੁਸਲਮਾਨ ਵੀ ਕਰ ਰਹੇ ਆ, ਜਿੰਨਾ ਦਲਿਤ ਸਮਾਜ ਆ ਜਿਹੜੇ ਇਹਦੇ ਜਿਹਦੇ ਵੀ ਇਹਦੇ ਸਪੋਰਟਰ ਨੇ ਵਾਮ ਸੇਫ ਦੇ, ਉਹ ਮੁਸਲਮਾਨਾਂ ਦੀ ਸਪੋਰਟ ਕਰ ਰਿਹਾ ਆ ਕੇ, ਇਹ ਵੀ ਇੱਕ ਨਵੀਂ ਚੀਜ਼ ਜਿਹੜੀ ਆ ਉਹ ਹੋਈ ਹੈ, ਇਹਦੇ ਕਰਕੇ ਵੀ ਕਿਤੇ ਨਾ ਕਿਤੇ ਪੋਜ਼ਿਟਿਵ ਕੰਮ ਹੋਇਆ ਤੇ ਜਿਹੜਾ ਨੁਕਸਾਨ ਘੱਟ ਹੋਇਆ ਆਪਾਂ ਕਹਿ ਸਕਦੇ ਹਾਂ। ਕਤਲੇਆਮ ਹੋਣ ਦੇ ਬਹੁਤ ਵੱਡੇ ਚਾਂਸ ਸੀਗੇ ਜੇ ਮੁਸਲਮਾਨ ਅੱਗੋਂ ਨਾ ਬੋਲਦੇ, ਚੁੱਪ ਕਰਕੇ ਵੋਟ ਕਰਾਉਂਦੇ, ਤੇ ਐਤਕਾਂ ਉਹਨਾਂ ਨੇ ਬਹੁਤ ਤਬਾਹੀ ਮਚਾਉਣੀ ਸੀ, ਪਰ ਉਹਨਾਂ ਨੇ ਇਹਨਾਂ ਨੂੰ ਛਿੱਤਰ ਹੀ ਬੜੇ ਫੇਰੇ ਆ ਇਹ ਦੰਗਾਕਾਰੀਆਂ ਨੂੰ, ਤੇ ਫੜ ਫੜ ਕੇ ਜਿਹੜੇ ਫੁੱਕਾ ਮਾਰਦੇ ਸੀ ਪਹਿਲਾਂ ਉਹਨਾਂ ਦੀਆਂ ਵੀਡੀਓ ਦੁਬਾਰੇ ਸਾਹਮਣੇ ਆ ਗਈਆਂ, ਉਹ ਭਿੱਗੀ ਬਿੱਲੀ ਬਣ ਕੇ ਤੇ ਹੱਥ ਜੋੜ ਕੇ ਮਾਫੀਆਂ ਮੰਗ ਰਿਹਾ, ਇਹ ਸਿਰਫ ਉਹਨਾਂ ਦਾ ਜਿਹੜਾ ਚੁਕੰਨੇ ਸਨ ਮੁਸਲਮਾਨ ਤਾਂ ਕਰਕੇ ਇਹ ਸਾਰਾ ਕੁਝ ਹੋਇਆ, ਤੇ ਨਹੀਂ ਤੇ ਜਿਵੇਂ ਸਿੱਖਾਂ ਨਾਲ ਅਚਨਚੇਤ ਹੋ ਗਿਆ ਸੀਗਾ ਜੇ ਕਿਤੇ ਉਹੋ ਜਿਹਾ ਕੰਮ ਹੁੰਦਾ, ਤੇ ਇੱਥੇ ਕਤਲੇਆਮ ਹਜ਼ਾਰਾਂ ਤੇ ਲੱਖਾਂ ਦੇ ਤੌਰ ਤੇ ਹੋਣਾ ਸੀਗਾ, ਵੀ ਮੁਸਲਮਾਨਾਂ ਨੂੰ ਜਿਹੜਾ ਮਾਰਦਾ ਇੱਕ ਪੂਰੀ ਪਲੈਨਿੰਗ ਸੀ ਜੀ। ਬਗੀਚਾ ਸਿੰਘ ਜੀ ਕੋਈ ਗੱਲ ਹੋਰ ਜਿਹੜੀ ਦਿੱਲੀ ਦੇ ਬਾਰੇ ਦੱਸਣੀ ਚਾਹੁੰਦੇ ਹੋ ਇਹਦੇ ਨਾਲ ਸੰਬੰਧਿਤ ਹੋਵੇ, ਜਾਂ ਇਹਦੇ ਤੋਂ ਆਪਾਂ ਹੁਣ ਜਿੱਦਾਂ ਕੀ ਸਿੱਖਿਆ ਲੈਣੀ ਚਾਹੀਦੀ ਆ, ਕਿਉਂਕਿ ਬਾਹਰ ਵੀ ਜਿਹੜਾ ਹਿੰਦੂ ਸਿੱਖ ਮੁਸਲਮਾਨ ਬੈਠੇ ਆ, ਜਾਂ ਇਹ ਆਪਸ ਵਿੱਚ ਕਿਤੇ ਵੀ ਦੁਨੀਆਂ ਦੇ ਵਿੱਚ ਇਹ ਮਸਲਾ ਭੜਕ ਸਕਦਾ, ਪਰ ਇਹ ਤੋਂ ਬਚਿਆ ਕਿੱਦਾਂ ਜਾਵੇ? ਸਭ ਤੋਂ ਜਿਹੜੀ ਜ਼ਰੂਰੀ ਮੈਂ ਆਪ ਜੀ ਚੈਨਲ ਰਾਹੀਂ ਦੱਸਣਾ ਚਾਹੁੰਦਾ, ਇੱਕ ਇਹ ਨਾ ਸਮਝਿਆ ਜਾਵੇ ਵੀ ਜਿਹੜਾ ਦਿੱਲੀ ਵਾਲਾ ਮਸਲਾ ਹੈ ਵੀ ਇਹ ਖਤਮ ਹੋ ਗਿਆ, ਵੀ ਦੁਬਾਰੇ ਇੱਕ ਕਤਲੇਆਮ ਨਹੀਂ ਹੋ ਸਕਦਾ, ਇੱਕ ਕਤਲੇਆਮ ਦੁਬਾਰੇ ਕਿਸੇ ਟਾਈਮ ਹੀ ਹੋ ਸਕਦਾ, ਕਿਉਂਕਿ ਇਹ ਜਿਹੜੀ ਬੀਜੇਪੀ ਸਰਕਾਰ ਆ ਮੁਸਲਮਾਨਾਂ ਨੂੰ ਕਿਸੇ ਵੇਲੇ ਵੀ ਇੱਥੇ ਨਹੀਂ ਰਹਿਣ ਦੇਗੀ ਇੰਡੀਆ ਦੇ ਵਿੱਚ, ਜਿੱਥੋਂ ਤੱਕ ਇਹ ਪਤਾ ਲੱਗਦਾ ਪਿਆ ਉਹ ਜੋ ਜਿਵੇਂ ਰੋਹਿੰਗੀਆਂ ਦੇ ਨਾਲ ਹੋਇਆ ਨਾ ਉਹ ਸੇਮ ਕੰਮ ਇੱਥੇ ਮੁਸਲਮਾਨਾਂ ਨਾਲ ਹੋਣਾ ਜੇ, ਇਹ ਇਹਦੀ ਗੱਲ ਨੋਟ ਕਰ ਲਿਓ, ਅੱਜ ਇਹਨਾਂ ਨੇ ਧੱਕੇ ਦੇ ਨਾਲ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਹੈ, ਉਸ ਤੋਂ ਬਾਅਦ ਆਉਣੀ ਸਿੱਖਾਂ ਦੀ ਵਾਰੀ, ਜਿਹੜੇ ਸਿੱਖ ਜਿਹੜੇ ਨੇ ਜਿਹਨਾਂ ਨੂੰ ਅੱਜ ਤੱਕ ਰਫੂਜੀ ਕਿਹਾ ਗਿਆ, ਰਫੂਜੀਆਂ ਵਾਸਤੇ ਕੀ ਬਣਿਆ ਤੇ ਜਿਹੜਾ ਸਾਰੇ ਕਾਨੂੰਨ ਬਣੇ ਨੇ ਰਫੂਜੀਆਂ ਨੂੰ ਕੱਢਣ ਵਾਸਤੇ ਬਣੇ ਨੇ, ਤੇ ਸਾਨੂੰ ਅੱਜ ਤੱਕ ਭਾਵ ਦੇ ਲੋਕ ਰਫੂਜੀ ਕਹਿੰਦੇ ਨੇ, ਫਿਰ ਇਹਦੀ ਵੀ ਤੁਹਾਨੂੰ ਪਤਾ ਹੋਣਾ ਸਾਨੂੰ ਰਫੂਜੀ ਕਿਹਾ ਜਾਂਦਾ ਹਜੇ ਵੀ ਅਸੀਂ ਰਫੂਜੀ ਹਾਂ, ਤੇ ਇਹ ਰਫੂਜੀਆਂ ਵਾਸਤੇ ਕਾਨੂੰਨ ਬਣਿਆ, ਤੇ ਇਹ ਦੇਖੋ ਵੀ ਸਾਡੀਆਂ ਜ਼ਮੀਨਾਂ ਜਦੋਂ ਸਾਡੀਆਂ ਖੋਈਆਂ ਜਾਣੀਆਂ ਤੇ ਜਦੋਂ ਸਾਡੇ ਸਿੱਖਾਂ ਦਾ ਵਾਰੀ ਆਈ ਇਹੀ ਹਾਲਾਤ ਹੋਣੇ ਨੇ, ਇਸ ਕਰਕੇ ਸਾਨੂੰ ਆਪਣੇ ਘਰਾਂ ਦੇ ਵਿੱਚ ਸਾਡੇ ਗੁਰੂ ਮਹਾਰਾਜ ਨੂੰ ਬਖਸ਼ੇ ਜਿਹੜੇ ਸ਼ਸਤਰ ਨੇ ਉਹ ਰੱਖਣੇ ਚਾਹੀਦੇ ਨੇ, ਅਸੀਂ ਆਪਣੇ ਆਪ ਪੂਰਾ ਤਿਆਰੀ ਰੱਖਣੀ ਚਾਹੀਦੀ ਹੈ, ਸਾਨੂੰ ਆਪਣੇ ਆਪ ਦੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਮਸਲੇ ਵਾਸਤੇ, ਜੇ ਘਰ ਸਾਡੇ ਹਮਲਾ ਕਰਨ ਆਏ ਤੇ ਅਸੀਂ ਕਿਵੇਂ ਮੁਕਾਬਲਾ ਕਰਨਾ, ਖਾਸ ਕਰਕੇ ਸ਼ਹਿਰੀ ਲੋਕਾਂ ਨੂੰ ਇਹ ਜ਼ਰੂਰ ਚਾਹੀਦਾ, ਪਿੰਡਾਂ ਵਿੱਚ ਇਹੋ ਜਿਹੀ ਛੇਤੀ ਨੌਬਤ ਨਹੀਂ ਹੋ ਲੱਗੀ, ਪਰ ਸ਼ਹਿਰਾਂ ਵਿੱਚ ਜਿਹੜੇ ਸਿੰਘ ਨੇ ਜਿਵੇਂ ਦਿੱਲੀ ਦੇ ਵਿੱਚ ਨੇ ਉਹ ਤਿਆਰ ਰਹਿਣ, ਕਿਉਂਕਿ ਇਹ ਐਸਕਾਮੀ ਬਹੁਤ ਜ਼ਿਆਦਾ ਇੱਕ ਕੰਟਰੋਲ ਸੀ ਪੂਰਾ ਉੱਤੋਂ ਪ੍ਰਸ਼ਾਸਨ ਦਾ ਵੀ ਸਿੱਖਾਂ ਦੇ ਨਾਲ ਪੰਗਾ ਨਹੀਂ ਲੈਣਾ, ਨਹੀਂ ਤੇ ਇਹ ਜਿਹੜੇ ਦੰਗਾਕਾਰੀ ਸੀ ਨਾ ਇਹਨਾਂ ਸਿੱਖਾਂ ਨੂੰ ਨਹੀਂ ਸੀ ਦੱਸਣਾ, ਤੁਸੀਂ ਕੁਝ ਵੇਖੀ ਹੋਣੀਆਂ ਵੀਡੀਓ ਉਹ ਧੱਕੇ ਦੇ ਨਾਲ ਸਿੰਘਾਂ ਨਾਲ ਬੈਠਦੇ ਨਜ਼ਰ ਆਏ ਨੇ, ਇੱਕ ਉਹਨਾਂ ਨੂੰ ਇਹ ਵੀ ਪਤਾ ਲੱਗਾ ਵੀ ਸਿੱਖਾਂ ਨੇ ਮਦਦ ਕੀਤੀ ਹੈ ਐਤਕਾ ਇਹਨਾਂ ਦੀ, ਇਸ ਕਰਕੇ ਕਿਸੇ ਟਾਈਮ ਹੀ ਸਿੱਖਾਂ ਨਾਲ ਇਹ ਹੋ ਸਕਦਾ, ਇਸ ਕਰਕੇ ਸਿੱਖ ਜਿਹੜੇ ਨੇ ਉਹ ਆਪਣੀ ਤਿਆਰੀ ਰੱਖਣ, ਤੇ ਇਹ ਜਿਹੜਾ ਤੁਹਾਡੇ ਚੈਨਲ ਰਾਹੀਂ ਇੱਕ ਮੈਂ ਹੋਰ ਦੱਸਣਾ ਚਾਹੁੰਦਾ, ਮੁਸਲਮਾਨ ਵੀਰਾਂ ਨੂੰ ਜਿਹੜੇ ਦਿੱਲੀ ਦੇ ਰਹਿਣ ਵਾਲੇ ਨੇ ਇਹਨੂੰ ਖਤਮ ਨਾ ਸਮਝੋ, ਆਉਣ ਵਾਲੇ ਦਿਨਾਂ 'ਚ ਇਸ ਤੋਂ ਵੱਡੇ ਹਮਲੇ ਇਹਨਾਂ ਦੇ ਹੋ ਸਕਦੇ ਨੇ, ਇਸ ਕਰਕੇ ਸਾਰੇ ਤਿਆਰ ਰਹਿਣ, ਪਹਿਲੋਂ ਕਿਸੇ ਦੇ ਹਮਲਾ ਕਰਨਾ ਘਰ ਆਏ ਨੂੰ ਬਹਿ ਕੇ ਕੁੱਟ ਖਾਓ ਨਾ, ਇਹ ਜਿਹੜਾ ਹੈਗਾ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਦੱਸਿਆ ਵੀ ਕਿਸੇ ਦੇ ਪਹਿਲ ਨਹੀਂ ਕਰਨੀ ਤੇ ਜਿਹੜਾ ਚੜ ਕੇ ਆਏ ਉਹਨੂੰ ਜਾਣ ਨਹੀਂ ਦੇਣਾ, ਇਸ ਕਰਕੇ ਇਹ ਸਾਰਾ ਅਰਕਾ ਹੋਇਆ ਵੀ ਹੈ ਦਿੱਲੀ ਦੇ ਵਿੱਚ, ਤੇ ਅੱਗੇ ਤੋਂ ਹੀ ਆਪਣੀ ਜਿਹੜੀ ਤਿਆਰੀ ਰੱਖਣੀ ਚਾਹੀਦੀ ਹੈ। ਧੰਨਵਾਦ ਤੁਸੀਂ ਸਮਾਂ ਦਿੱਤਾ ਆਪਣੇ ਕੰਮ ਦੇ ਵਿੱਚੋਂ ਟਾਈਮ ਕੱਢ ਕੇ।
ਤੇ ਬਹੁਤ ਬਹੁਤ ਮਿਹਰਬਾਨੀ। ਅਸੀਂ ਕੋਸ਼ਿਸ਼ ਕੀਤੀ ਸੀ ਇੱਕ ਨਵੇਂ ਤਰੀਕੇ ਨਾਲ ਕਿ ਇੰਡੀਆ ਦੇ 8:30 ਦੇ ਟਾਈਮ ਨਾਲ ਜਿੱਦਾਂ ਪ੍ਰੋਗਰਾਮ ਇੱਥੋਂ ਇੰਗਲੈਂਡ ਤੋਂ ਬੈਠ ਕੇ ਸ਼ੁਰੂ ਕਰੀਏ, ਤਾਂ ਇਹ ਪਹਿਲਾ ਪ੍ਰੋਗਰਾਮ ਸੀਗਾ ਅਤੇ ਅਗਾਂਹ ਹੋਰ ਵੀ ਅਸੀਂ ਕੋਸ਼ਿਸ਼ ਕਰਾਂਗੇ ਜੇ ਰਿਸਪੋਂਸ ਕਿਹੋ ਜਿਹਾ ਮਿਲਦਾ। ਅਤੇ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਜੀ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਇਹ ਸਨ ਭਾਈ ਬਗੀਚਾ ਸਿੰਘ ਜੀ ਰੱਤਾਖੇੜਾ, ਜਿਹਨਾਂ ਨੇ ਗੱਲਬਾਤ ਕੀਤੀ ਆ, ਅਤੇ ਅਸੀਂ ਇੱਕ ਵਾਰੀ ਦੇਖ ਲਈਏ ਵੀ ਕੋਈ ਹੋਰ ਕਿਸੇ ਦੀ ਕਾਲ ਮਿਸ ਤਾਂ ਨਹੀਂ ਹੋਈ। ਇੱਦਾਂ ਨਾ ਅਗਲਾ ਫਿਰ ਸੋਚੇ ਵੀ ਮੈਂ ਕਾਲ ਕੀਤੀ ਤਾਂ ਮੈਨੂੰ ਕਾਲ 'ਤੇ ਲਿਆ ਨਹੀਂ ਗਿਆ, ਨਹੀਂ ਤਾਂ ਪ੍ਰੋਗਰਾਮ ਦਾ ਸਮਾਂ ਤਾਂ ਸਮਾਪਤ ਹੋ ਚੁੱਕਾ ਹੈ, ਪਰ ਫਿਰ ਵੀ ਇੱਕ ਵਾਰੀ ਦੇਖ ਲੈਂਦੇ ਹਾਂ। ਅਤੇ ਵਿਚਾਰ ਸਾਰਿਆਂ ਦੇ ਆਪੋ ਆਪਣੇ ਆ, ਹਰ ਬੰਦਾ ਜਿੱਦਾਂ ਆਪਣੇ ਵਿਚਾਰ ਦੇਣਾ ਚਾਹੁੰਦਾ ਆਪਣੇ ਵਿਚਾਰ ਉਹਨਾਂ ਨੇ ਦਿੱਤੇ ਆ, ਅਤੇ ਅਸੀਂ ਕੋਸ਼ਿਸ਼ ਕੀਤੀ ਆ ਬਈ ਜਿਹੜੇ ਇੱਕ ਕਾਲ ਹੈ ਮਿਸ ਕਾਲ ਹੋਈ ਮੈਂ ਟਰਾਈ ਕਰ ਲੈਂਦਾ, ਜੇ ਤਾਂ ਉਹਨਾਂ ਨੇ ਚੱਕ ਲਿਆ ਤਾਂ ਜ਼ਰੂਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਨਹੀਂ ਤਾਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਫਿਰ ਵੀ ਤੁਸੀਂ ਕੀ ਸੋਚਦੇ ਆ, ਤੁਸੀਂ ਜਿਹੜੇ ਇਹ ਦਿੱਲੀ ਦੇ ਵਿੱਚ ਹੋਇਆ ਘਟਨਾਕ੍ਰਮ ਆ, ਦੰਗੇ ਹੋਏ ਆ, ਜਾਂ ਇਹਨੂੰ ਤੁਸੀਂ ਕਤਲੇਆਮ ਸਮਝਦੇ, ਕੀ ਸਮਝਦੇ ਆ, ਅਤੇ ਇਹਦੇ 'ਤੇ ਜ਼ਰੂਰ ਵਿਚਾਰ ਦੇਣੇ ਤੁਸੀਂ। ਜਿਹੜਾ ਸਾਡਾ ਫੇਸਬੁੱਕ 'ਤੇ, ਯੂਟਿਊਬ 'ਤੇ ਜਾਂ ਆਪਣੇ ਫੇਸਬੁੱਕ 'ਤੇ ਜਿਹੜੇ ਆ ਕਮੈਂਟ ਵੀ ਦੇ ਸਕਦੇ ਹਾਂ, ਉਹਦੇ 'ਚ ਵੀ ਦੱਸ ਸਕਦੇ, ਜੇ ਕੋਈ ਮੁੱਦਾ ਆ ਉਹਦੇ ਬਾਰੇ ਵੀ ਦੱਸ ਸਕਦੇ ਹਾਂ। ਹਾਂਜੀ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਲਖਵਿੰਦਰ ਸਿੰਘ ਜੀ, ਜੀ ਹਾਂ, ਕਹਿੰਦੇ ਹਾਂ ਆਵਾਜ਼ੇ ਕੌਮ 'ਤੇ, ਅਤੇ ਅਸੀਂ ਦਿੱਲੀ ਦਾ ਜੇ ਜਿਹੜੀਆਂ ਘਟਨਾ ਹੋਈਆਂ ਉਹਨਾਂ ਦੇ ਸੰਬੰਧ ਵਿੱਚ ਗੱਲਬਾਤ ਕਰ ਰਹੇ ਹਾਂ। ਤੁਸੀਂ ਸਾਡੇ ਲਾਸਟ ਜਿੱਦਾਂ ਸਪੀਕਰ ਆ, ਕੀ ਕਹਿਣਾ ਚਾਹੁੰਦੇ ਹਾਂ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ, ਦੇਖੋ ਇਹ ਜਿਹੜਾ ਦਿੱਲੀ ਦੇ ਵਿੱਚ 84 ਤੋਂ ਬਾਅਦ ਹੋ ਰਿਹਾ, ਹਮੇਸ਼ਾ ਹੀ ਘੱਟ ਗਿਣਤੀਆਂ ਨੂੰ ਜਿਹੜਾ ਭਾਰਤ ਦੀ ਸਰਕਾਰ ਵੱਲੋਂ ਦਬਾਇਆ ਜਾਂਦਾ। ਹਾਂਜੀ, ਮੈਂ ਦੇਖ ਰਿਹਾ ਸੀ ਕਿ ਉੱਥੇ ਬਹੁਤ ਹੀ ਮਾੜੇ ਹਾਲਾਤ ਆ। ਹਾਂਜੀ, ਨਿਊਜ਼ ਦੇ ਵਿੱਚ ਆਇਆ 31 ਜਿਹੜੇ ਲੋਕ ਸੀਗੇ ਉਹ ਮਾਰੇ ਗਏ ਆ। ਹਾਂਜੀ ਹਾਂਜੀ, ਤੇ ਅਨੇਕਾਂ ਹੀ ਲੋਕ ਜਿਹੜੇ ਜ਼ਖਮੀ ਆ। ਠੀਕ ਆ, ਤੇ ਹੁਣ ਹਾਲਾਤ ਇਹ ਬਣ ਗਿਆ ਕਿ ਲੋਕ ਆਪਣੇ ਘਰ ਬਾਰ ਛੱਡ ਕੇ ਜਾ ਰਹੇ ਆ। ਕਿੱਧਰ ਨੂੰ ਜਾ ਰਹੇ ਆ, ਕਸ਼ਮੀਰ ਵੱਲ ਨੂੰ ਜਾਂ ਕਿੱਥੇ ਜਾ ਰਹੇ ਆ? ਦੇਖੋ ਇਹ ਮਤਲਬ ਕਲੀਅਰ ਹਜੇ ਨੀ, ਜਿੱਦਾਂ ਆਪਣੇ ਕੋਈ ਰਿਸ਼ਤੇਦਾਰ ਆ ਜਾਂ ਕਿਤੇ ਹੋਰ ਘਰ ਕਿਤੇ ਵੀ ਕੋਈ ਟਿਕਾਣਾ ਉਹਨਾਂ ਨੂੰ ਮਿਲਿਆ ਉਹ ਜਾਣਗੇ, ਕਿਉਂਕਿ ਉੱਥੇ ਉਹ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਜਿੱਦਾਂ ਮਤਲਬ ਜੋ ਕੋਰਟ ਚ ਸਿੱਖਾਂ ਨਾਲ ਹੋਇਆ ਉੱਦਾਂ ਹੀ ਹੋ ਰਿਹਾ ਉਹਨਾਂ ਨੂੰ ਵੀ ਅੱਜ? ਬਿਲਕੁਲ ਜੀ ਬਿਲਕੁਲ, ਉੱਦਾਂ ਹੀ ਉਹਨਾਂ ਦੇ ਘਰ ਜਿਹੜੇ ਸਾੜੇ ਗਏ, ਵਾਹਨ ਸਾੜੇ ਗਏ, ਮਕਾਨਾਂ ਨੂੰ ਦੁਕਾਨਾਂ ਨੂੰ ਅੱਗ ਲਾ ਕੇ। ਹਾਂਜੀ, ਇੱਥੋਂ ਤੱਕ ਤੇਜ਼ਾਬ ਵੀ, ਕਈ ਜਗ੍ਹਾ ਆਈਆਂ ਖਬਰਾਂ ਕਿ ਤੇਜ਼ਾਬ ਵੀ ਸੁੱਟਿਆ ਗਿਆ ਉਹਨਾਂ ਦੇ ਉੱਤੇ। ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਕਰਨੀ ਹਿਆ ਕਿੱਦਾਂ ਪੈ ਰਿਹਾ? ਕੁਛ ਕੁ ਚੰਦ ਕੁ ਲੋਕ ਜਿਹੜੇ ਭਗਵਾਧਾਰੀ ਅੱਤਵਾਦੀ ਆ, ਆਰ ਐਸ ਐਸ ਦੇ ਕੁਛ ਕੁ ਚੰਦ ਚੰਦ ਲੋਕਾਂ, ਅਸੀਂ ਸਾਰਿਆਂ ਨੂੰ, ਸਾਰੇ ਹਿੰਦੂ ਜਾਂ ਕੋਈ ਵੀ ਕਮਿਊਨਿਟੀ ਆ ਉਹਨੂੰ ਅਸੀਂ ਦੋਸ਼ ਨਹੀਂ ਦਿੰਦੇ, ਕੁਛ ਕੁ ਚੰਦ ਕੁ ਲੋਕ ਆ ਜਿਹੜੇ ਸਰਕਾਰੀ ਸ਼ਹਿਰ ਤੇ ਮਤਲਬ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ, ਲੋਕਾਂ ਦੇ ਘਰਾਂ ਤੇ ਮਸਜਿਦਾਂ ਤੇ ਹਮਲੇ ਕਰਕੇ ਉਹ ਸਾੜਿਆ ਜਾ ਰਿਹਾ ਸਾਰਾ ਕੁਛ। ਮੈਂ ਦੇਖਿਆ ਸੀ ਵੀਡੀਓ ਤੇ 3-4 ਕੁਛ ਕੁ ਨੌਜਵਾਨ ਉੱਪਰ ਚੜ ਕੇ ਝੰਡਾ ਪੁੱਟ ਕੇ ਕਿਤੇ ਕੁਰਾਨ ਨੂੰ ਅੱਗ ਲਾਈ ਜਾ ਰਹੀ ਆ। ਸੋ ਇਹ ਬਹੁਤ ਹੀ ਮੰਦਭਾਗੀਆਂ ਗੱਲਾਂ ਸਮਾਜ ਦੇ ਵਿੱਚ, ਸਾਰੀਆਂ ਧਿਰਾਂ ਜੋ ਵੀ ਸਿੱਖ ਆ, ਮੁਸਲਮਾਨ ਆ, ਹਿੰਦੂ ਆ,
ਸਾਰਿਆਂ ਨੂੰ ਰਲ ਮਿਲ ਕੇ ਰਹਿ ਵੀ ਰਹੇ ਆ, ਕੁਛ ਕੁ ਚੰਦ ਕੁ ਲੋਕ ਆ ਜਿਹੜੇ ਸਰਕਾਰ ਦੀ ਸ਼ਹਿ ਤੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਠੀਕ ਹੈ, ਆਪਣੇ ਭਾਈ ਲਖਵਿੰਦਰ ਸਿੰਘ ਜੀ, ਤੁਸੀਂ ਦੋਸ਼ੀ ਕਿਹਨੂੰ ਸਮਝਦੇ ਆ? ਕਿਉਂਕਿ ਬੀਜੇਪੀ ਸੈਂਟਰ ਦੇ ਵਿੱਚ ਆ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਆ, ਦੋਸ਼ੀ ਕੌਣ? ਦੇਖੋ ਜੀ, ਦੋਨੋਂ ਹੀ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਇਹਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਇਹ ਲੋਕ ਹਨ। ਜੇਕਰ ਕੇਜਰੀਵਾਲ ਸਾਹਿਬ ਕਹਿਣ ਕਿ ਸਾਡੇ ਪੁਲਿਸ ਤੇ ਸਾਡਾ ਕੰਟਰੋਲ ਨਹੀਂ, ਫਿਰ ਇਹੋ ਜਿਹੇ ਮੁੱਖ ਮੰਤਰੀ ਦੇ ਅਹੁਦੇ ਨੂੰ ਚੁੱਕਣਾ ਨੀ ਜਿਹੜਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਨਹੀਂ ਕਰ ਸਕਦੇ। ਇਹਨਾਂ ਨੂੰ ਅਹੁਦੇ ਜਿਹੜੇ ਆ ਸਿਰਫ ਇਸ ਲਈ ਨੀ ਕਿ ਪਾਣੀ ਫ੍ਰੀ ਦੇਤਾ, ਬਿਜਲੀ ਫ੍ਰੀ ਦੇਤੀ, ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਸਭ ਤੋਂ ਵੱਡੀ ਗੱਲ। ਹਰ ਖਿੱਤੇ ਦਾ ਜਿਹੜਾ ਰਾਜ ਦਾ ਮੁੱਖ ਮੰਤਰੀ ਆ, ਉੱਥੋਂ ਦੀ ਸਰਕਾਰ, ਉਹਦਾ ਫਰਜ਼ ਬਣਦਾ। ਠੀਕ ਹੈ, ਤੇ ਮੈਂ ਸਮਝਦਾ ਕਿ ਹੋਰ ਵੀ ਜਿੰਨੇ ਵੀ ਸੂਬੇ ਆ ਉਹਨਾਂ ਜਿੰਨੇ ਵੀ ਮੁੱਖ ਮੰਤਰੀ ਆ, ਜਿੰਨੀਆਂ ਵੀ ਸਰਕਾਰਾਂ, ਹਰ ਸੂਬੇ ਦਾ ਫਰਜ਼ ਬਣਦਾ ਕਿ ਹਿੰਦੂਤਵ ਆਪਣਾ ਭਾਰਤ ਦੇ ਵਿੱਚ ਜਿਹੜਾ ਹੋ ਰਿਹਾ ਵਾ ਇਹਦੇ ਵਿਰੁੱਧ ਆਵਾਜ਼ ਬੁਲੰਦ ਕਰਨ, ਤਾਂ ਜੋ ਜਿਹੜੀ ਆਮ ਆਵਾਮ ਆਮ ਜਨਤਾ ਵਾ ਉਹਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ। ਇਹ ਲਖਵਿੰਦਰ ਸਿੰਘ ਜੀ, ਜਿੱਦਾਂ ਕਿਉਂਕਿ ਭਾਰਤ ਬਹੁਤ ਕੌਮੀ ਤੇ ਬਹੁਤ ਧਾਰਮੀ ਦੇ ਮਤਲਬ ਇੱਥੇ ਲੋਕੀ ਰਹਿੰਦੇ ਆ ਇਸ ਦੇਸ਼ ਦੇ ਵਿੱਚ, ਤੇ ਜਿਹਦੇ ਚ ਘੱਟ ਗਿਣਤੀਆਂ, ਚਲੋ ਸਿੱਖ ਵੀ ਆ ਜਾਂਦੇ ਆ, ਮੁਸਲਮਾਨਾਂ ਨੂੰ ਵੀ ਕਹਿ ਦਿੱਤਾ ਜਾਂਦਾ, ਹੋਰ ਵੀ ਬਹੁਤ ਘੱਟ ਗਿਣਤੀਆਂ ਹੈਗੀਆਂ, ਤੇ ਜਾਂ ਫਿਰ ਉਸ ਤੋਂ ਬਾਅਦ ਛੋਟੇ ਛੋਟੇ ਫਿਰਕੇ ਆ ਜਾਂਦੇ ਆ, ਉਹ ਕਿੱਦਾਂ ਮਹਿਸੂਸ ਕਰਦੇ ਆ ਬਈ ਜਦੋਂ ਇੱਦਾਂ ਦੀਆਂ ਗੱਲਾਂ ਵਾਪਰਦੀਆਂ ਤੇ ਉਹਨਾਂ ਦੇ ਮਨਾਂ ਤੇ ਕੀ ਵਾਪਰਦੀ ਆ? ਦੇਖੋ, ਜਿੰਨੇ ਵੀ ਲੋਕ ਆ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਇਸ ਭਾਰਤ ਦੇ ਵਿੱਚ। ਅੱਜ ਅਸੀਂ ਦੇਖਦੇ ਹਾਂ ਪੰਜਾਬ ਵਰਗਾ ਸੂਬਾ ਜਿੱਥੇ ਹਜ਼ਾਰਾਂ ਹੀ ਨੌਜਵਾਨ ਹਰ ਘਰ ਚੋਂ ਬਾਹਰਲੇ ਵਿਦੇਸ਼ਾਂ ਨੂੰ ਜਾ ਰਹੇ ਹਨ, ਕਿਉਂਕਿ ਉਹ ਆਪਣੇ ਬੱਚਿਆਂ ਨੂੰ ਇੱਥੇ ਸਹਿ ਮਹਿਸੂਸ ਹੀ ਨਹੀਂ ਕਰਦੇ। ਇੱਥੇ ਕੋਈ ਕਾਨੂੰਨ ਨਾਮ ਦੀ ਚੀਜ਼ ਹੀ ਨਹੀਂ ਗੀ। ਸੋ ਇਸ ਕਰਕੇ ਜਿੰਨੀਆਂ ਵੀ ਘੱਟ ਗਿਣਤੀਆਂ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਈਸਾਈ ਆ, ਉਹ ਸਭ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਕਿਉਂਕਿ ਇੱਥੇ ਕੁਛ ਕੁ ਇਨਸਾਨਾਂ ਦੇ ਰੂਪ ਵਿੱਚ ਭੇੜੀਏ ਜਿਹੜੇ ਹਰਲ ਹਰਲ ਕਰਦੇ, ਮਨੁੱਖਾਂ ਦਾ ਸ਼ਰੇਆਮ ਕਤਲ ਕਰ ਰਹੇ ਹਨ, ਜੋ ਕਿ ਬਹੁਤ ਹੀ ਮੰਦਭਾਗਾ। ਅੱਜ ਕੱਲ੍ਹ ਜਿਹੜੀ ਇੱਥੋਂ ਦੀ ਸਥਿਤੀ ਆ, ਆਰਥਿਕ ਮਾਨਸਿਕ ਮਤਲਬ ਬਹੁਤ ਹੀ ਕਮਜ਼ੋਰ ਹੋ ਚੁੱਕੀ ਆ, ਕਿਉਂਕਿ ਇਹੋ ਜਿਹੇ ਚੰਦ ਕੁ ਲੋਕਾਂ ਦੀ ਵਜ੍ਹਾ ਕਰਕੇ ਬਹੁਤ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ। ਭਾਈ ਲਖਵਿੰਦਰ ਸਿੰਘ ਜੀ, ਤੁਸੀਂ ਇੰਟਰਨੈਸ਼ਨਲ ਪੰਥਕ ਦਲ ਦੇ ਪੰਜਾਬ ਦੇ ਪ੍ਰਧਾਨ ਆ, ਤੁਹਾਡੀ ਜਥੇਬੰਦੀ ਜਦੋਂ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਜਾਂ ਇਹ ਘਟਨਾ ਜਿਹੜੀ ਵਾਪਰੀ ਆ ਇਹਦੇ ਸੰਬੰਧ ਦੇ ਵਿੱਚ ਤੁਸੀਂ ਆਪਣੇ ਜਥੇਬੰਦੀ ਵੱਲੋਂ ਕੀ ਕਰ ਰਹੇ ਆ ਜਾਂ ਕੀ ਕਹਿਣਾ ਚਾਹੁੰਦੇ ਆ ਜਿਹੜੇ ਬਾਹਰ ਬੈਠੇ ਸਿੱਖ ਉਹਨਾਂ ਨੂੰ? ਬਿਲਕੁਲ ਜੀ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਜੀ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਇੰਟਰਨੈਸ਼ਨਲ ਪੰਥਕ ਦਲ ਵਿੱਚ ਸੇਵਾ ਕਰਦੇ ਹਾਂ। ਪਿਛਲੇ ਕਾਫੀ ਲੰਬੇ ਟਾਈਮ ਤੋਂ ਅਸੀਂ ਇਹੋ ਜਿਹੀਆਂ ਜਿੰਨੀਆਂ ਵੀ ਘਟਨਾਵਾਂ ਹੁੰਦੀਆਂ ਉਹਨਾਂ ਦੇ ਵਿਰੋਧ ਵਿੱਚ ਜਿੰਨੀ ਕੁ ਗੁਰੂ ਸਾਹਿਬ ਨੇ ਸਮਰੱਥਾ ਬਖਸ਼ੀ ਆ, ਹਮੇਸ਼ਾ ਹੀ ਆਵਾਜ਼ ਬੁਲੰਦ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ। ਠੀਕ ਹੈ, ਤੇ ਮੈਂ ਸਮੂਹ ਆਮ ਜਨਤਾ ਨੂੰ ਵੀ ਚਾਹੇ ਹਿੰਦੂ ਸਿੱਖ ਮੁਸਲਮਾਨ ਨੂੰ ਅਪੀਲ ਕਰਦਾ ਕਿ ਜਿਹੜੇ ਆਪਣੇ ਜਿੰਨੇ ਵੀ ਮੁਹੱਲੇ ਆ ਦਿੱਲੀ ਦੇ ਵਿੱਚ ਕਸਬੇ ਆ ਨਾ, ਉੱਥੇ ਸਾਰੇ ਏਕਤਾ ਕਰਕੇ ਇਹੋ ਜਿਹੇ ਗੁੰਡਿਆਂ ਨੂੰ ਮੂੰਹ ਤੋੜ ਜਵਾਬ ਦੇਣ, ਤਾਂ ਜੋ ਸਾਡਾ ਜਿਹੜਾ ਭਾਈਚਾਰਕ ਸਾਂਝ ਉਹ ਕਾਇਮ ਰਹਿ ਸਕੇ। ਠੀਕ ਹੈ ਜੀ, ਤੇ ਆਖਰ ਦੇ ਵਿੱਚ ਮੈਂ ਕੋਈ ਗੱਲ ਨਾ ਪੁੱਛੀ ਹੋਵੇ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਹੋਰ? ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੰਨੀਆਂ ਵੀ ਸਰਕਾਰਾਂ ਵਾ, ਹਾਂਜੀ, ਜਾਂ ਜਨਤਾ ਵਾ, ਆਮ ਲੋਕ ਆ, ਉਹ ਸਾਰੇ ਭਾਈਚਾਰਕ ਸਾਂਝ ਬਣਾ ਕੇ ਤੇ ਇਹੋ ਜਿਹੇ ਲੋਕਾਂ ਨੂੰ ਕਿਸੇ ਦਾ ਬੱਚਾ, ਕਿਸੇ ਦਾ ਘਰ, ਕਿਸੇ ਦਾ ਮਕਾਨ ਨਾ ਸੜਨ ਦਿੱਤਾ ਜਾਵੇ। ਲੋਕ ਆਪਸੀ ਭਾਈਚਾਰਕ ਸਾਂਝ ਨਾਲ ਇੱਥੇ ਰਹਿਣ। ਸੋ ਮੈਂ ਇਹ ਬੜੀ ਮੰਦਭਾਗੀ ਗੱਲ ਆ, ਕਿਉਂਕਿ ਜਿਉਂਦੇ ਜੀ ਸਾੜ ਦੇਣਾ, ਜਿਵੇਂ 84 ਚ ਸਿੱਖਾਂ ਦੇ ਗਲਾਂ ਚ ਪੈਰ ਪਾ ਕੇ ਸਾੜ ਗਏ ਸੀ। ਸੋ ਇਹੋ ਜਿਹੀਆਂ ਘਟਨਾਵਾਂ ਤੋਂ ਬਚਣ ਲਈ ਸਾਰਿਆਂ ਨੂੰ ਹਮਲਾ ਮਾਰ ਕੇ ਕੋਸ਼ਿਸ਼ ਕਰਨੀ ਚਾਹੀਦੀ ਕਿ ਇਹੋ ਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਬਹੁਤ ਬਹੁਤ ਧੰਨਵਾਦ ਜੀ ਭਾਈ ਲਖਵਿੰਦਰ ਸਿੰਘ ਜੀ, ਤੁਸੀਂ ਸਮਾਂ ਦਿੱਤਾ ਤੇ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਰਸ਼ਕੋ ਇਹ ਸਨ ਭਾਈ ਲਖਵਿੰਦਰ ਸਿੰਘ ਜੀ, ਇੰਟਰਨੈਸ਼ਨਲ ਪੰਥਕ ਦਲ ਪੰਜਾਬ ਦੇ ਪ੍ਰਧਾਨ, ਅਤੇ ਉਹਨਾਂ ਨੇ ਗੱਲਬਾਤ ਜਿਹੜੀ ਦੱਸਿਆ ਉਹਨੀ ਨਿਖੇਧੀ ਵੀ ਕੀਤੀ ਇਸ ਗੱਲ ਦੀ। ਸੋ ਜਿੰਨੇ ਵੀ ਬੁਲਾਰੇ ਆਏ ਆ ਅਤੇ ਸਾਰਿਆਂ ਦੇ ਵਿਚਾਰ ਆਪੋ ਆਪਣੇ ਆ, ਉਹਨਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਆ। ਭਾਈ ਬਗੀਚਾ ਸਿੰਘ ਉਹਨਾਂ ਨੇ ਬਹੁਤ ਵਧੀਆ ਸਾਨੂੰ ਉੱਥੇ ਦੀ ਦਿੱਲੀ ਦੀ ਇਨਫੋਰਮੇਸ਼ਨ ਦਿੱਤੀ ਆ। ਅਸੀਂ ਕੁਝ ਨੰਬਰ ਸੀਗੇ ਜਿਹੜੇ ਦਿੱਲੀ ਦੇ ਵਿੱਚ, ਮਤਲਬ ਜਿਹੜੇ ਉੱਥੇ ਮੁਸਲਮਾਨ ਭਾਈਚਾਰਾ ਆ, ਉਹਨਾਂ ਦੇ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਟੈਲੀਫੋਨ ਕਰਨ ਦੀ, ਪਰ ਉਹ ਨਹੀਂ ਲੱਗ ਸਕੇ, ਨਹੀਂ ਉਹਨਾਂ ਦੀ ਉਹਨਾਂ ਨੇ ਆਨਸਰ ਨਹੀਂ ਕੀਤਾ, ਚੱਕਿਆ ਨਹੀਂ ਫੋਨ। ਸੋ ਨਹੀਂ ਤਾਂ ਅਸੀਂ ਹੋਰ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਤੁਹਾਡੇ ਤੱਕ ਪਹੁੰਚਦੀ ਕਰਨੀ ਸੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਖਿਮਾ ਦੇ ਜਾ ਚੁੱਕਿਆ, ਕੋਈ ਗਲਤੀ ਹੋ ਗਈ ਮਾਫ਼ ਕਰਨੀ, ਅਤੇ ਅਸੀਂ ਆਪਣੇ ਵੱਲੋਂ ਵੀ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਜਿੰਨੇ ਵੀ ਘੱਟ ਗਿਣਤੀਆਂ ਘੱਟੋ ਘੱਟ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਆਪਣੀ ਸੁਰੱਖਿਆ ਆਪ ਕਰਨੀ ਚਾਹੀਦੀ ਹੈ। ਸਰਕਾਰਾਂ ਦੇ ਆ ਤਾਂ ਕਿਉਂਕਿ ਨੀਤੀਆਂ ਹੁੰਦੀਆਂ ਸਰਕਾਰਾਂ ਨੇ, ਅਤੇ ਵੋਟ ਬੈਂਕ ਬਣਾਉਣਾ ਹੁੰਦਾ ਸਰਕਾਰਾਂ ਨੇ, ਆਪਣੀਆਂ ਸਰਕਾਰਾਂ ਚਲਾਉਣੀਆਂ ਹੁੰਦੀਆਂ, ਅਤੇ ਉਹਨਾਂ ਨੂੰ ਨਹੀਂ ਇਹ ਬਾਹਲਾ ਫਰਕ ਪੈਂਦਾ ਵੀ ਕੌਣ ਮਰਦਾ ਅਤੇ ਕੌਣ ਜੀਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀ ਆਮ ਜਨਤਾ ਹੁੰਦੀ, ਉਹਨਾਂ ਨੇ ਆਪਣੇ ਆਪ 'ਚ ਕਿੱਦਾਂ ਇਕੱਠੇ ਰਹਿਣਾ, ਕਿੱਦਾਂ ਸੁਰੱਖਿਅਤ ਰਹਿਣਾ, ਇਹਦੇ ਲਈ ਜ਼ਰੂਰ ਆਪਣੇ ਪ੍ਰਬੰਧ ਕਰਨੇ ਚਾਹੀਦੇ ਹਨ। ਸੋ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ੇ ਕੌਮ ਟੀ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।